ਲੋਜੀ ਫੇ ਕੈਨੇਡਾ ਵਾਲੀ ਧਰਤੀ ਤੋਂ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਫਰਕ ਕੋ ਬਹੁਤਾ ਨਹੀਂ ਪਿਆ ਲਾਈਟਾਂ ਬੱਤੀਆਂ ਕੈਮਰੇ ਤਸਵੀਰਾਂ ਟੇਬਲ ਕੁਰਸੀਆਂ ਮੇਜ਼ ਮੰਜੇ ਪਿਛਲੀ ਬੈਕਗਰਾਉਂਡ ਸਾਰਾ ਕੁਝ ਇੱਕੋ ਜਿਹਾ ਫਰਕ ਇਹ ਪਿਆ ਵੀ ਪਹਿਲਾਂ ਇੰਡੀਆ ਤੋਂ ਤਾਰ ਪਾਉਣੀ ਪੈਂਦੀ ਸੀ ਕੈਨੇਡਾ ਤੇ ਹੁਣ ਬੰਦਾ ਜਮ੍ਹਾਂ ਨਾਲ ਗਵਾਣ ਬੈਠਾ ਕੀ ਹਾਲ ਵਟਸ ਬਹੁਤ ਚੜਦੀ ਕਲਾ ਜੀ ਸਸੀ ਕਲਾ ਸੰਧੜਿਆ ਸਭ ਤੁਸੀਂ ਸੌ ਠੀਕ ਠਾਕ ਮੈਂ ਕਹਿ ਮੈਂ ਸਰ ਮੈਂ ਹੁਣ ਜਿਵੇਂ ਕਿ ਜਿਵੇਂ ਕਿ ਅੱਛਾ ਫੀਲ ਕਰ ਰਿਹਾ ਹਾਂ ਜਿਵੇਂ ਥੋੜਾ ਪਹਿਲਾਂ 14 ਦਿਨ ਮੈਨੂੰ ਅੰਦਰ ਰੱਖਿਆ ਗਿਆ ਹਾਂ 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 ਹੁਣ ਜਿਵੇਂ ਮੈਂ ਬੜਾ ਨਾਈਸ ਫੀਲ ਕਰਦਾ ਹਾਂ ਇਦਾਂ ਕਰਦੇ ਨਾਈਸ ਤਾਂ ਤੁਸੀਂ ਫੀਲ ਕਰਦੇ ਆ ਰੋਟੀ ਖਾਣੀ ਵੀ ਮੰਗਦੇ ਹੋ ਕਿ ਨਹੀਂ ਰੋਟੀ ਖਾਣੀ ਮੰਗਦੇ ਆ ਰੋਟੀ ਖਾਣੀ ਮੰਗਦੇ ਆ ਕਿੰਨੇ ਟਾਈਮ ਦਿਨ ਬਾਅਦ ਜਦੋਂ ਮਿਲਦੇ ਬਸ ਨਹੀਂ ਮੈਂ ਦੇਖੋ ਮੈਨੂੰ ਨਾ ਇੱਕ ਚੇਤਾ ਆ ਗਿਆ ਮੇਰੇ ਗਵਾਂਡ ਦੇ ਵਿੱਚੋਂ ਇੱਕ ਮੁੰਡਾ ਉਹ ਬਹੁਤਾ ਪੜਿਆ ਨਹੀਂ ਸੀ ਜਾਨੀ ਚੌਥੀ ਪੰਜਵੀਂ ਮੱਸੀਂ ਪਾਸ ਕਰਾਈ ਕਰਦਿਆਂ ਨੇ ਤੇ ਉਹ ਇੱਕ ਵਾਰੀ ਇਤੋਂ ਪਤਾ ਲੱਗਦਾ ਵੀ ਯਾਰੀ ਦੇ ਅੱਡੀ ਕਿਦਾਂ ਦੇ ਬੰਦੇ ਨਾਲ ਉਹ ਵੱਡੇ ਵੱਡੇ ਬੰਦੇ ਉਹ ਇੱਕ ਵਾਰੀ ਫਿਰਨਾ ਕਿਤੇ ਵਿਦੇਸ਼ ਜਾਣਾ ਸੀ ਉਹਨੇ ਉਹਨੂੰ ਪਹਿਲਾਂ ਕਹਿੰਦੇ ਤੇਰਾ ਵੀਜ਼ਾ ਵੱਡੇ ਮੁਲਕ ਦਾ ਤਾਂ ਲੱਗਣਾ ਪਹਿਲਾਂ ਸਿੰਗਾਪੁਰ ਮਲੇਸ਼ੀਆ ਇਧਰਲੇ ਪਾਸੇ ਜਾ ਕੇ ਆ ਉਹ ਚਾਰ ਕਿ ਦਿਨਾਂ ਦੇ ਟੂਰ ਦੇ ਉੱਤੇ ਉਹਨੂੰ ਭੇਜ ਦਿੱਤਾ ਤੇ ਉਹ ਜਾ ਕੇ ਮੁੜਿਆ ਉਹ ਉੱਥੋਂ ਆਣ ਕੇ ਪਤਾ ਕਹਿੰਦਾ ਬਾਜੀ ਉੱਥੇ ਮੌਜਾਂ ਬੜੀਆਂ ਉਹਲਾ ਬੈੱਡ ਜਿਹਾ ਮਿਲਿਆ ਉੱਥੇ ਸੁੱਤੇ ਰਹਿਣਾ ਸਵੇਰੇ ਵੀ ਲੰਚ ਦੁਪਹਿਰੇ ਵੀ ਲੰਚ ਸ਼ਾਮ ਨੂੰ ਵੀ ਲੰਚ ਗਈ ਤਿੰਨ ਤਿੰਨ ਟਾਈਮ ਲੰਚ ਆ ਤਿੰਨ ਤਿੰਨ ਟਾਈਮ ਕੋੰਦੋ ਲੰਚ ਰੱਜ ਕੇ ਖਾਣਾ ਗੱਲੇ ਹੀ ਕੋਈ ਨਹੀਂ ਸੜਕਾਂ ਸਾਫ਼ ਮੈਂ ਇ ਤਾਂ ਪੁੱਛਿਆ ਮੈਂ ਕਿ ਭਰਾ ਨੂੰ ਵੀ ਹੁਣ ਦੋ ਦਿਨ ਹੋ ਗਏ ਬਾਹਰ ਨਿਕਲਣ ਨੂੰ ਕੈਨੇਡਾ ਦੀ ਧਰਤੀ ਤੇ ਕੁਆਰੰਟਾਈਨ ਚ ਕਿਤੇ ਸਵੇਰੇ ਵੀ ਲੰਚ ਦੁਪਹਿਰੇ ਵੀ ਲੰਚ ਤਾਂ ਨਹੀਂ ਹੁੰਦੀ ਨਹੀਂ ਨਹੀਂ ਦੇਖੋ ਇਹ ਇਸ ਕਰਕੇ ਮੈਂ ਨਹੀਂ ਕਹਿ ਸਕਦਾ ਕਿਉਂਕਿ ਅਜੇ ਤਾਂ ਤੁਸੀਂ ਮੇਰਾ ਖਿਆਲ ਰੱਖ ਰਹੇ ਹੋ ਆਮਨ ਭਾਜੀ ਰੱਖ ਰਹੇ ਆ ਸੋ ਅੱਜ ਮੈਨੂੰ ਬਹੁਤਾ ਫਰਕ ਮਹਿਸੂਸ ਨਹੀਂ ਹੁੰਦਾ ਕੱਲ ਨੂੰ ਮੈਂ ਕਹਿਣ ਲੱਗ ਪਾ ਵੀ ਸਵੇਰੇ ਵੀ ਬ੍ਰੇਕਫਾਸਟ ਤੇ ਦੁਪਹਿਰੇ ਵੀ ਬ੍ਰੇਕਫਾਸਟ ਜੇਕਰ ਰਾਤ ਨੂੰ ਫੇਰ ਬ੍ਰੇਕਫਾਸਟ ਕਰ ਲਈਦਾ ਨਹੀਂ ਇਹ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਭ ਕਿੱਥੋਂ ਇੱਕ ਗੱਲਾਂ ਬਾਤਾਂ ਸ਼ੁਰੂ ਕਰਨੀਆਂ ਤੇ ਕਿੱਥੇ ਖਮਕਾਉਣੀਆਂ ਦੇਖੋ ਗੱਲਾਂ ਬਾਤਾਂ ਅੱਜ ਬਥੇਰੀਆਂ ਕਰਨ ਵਾਲੀਆਂ ਜੇ ਆਪਾਂ ਗੱਲ ਕਰੀਏ ਵੀ ਕਿਸਾਨ ਅੰਦੋਲਨ ਦਾ ਕੀ ਬਣਿਆ ਉਹ ਵੀ ਵਿਚਾਰਨਾ ਪੈਣਾ ਫਿਰ ਸਰਕਾਰ ਪੰਜਾਬ ਵਾਲੀ ਜਿਹੜੀ ਹੈ ਉਹ ਕਹਿੰਦੀ ਵੀ ਕੀਤਾ ਬਹੁਤ ਕੁਝ ਹੈ ਉਧਰ ਵਿਰੋਧੀ ਆਖੀਆਂ ਤੇ ਕੀਤਾ ਕੱਖ ਨਹੀਂ ਉਹ ਕਹਿੰਦੇ ਵੈਸੇ ਤੁਹਾਨੂੰ ਕੱਲਾ ਕੱਲਾ ਪੇਹਰ ਖੋਲ ਕੇ ਦੱਸਾਂਗੇ ਇੱਕ ਮਿੰ ਮੈਂ ਅੱਜ ਪਤਾ ਕੀ ਸੋਚਦਾ ਸੀ ਮੇਰੇ ਦਿਮਾਗ 'ਕੇ ਹੋਰੀ 'ਚ ਸ਼ਰਾਰਤ ਆਉਂਦੀ ਅੱਜ ਮਨ 'ਚ ਆਉਂਦੀ ਨਹੀਂ ਹੁੰਦੀ ਕਦੇ ਹੁੰਦਾ ਨਾ ਕਿ ਪੰਜਾਬ ਦੇ ਮੈਨੂੰ ਗਲਤ ਗੋਲੀ ਖਾ ਲਈ ਅੱਜ ਨਹੀਂ ਨਹੀਂ ਗਲਤ ਨਹੀਂ ਗੋਲੀ ਖਾ ਲਈ ਮੈਂ ਕੱਲ ਦਾ ਤੁਹਾਡੇ ਨਾਲ ਗੱਲਾਂ ਕਰੀ ਜਾਂਦਾ ਤੁਸੀਂ ਕੁਆਰੰਟੀਨ 'ਚ ਬਾਹਰ ਆ ਕੇ ਜਦੋਂ ਤੁਹਾਡੇ ਨਾਲ ਬੰਦਾ ਰਹੇ ਤਾਂ ਸ਼ਰਾਰਤਾਂ ਹੀ ਮਨ 'ਚ ਆਉਣਗੀਆਂ ਵੈਸੇ ਗੱਲ ਹੀ ਕਰਦੇ ਆ ਸੰਗਤੀ ਦਾ ਅਸਰ ਜਿਹੜਾ ਹੋ ਸਕਦੀ ਦਾ ਅਸਰ ਇਜਤਾ ਕੀਤੀਆਂ ਜਾ ਰਹੀਆਂ ਨੇ ਦੇ ਵਾਲੇ ਸਭ ਪੰਜਾਬ 'ਚ ਇੱਕ ਪਿੰਡ ਆ ਲੰਡੇ ਕੇ ਅੱਛਾ ਜੀ ਉੱਥੋਂ ਦਾ ਬੰਦਾ ਜੇ ਇੰਗਲੈਂਡ ਚਲੇ ਜਾਏ ਤਾਂ ਫਿਰ ਸਾਡੇ ਮਨ 'ਚ ਆਉਂਦਾ ਯਾਰ ਲੰਡੇ ਕਿਆਂ ਤੋਂ ਲੰਡਨ ਇਸੇ ਤਰੀਕੇ ਜੇ ਕੁੱਕੜਪਿੰਡ ਦਾ ਬੰਦਾ ਕੈਲੀਫੋਰਨੀਆ ਪਹੁੰਚ ਗਿਆ ਸਾਨੂੰ ਯਾਰ ਕੁੱਕੜਪਿੰਡ ਤੋਂ ਕੈਲੀਫੋਰਨੀਆ ਏਦਾਂ ਹੀ ਇੱਕ ਵਹੀਂ ਪੂਈ ਦਾ ਮੁੰਡਾ ਅੱਛਾ ਵੈਨਕੂਵਰ ਪਹੁੰਚ ਗਿਆ ਤੇ ਵਹੀਂ ਪੂਈ ਦਾ ਮੁੰਡਾ ਜਦੋਂ ਵੈਨਕੂਵਰ ਪਹੁੰਚੇ ਤਾਂ ਸਾਰਿਆਂ ਦੇ ਮਨ ਦੇ ਵਿੱਚ ਹੁੰਦਾ ਕਿ ਭਾਈ ਸਾਰਿਆਂ ਤੋਂ ਤਾਂ ਨਹੀਂ ਇਹ ਸਫ਼ਰ ਤੈਅ ਕਰ ਹੁੰਦਾ ਜਿਹੜਾ ਵਹੀਂ ਪੂਈਆਂ ਵਾਲੇ ਸਰਦਾਰ ਸੰਧਾ ਵਾਲਿਆਂ ਨੇ ਤੈਅ ਕਰ ਲਿਆ ਇੱਥੇ ਕੈਨੇਡਾ ਆਉਣ ਦਾ ਮੈਨੂੰ ਇਹ ਗੱਲ ਦੱਸੋ ਕਿ ਤੁਸੀਂ ਆਪ ਜੀ ਬਚਪਨ ਤੋਂ ਹੀ ਇਦਾਂ ਦੀ ਬਿਰਤੀ ਦੇ ਸੀਗੇ ਜਾਂ ਕਿੱਦਾਂ ਦੇ ਸੀਗੇ ਕੀ ਤੁਹਾਡੇ ਕਦੇ ਸਕੂਲਾਂ ਕੁੱਟ-ਕੱਟ ਨਹੀਂ ਪਈ ਸੀ ਅਹ ਜੇ ਤੁਸੀਂ ਰੀਚ ਆਉਂਦੇ ਨਹੀਂ ਮੈਂ ਮੈਂ ਇੱਕ ਇੱਕ ਸਵਾਲ ਪੁੱਛਣਾ ਮੈਨੂੰ ਜਵਾਬ ਚਾਹੀਦਾ ਨਹੀਂ ਮੇਰੀ ਗੱਲ ਸੁਣਾਓ ਅਚਾ ਤੁਸੀਂ ਇਧਰ ਨੂੰ ਮੋੜਾ ਕੱਟਾਂ ਕਿਉਂ ਖਬਰਾਂ ਅਸੀਂ ਰੋਜ਼ ਸੁਣੀਂਦੀਆਂ ਸੁਣਾਈਂਦੀਆਂ ਅੱਜ ਜਿਹੜੇ ਬਹੁਤ ਸਾਰੇ ਸੱਜਣਾ ਨੂੰ ਇਦਾਂ ਲੱਗਦਾ ਹੋਊਗਾ ਕਿ ਸੰਧਾ ਵਾਲੀ ਆ ਅਸੀਂ ਦੇਖਿਆ ਜੀ ਇੱਥੇ ਟੀਵੀ ਤੇ ਆਉਂਦਾ ਜੀ ਬਹੁਤ ਸਿਆਣੀਆਂ ਗੱਲਾਂ ਕਰਦੇ ਜੀ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਵਿਸ਼ੇਸ਼ ਬੰਦੇ ਹੁਣ ਔਖੀ ਗੱਲ ਨਹੀਂ ਸੁਧਾਰਨ ਬੰਦੇ ਹੁਣ ਔਖੀ ਗੱਲ ਮੈਂ ਇਸੇ ਕਰਕੇ ਪੁੱਛਣਾ ਗਿਆ ਕਿ ਆਪ ਜੀ ਨੂੰ ਕਦੇ ਸਕੂਲ ਚ ਕੁੱਟ ਪਈ ਨਹੀਂ ਕੁੱਟ ਵੀ ਪਈ ਕੁੱਟ ਪੈਂਦੀ ਐਕਸਰ ਹੁੰਦੀ ਐ ਕਿਉਂ ਮੈਂ ਤੇ ਜੇ ਸਕੂਲ ਦੀ ਗੱਲ ਕਰਾਂ ਤੇ ਦੇਖੋ ਉਹ ਇੱਕ ਤਾਂ ਨਾ ਇੱਕ ਕੋਕੜ ਬਣ ਹੋਏ ਇੱਕ ਹੁੰਦਾ ਕੋਕੜ ਬਣ ਕੇ ਚੱਲ ਪੁੱਤੋਂ ਇਹਦੇ ਵਿੱਚ ਦੀ ਫਿਰਨਾ ਵੀ ਹੈ ਡੈਸਕਾਂ ਦੇ ਵਿੱਚ ਦੀ ਹਾਂ ਸੋ ਉਦੋਂ ਬਾਅਦ ਨਾ ਨੀਵਾ ਵੀ ਨਹੀਂ ਹੋਣਾ ਨਹੀਂ ਉਹ ਤਾਂ ਬਹੁਤ ਔਖਾ ਹੁੰਦਾ ਵੇ ਹਾਂ ਤੇ ਉੱਚੇ ਵੀ ਹੋਣਾ ਤੇ ਜੇ ਤੁਸੀਂ ਜ਼ਿਆਦਾ ਉੱਚੇ ਹੋਗੇ ਜਮਾ ਮਾਸਟਰ ਜੀ ਦੇ ਲਾਗੋਂ ਦੀ ਲੰਘੇ ਤੇ ਉਹ ਕਈ ਵਾਰ ਜਿੱਦ ਅੱਜਕੱਲ ਟੋਲ ਪਲਾਜ਼ਾ ਵਾਲਾ ਡੰਡਾ ਨੇ ਡਿੱਗ ਪੈਂਦਾ ਉਹ ਕਿਸੇ ਵੇਲੇ ਡਿੱਗ ਪੈਂਦਾ ਹੁੰਦਾ ਹੈ ਜਣਿਆ ਬਹੁਤ ਸਾਰੇ ਹੋ ਸਕਦਾ ਤੁਹਾਡੇ ਪਰਮਨੈਂਟ ਨਿਸ਼ਾਨ ਵੀ ਪਏ ਕਿਉਂਕਿ ਨੰਨਾ ਤੁਹਾਡੇ ਤੇ ਡੇਗਿਆ ਰਹਿੰਦਾ ਹੁਣ ਕਿਉਂਕਿ ਜਿੱਦਾਂ ਦਾ ਤੁਹਾਡਾ ਸੁਭਾਅ ਆ ਸ਼ਰਾਰਤੀ ਜਿਹਾ ਜਿੱਦਾਂ ਤੁਸੀਂ ਕੰਮ ਕਰਨ ਲੱਗੇ ਉਦੋਂ ਹੀ ਲੇਟ ਲੂਟ ਕਰ ਦਿੰਦੇ ਆ ਜਾਂ ਦੋ ਕੰਮ ਕਹੋ ਤਾਂ ਡੂਡ ਮਸੀ ਕਰਦੇ ਆ ਫੇਰ ਤੁਹਾਡੇ ਡੰਡਾ ਡੇਗਿਆ ਰਹਿੰਦਾ ਹੁਣ ਨਹੀਂ ਡੂਡ ਵੀ ਕਿੱਥੇ ਗਈ ਨਾ ਤਾਂ ਅੱਧਾ ਵੀ ਹੁੰਦਾ ਹੈ ਮੈਂ ਤਾਂ ਐ ਵੈਸੇ ਮੈਨੂੰ ਲੱਗਦਾ ਹੁੰਦਾ ਵੀ ਜਿਹੜੀ ਮੇਰੀ ਕ੍ਰੀਏਟੀਵਿਟੀ ਹੈ ਨਾ ਉਹ ਸ਼ਾਇਦ ਬਚਪਨ ਜੀ ਆ ਗਈ ਕਿਉਂਕਿ ਨਿਤ ਨਵਾਂ ਬਹਾਨਾ ਸੋਚਣਾ ਆਹ ਤੇ ਇਹ ਵੀ ਯਾਦ ਰੱਖਣਾ ਵੀ ਅੱਛਾ ਇਹ ਮੈਥ ਵਾਲੇ ਮਾਸਟਰ ਕੋਲੇ ਆ ਬਹਾਨ ਇਸ ਕਰਕੇ ਹਰ ਚੀਜ਼ ਨੂੰ ਮੈਨੇਜ ਕਰਨਾ ਮੇਰੇ ਵੈਸੇ ਇੱਕ ਗੱਲ WhatsApp ਦੇਖੋ ਐਵੇਂ ਮੈਂ ਆਖਾਂ ਵੀ ਉਹ ਜੀ ਮੈਂ ਬਹੁਤ ਹੀ ਮਤਲਬ ਪੜ੍ਹਾਈ ਕੀਤੀ ਮੈਂ ਇਹ ਕੀਤਾ ਉਹ ਕਿਤੇ ਨਹੀਂ ਕੋਲ ਮਲਾ ਕੇ ਜੇ ਮੈਂ ਇਹ ਕਾਵਾਂ ਵੀ ਦੁੱਖ ਤਕਲੀਫਾਂ ਤੇ ਤੱਕੇ ਆਹ ਉਹ ਬਹੁਤ ਖਾਦੇ ਤੇ ਜਿਹਨੂੰ ਆਪਾਂ ਇਹ ਕਹਦੇ ਨੇ ਵੀ ਅੱਜਕੱਲ ਵੈਸੇ ਗੱਲ ਬਣਾਈ ਵੀ ਅਗਲ ਬਦਾਮ ਖਾ ਕੇ ਨਹੀਂ ਆਉਂਦੀ ਤੱਕੀ ਖਾ ਕੇ ਆਉਂਦੀ ਮੈਨੂੰ ਲੱਗਦਾ ਵੀ ਸ਼ਾਇਦ ਮੈਂ ਤੱਕੀ ਲੋੜੋਂ ਵੱਧ ਖਾ ਲਈ ਜਿੱਤਾ ਕਰਕੇ ਥੋੜੀ ਬਹੁਤ ਅਗਲਾ ਗਈ ਸੰਧਾਲੀਆ ਸਭ ਗੱਲ ਪਤਾ ਕੀ ਆ ਉਹ ਜਿਹੜੇ ਤੱਕੇ ਹੁੰਦੇ ਆ ਅਸਲ ਦੇ ਵਿੱਚ ਹੋ ਸਕਦਾ ਕਿ ਆਪਣੇ ਨਾਲੋਂ ਵੀ ਵੱਧ ਧੱਕੇ ਬਹੁਤ ਸਾਰੇ ਲੋਕਾਂ ਨੂੰ ਪਏ ਹੁਣ ਪਰ ਉਹਦੇ ਵਿੱਚੋਂ ਸਿੱਖਦਾ ਕੋਈ ਕੋਈ ਹੈ ਹੁਣ ਕਈ ਬੰਦੇ ਤਾਂ ਧੱਕਿਆਂ ਦੇ ਵਿੱਚ ਸਾਰੀ ਉਮਰ ਰੁਲਦੇ ਹੀ ਰਹਿੰਦੇ ਆ ਤੇ ਕੋਈ ਕੋਈ ਬੰਦਾ ਹੁੰਦਾ ਕਿ ਬਾਹਰ ਨਿਕਲਿਆ ਹੁੰਦਾ ਦੇਖੋ ਮੈਂ ਨਹੀਂ ਚਾਹੁੰਦਾ ਕਿ ਬਹੁਤੀਆਂ ਸੰਜੀਦਾ ਜੀਆਂ ਗੱਲਾਂ ਕਰਨੀਆਂ ਸੰਜੀਦਾ ਨਹੀਂ ਮੈਂ ਦਾਦਾ ਤੁਸੀਂ ਯਕੀਨ ਨਹੀਂ ਕਰਨਾ ਆਹਾ ਜਿੱਦਣ ਮੈਂ ਇੰਨਾ ਸੰਗਾਊ ਹੁੰਦਾ ਸੀ ਸ਼ਰਮਾਕਲ ਹੁੰਦਾ ਸੀ ਵੀ ਜਿੱਦਣ ਉਹ ਬਾਲ ਸਭਾ ਜਿੰਨੀ ਹੁੰਦੀ ਸ਼ਨੀਵਾਰ ਨੂੰ ਵੀ ਅੱਜ ਬੱਚਿਆਂ ਨੇ ਕਵਿਤਾ ਦੇਸ਼ ਭਗਤੀ ਦੀ ਕਵਿਤਾ ਸੁਣਾਉਣ ਵਾਲੀ ਸੁਣਾਉਣਾਂਗੇ ਅੱరే ਮੈਨੂੰ ਬੁਖਾਰ ਚੜ ਜਾਣਾ ਮੈਨੂੰ ਤਾਪ ਚੜ ਜਾਣਾ ਵੀ ਮੈਂ ਸਕੂਲ ਨਹੀਂ ਜਾਣਾ ਕਿਉਂਕਿ ਮਾਸਟਰ ਨੇ ਉੱਥੇ ਬਾਹਰ ਕੱਢ ਲੈਣਾ ਤੇ ਮੈਨੂੰ ਤਾਂ ਆਉਦਾ ਕੱਖ ਨਹੀਂ ਤੇ ਜੇ ਹੇ ਕਲਾਉਣ ਨੂੰ ਕਹਤਾ ਕਰੂੰਗਾ ਕੀ ਹਾਂ ਵੀ ਮੈਂ ਬੋਲੂਗਾ ਕੀ ਉੱਥੇ ਹੁਣ ਇੰਨਾ ਤੁਸੀਂ ਦੇਖੋ ਵੀ ਇੰਨਾ ਸ਼ਰਮਾਕਲ ਵੀ ਮੈਂ ਕਈ ਵਾਰਾ ਪੇਟ ਸਿਆਪਾ ਪਾਲਣਾ ਉਹ 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 ਬਗਲ 'ਚ ਗੰਡਾ ਦੇ ਕੇ ਬੁਖਾਰ ਚੜਾਉਣ ਦਾ ਤਜਰਬਾ ਵੀ ਕੀਤਾ ਵੀ ਸ਼ਾਇਦ ਇਦਾਂ ਹੀ ਕੋਈ ਗੱਲ ਬਣ ਜਵੇ ਪਰ ਪਤਾ ਨਹੀਂ ਕਦੋਂ ਕਿਵੇਂ ਮੈਂ ਮੋੜ ਕੱਟ ਗਿਆ ਵੀ ਇੱਕ ਵਾਰਾ ਸਕੂਲ ਦੇ ਵਿੱਚ ਹੁੰਦਾ ਨੇ ਐਨੂਅਲ ਫੰਕਸ਼ਨ ਦੇ ਵੀ ਤੁਸੀਂ ਨਾਟਕ ਜਿਆ ਕਰਨਾ ਬੱਚਿਓ ਉਹ ਨਾਟਕ ਡਰਾਮਾ ਜੇ ਇੱਕ ਐਸਾ ਕੀਤਾ ਵੀ ਉਸ ਤੋਂ ਬਾਅਦ ਉਹ ਜਿਹੜੀ ਜਿਹੜੀ ਸ਼ਰਮ ਸੀ ਉਹ ਸ਼ਾਇਦ ਉੱਥੇ ਹੀ ਲੈ ਗਈ ਜ਼ਿੰਦਗੀ ਡਰਾਮਾ ਹੋ ਗਈ ਜ਼ਿੰਦਗੀ ਡਰਾਮਾ ਹੋ ਗਈ ਫਿਰ ਮੈਨੂੰ ਉਹ ਚੀਜ਼ ਵਧੀਆ ਲੱਗਣ ਲੱਗੀ ਫਿਰ ਸਕੂਲ ਤੋਂ ਬਾਅਦ ਕਾਲਜ ਕਾਲਜ 'ਚ ਵੀ ਇਹੋ ਕੁਝ ਕੀਤਾ ਫਿਰ ਕਾਲਜ ਤੋਂ ਬਾਅਦ ਯੂਨੀਵਰਸਿਟੀ ਉਹੀ ਫੈਸਟੀਵਲਸ ਇਹੋ ਸਾਰਾ ਕੁਝ ਉੱਥੇ ਲੰਘ ਗਿਆ ਤੇ ਮੈਂ ਕਈ ਵਾਰ ਸੋਚਦਾ ਹੁੰਦਾ ਕਿ ਜਿਹੜੀ ਜਿਹੜੀ ਇਹ ਜਿਹਨੂੰ ਆਪਾਂ ਕਹਿੰਦੇ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਜਿੱਦਾਂ ਆਪਾਂ ਭਾਵੇਂ ਕਪਿਲ ਹੋਰਾਂ ਦੀ ਗੱਲ ਕਰ ਲਈ ਕਪਲੀ ਸ਼ਰਮਾ ਹੋਰਾਂ ਦੀ ਭਾਰਤੀ ਹੋਰਾਂ ਦੀ ਗੱਲ ਕਰ ਲਈ ਮਤਲਬ ਇਹ ਉਹ ਬੰਦੇ ਨੇ ਜਿਹੜੇ ਮੈਂ ਸਟੇਜ ਤੇ ਖੁਦ ਕੰਮ ਕਰਦੇ ਦੇਖਿਆ ਜਿਨ੍ਹਾਂ ਨਾਲ ਮੈਂ ਉਦੋਂ ਯੂਥ ਫੈਸਟੀਵਲਜ਼ ਦੇ ਦੌਰਾਨ ਕੰਪੀਟ ਕਰਨ ਵਾਲੇ ਟਾਈਮਾਂ ਦੀ ਗੱਲ ਕਰਦਾ ਫਿਰ ਹੌਲੀ ਹੌਲੀ ਮੈਨੂੰ ਲੱਗਿਆ ਵੀ ਯਾਰ ਇਹੋ ਕੰਮ ਕਰਨਾ ਹੂੰ ਹੂੰ ਪਰ ਹੁਣ ਘਰਦਿਆਂ ਨੂੰ ਐਸੀ ਵੀ ਪੁੱਤ ਤੂੰ ਪੜਨਾ ਨਹੀਂ ਉਦੋਂ ਤੇ ਬਹੁਤੇ ਪਿੰਡਾਂ ਦੇ ਵੀ ਕਿ ਇਹ ਕੋ ਕੰਮ ਆ ਨਹੀਂ ਸੀਗਾ ਉਹ ਤਾਂ ਸ਼ਗਦ ਵੀ ਨਾਲ ਅਜੀਬ ਵਰਤਦੇ ਹੁਣ ਮੈਂ ਟੀਵੀ ਤੇ ਨਹੀਂ ਆਉਂਦਾ ਮੈਂ ਮੈਂ ਪਹਿਲਾਂ ਇੱਕ ਗੱਲ ਪੁੱਛਣੀ ਆ ਮੰਨ ਲਓ ਜੇ ਬਾਲ ਸਭਾ ਦੇ ਵਿੱਚ ਚਲੇ ਜਾਂਦੇ ਇੱਕ ਪਾਸੇ ਢਿੱਲੀ ਨਿੱਕਰ ਫੜੀ ਹੋndi ਦੂਜੇ ਪਾਸੇ ਹੀਗ ਲਾਈ ਜਾਂਦਾ ਹੁੰਦਾ ਸੰਧਾ ਵਾਲਿਆ ਕਿਦਾਂ ਦਾ ਲੱਗਦਾ ਅਨੇ ਨਿਕਰਤਾ ਸੁਖਣਾ ਵਾਵਾ ਟਾਈਟ ਹੀ ਹੁੰਦੀ ਅੱਛਾ ਸਰੀਰ ਸੁਖਣਾ ਉਦੋਂ ਵੀ ਖੁੱਲਾਈ ਸਰੀਰ ਉਦੋਂ ਇਦਾਂ ਐਵੇਂ ਮਤਲਬ ਨਿਕਰ ਕਰਦਾ ਲੈ ਦੇਣੀ ਤੇ ਉਹ ਦੋ ਮਹੀਨੇ ਵਾ ਟਾਈਟ ਹੋਈ ਪਰ ਨਹੀਂ ਮੈਨੂੰ ਲੱਗਿਆ ਵੀ ਇਹ ਜਿਹੜੀ ਚੀਜ਼ ਆਏ ਜਿਹੜੀ ਇਹ ਜਿਹੜਾ ਕੁਝ ਥੈ ਲੋਕ ਵੱਖਰਾ ਪਾਣਾ ਇਹਦੇ ਚ ਮੈਨੂੰ ਮਜ਼ਾ ਆਉਂਦਾ ਹਾਲਾਂਕਿ ਮੈਂ ਤੁਸੀਂ ਦੇਖੋ ਬਈ ਖਾਲਸਾ ਕਾਲਜ ਅੰਮ੍ਰਿਤਸਰ ਜੇ ਪੜਨਾ ਜਾਂ ਕੋਲੇ ਜਿਹੜਾ ਖਰੂਰ ਸਾਹਿਬ ਕਾਲਜ ਸੀ ਉੱਥੇ ਪੜਨਾ ਤਾਂ ਪੜਨ ਦੇ ਦੌਰਾਨ ਵੀ ਮੈਂ ਪਿੰਡੋਂ ਜਲੰਧਰ ਆਉਂਦਾ ਹੁੰਦਾ ਸੀ ਐਂ ਜੇ ਤੁਸੀਂ ਅੱਜ ਵੀ ਸ਼ਾਇਦ ਸਿੱਧੀ ਬੱਸ ਨਹੀਂ ਆਉਂਦੀ ਮੇਰੇ ਪਿੰਡੋਂ ਜਲੰਧਰ ਨੂੰ ਤੇ ਉਦੋਂ ਤੱਕ ਕਿਹੜੀ ਆਉਣੀ ਸੀ ਉਦੋਂ ਤਾਂ ਪੈਪਸੂ ਡੇਕਣੀ ਜਾਂ ਰੋਡ ਦੇ ਬਹੁਤੇ ਲੀਡਰਾਂ ਦੇ ਪਿੰਡੋਂ ਬੱਸਾਂ ਹੈ ਨਹੀਂ ਅਮ ਉਹ ਜਿਹੜੇ ਪਿੰਡ ਜਾ ਕੇ ਪੁੱਛ ਲਈ ਨਾ ਹੋ ਗਏ ਤਾਂ ਸਾਡੇ ਨੇ ਕੁਝ ਵੀ ਕੀਤਾ ਜੀ ਇਹਨਾਂ ਨੇ ਸਾਡੇ ਨੇ ਇਦਾਂ ਹੀ ਆ ਇਦਾਂ ਹੀ ਆ ਅਜੇ ਵੀ ਮਤਲਬ ਪਹਿਲਾਂ ਕਿੰਨੀਆਂ ਬੱਸਾਂ ਬਦਲ ਕੇ ਤੇ ਉੱਥੇ ਜਲੰਧਰ ਪਹੁੰਚਣਾ ਹੂੰ ਹੂੰ ਤੇ ਉੱਥੇ ਵੀ ਇਹ ਹੋਣਾ ਵੀ ਮੈਂ ਕਿਉਂਕਿ ਉਦੋਂ ਨਵਾਂ ਨਵਾਂ ਦੂਰਦਰਸ਼ਨ ਹੁੰਦਾ ਸੀ ਹਰੇਕ ਨੂੰ ਕ੍ਰੇਜ਼ ਹੋਣਾ ਵੀ ਮੈਂ ਦੂਰਦਰਸ਼ਨ ਜਾਣਾ ਵੀ ਦੂਰਦਰਸ਼ਨ ਦੇ ਗੇਟ ਤੋਂ ਮੈਂ ਮੁੜਦਾ ਰਿਆਂ WhatsApp ਨਹੀਂ ਮੈਂ ਕਿ ਮੈਂ ਪਿੰਡ ਆ ਜਾਣਾ ਮੈਂ ਇੱਥੇ ਬ੍ਰੇਕ ਲਾਉਣ ਲੱਗਾ ਅਜੇ ਨਹੀਂ ਇਹ ਕਿਉਂਕਿ ਅੱਜ ਤੁਹਾਡਾ ਸਮਾਂ ਨਹੀਂ ਹੈਗਾ ਅੱਜ ਸਾਡਾ ਸਮਾਂ ਜੇ ਗੱਲ ਹੁਣ ਇਧਰ ਨੂੰ ਤੁਰ ਹੀ ਪਈ ਆ ਤਾਂ ਐਵੇਂ ਹੀ ਤੋੜ ਲਈ ਤੁਸੀਂ ਆਪਾਂ ਮਾਰ ਦਿੰਦੇ ਚਲੋ ਕੋਈ ਗੱਲ ਨਹੀਂ ਮੈਨੂੰ ਅੱਜ ਲੱਗਦਾ ਸੀ ਕਿਉਂਕਿ ਬਹੁਤ سارے ਸੱਜਣ ਕਹਿੰਦੇ ਸੰਧਾਲੀਆ ਕੈਨੇਡਾ ਚਲੇ ਗਿਆ ਸੰਧਾਲੀਆ ਕੈਨੇਡਾ ਚਲੇ ਗਿਆ ਕਈਆਂ ਨੂੰ ਲੱਗਦਾ ਉਹ ਸੰਧਾਲੀਆ ਟੀਵੀ ਦੇ ਆਉਂਦਾ ਬਈ ਕਿਉਂਕਿ ਉਹਦੇ ਪਿੱਛੇ ਜਿਹੜਾ ਇੱਕ ਜੰਜਾਲ ਜਿਹਾ ਹੁੰਦਾ ਨਾ ਉਹਦੇ ਪਿੱਛੇ ਇਹ ਨਹੀਂ ਹੁੰਦਾ ਕਿ ਬੰਦਾ ਸਿੱਧਾ ਜਾ ਕੇ ਕੁਰਸੀ ਤੇ ਬਹਿ ਜਾਂਦਾ ਉਹਦੇ ਕੈਮਰੇ ਦੇ ਮੂਹਰੇ ਕੁਰਸੀ ਤੇ ਬਿਠਾ ਕੇ ਕਿੰਨੇ ਰਲਾ ਲਿਆ ਅੱਜ ਰਹਿਣ ਦੇ ਤੂੰ ਕਿਸੇ ਹੋਰ ਨੂੰ ਬਿਠਾ ਦੇ ਉਹਦੇ ਤੋਂ ਪਹਿਲਾਂ ਕਿੰਨੇ ਲੋਕਾਂ ਨੇ ਕਿੰਨੀਆਂ ਵਿੱਚ ਦੀ ਖੁੱਬਦੀਆਂ ਗੱਲਾਂ ਕਹੀਆਂ ਜਾਂ ਇੱਕ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਪਿੱਛੇ ਇੱਕ ਇੱਕ ਕਰਕੇ ਜਾਨੀ ਤੁਸੀਂ ਤਾਂ ਪਾੜਾ ਜਾਂ ਨਾ ਛੱਡੋ ਜਦੋਂ ਖੇਤ ਬਾਈ ਦਾ ਪਾੜਾ ਨਹੀਂ ਛੱਡੀਦਾ ਪਹਿਲਾਂ ਤਾਂ ਤੁਸੀਂ ਕਿਹਾ ਕਿ ਭਾਈ ਮੈਂ ਬਹੁਤਾ ਪੜਿਆ ਲਿਖਿਆ ਨਹੀਂ ਫਿਰ ਕਾਲਜ ਤੇ ਯੂਨੀਵਰਸਿਟੀ ਗਣਾਤੀ ਦੋ ਕਾਲਜ ਗਣਾਤੇ ਕਈ ਵਾਰੀ ਤਾਂ ਨਿਆਣਾ ਇਹ ਹੁੰਦਾ ਕਿ ਭਾਈ ਇਧਰੋਂ ਨਹੀਂ ਸੂਤ ਆਇਆ ਚਲ ਯਾਰ ਉੱਥੇ ਲਾ ਦਿਓ ਇੱਕ ਸਾਲ ਉੱਥੇ ਸ਼ਾਇਦ ਨਕਲ ਮਾਰਾ ਕੇ ਪਾਸ ਹੋ ਜਾਏ ਨਹੀਂ ਕਾਰਨ ਉਹਦੇ ਪਿੱਛੇ ਇਹ ਸੀਗਾ ਕਿ ਤੁਸੀਂ ਬੜੀ ਚੈਗੀ ਤਰ੍ਹਾਂ ਜਾਣਦੇ ਹੋ ਵੀ ਜਿਹੜੇ ਇਸ ਤਰ੍ਹਾਂ ਦੇ ਜਵਾਬ ਹੁੰਦੇ ਕਾਲਜਾਂ ਨੂੰ ਉਹਨਾਂ ਦੀ ਵੀ ਲੋੜ ਹੁੰਦੀ ਹੈ ਕਿਉਂਕਿ ਯੂਥ ਫੈਸਟੀਵਲ ਦੇ ਵਿੱਚ ਇਹੋ ਜਿਹੀ ਵੀ ਚਾਹੀਦੀ ਹੁੰਦੇ ਨਾ ਜਿਹੜੇ ਬੰਦੇ ਨੇ ਡਰਾਮੇ ਰੂਮੇ ਇਹ ਕਰਨੇ ਸੋ ਉਹ ਇੱਕ ਕਾਰਨ ਸੀ ਜਿਹਦਾ ਕਰਕੇ ਮਤਲਬ ਉਹ ਮੇਰੇ ਪ੍ਰੋਫੈਸਰ ਸਾਹਿਬ ਨੂੰ ਵੀ ਲੱਗਦਾ ਹੁੰ ਪਰ ਆ ਕੰਮ ਜਿਹੜਾ ਹੈ ਉਹ ਤੁਹਾਨੂੰ ਜ਼ਰੂਰ ਕਰਨਾ ਹੈ। ਸੋ ਇਸ ਕਰਕੇ ਉਹ ਜਿਹੜੇ ਕਾਲਜ ਸੀਗੇ ਜਾਂ ਜਿਹੜੀਆਂ ਪੜਾਈਆਂ ਡਿਗਰੀਆਂ ਹੋਗੀਆਂ ਉਹ ਯੂਥ ਫੈਸਟੀਵਲ ਕਰਨ ਦਾ ਕਰਕੇ ਹੋਗੀਆਂ। ਇੱਥੇ ਅਗਲਾ ਸਵਾਲ। ਪਹਿਲੀ ਵਾਰੀ ਗੁਰਪ੍ਰੀਤ ਸੰਧਾਲੀਆ ਟੀਵੀ ਤੇ ਕਦੋਂ ਆਇਆ? ਟੀਵੀ ਦੇ ਉੱਤੇ ਆਇਆ ਕਦੋਂ ਉਹ ਨਹੀਂ ਮਸਲਾ ਕਿ ਟੀਵੀ ਸੈਂਟਰ ਦਾ ਗੇਟ ਕਦੋਂ ਟੱਪਿਆ ਜਾਨੀ ਉਧਰਲੇ ਪਾਸੇ ਨੂੰ ਕਿਦਾਂ ਸਵਾਬ ਬਣ ਗਿਆ। ਅੱਜ ਵੀ ਪਿੰਡ ਦੇ ਬਹੁਤ ਸਾਰੇ ਸੱਜਣਾ ਨੇ ਜੇ ਜਾਣਾ ਹੋਵੇ ਤਾਂ ਈ ਠਾੜੇ ਮੁਰਦੀਨ ਲੰਗੀ ਦਾ ਪਿਛਲੀ ਗਲੀ ਲੰਗੀ ਦਾ ਭਾਵੇਂ 2 ਕਿਲੋਮੀਟਰ ਬਾਲਾ ਪਾ ਲਈਏ। ਨਹੀਂ ਮੈਂ ਤੁਹਾਨੂੰ ਦੱਸਦਾ ਵਾਟਸਐਪ ਕਾਰਨ ਆ ਦੂਰਦਰਸ਼ਨ ਉਦੋਂ ਆਪਣੇ ਆਪ ਵਿੱਚ ਇਹ ਹੁੰਦਾ ਸੀ ਵੀ ਬਸ ਜਿਨੇ ਦੂਰਦਰਸ਼ਨ ਦਾ ਗੇਟ ਟੱਪ ਲਿਆ ਨਾ ਉਹ ਤਾਂ ਰਾਜਾ ਐਂਡ ਮੈਂ ਪਿੰਡੋਂ ਚਲੇ ਜਾਣਾ ਮੈਨੂੰ ਕੋਈ ਨਹੀਂ ਸੀ ਜਾਣਦਾਂਦਾ ਉੱਥੇ ਐਂਡ ਮੈਂ ਬੜੀ ਵਾਰ ਦੂਰਦਰਸ਼ਨ ਦੇ ਗੇਟ ਤੇ ਖੜ ਕੇ ਮੋੜਾਉਂਦਾ ਰਿਹਾ ਕਾਰਨ ਕਾਰਨ ਇਹ ਸੀ ਵੀ ਉੱਥੇ ਸਿਕਿਉਰਿਟੀ ਜਿਹੜੀ ਹੁੰਦੀ ਆ ਤੁਹਾਨੂੰ ਉੱਥੇ ਦੱਸਣਾ ਪੈਂਦਾ ਉੱਥੇ ਇੱਕ ਪਾਸ ਬਣਦਾ ਉਹ ਪਾਸ ਨੇ ਤੁਹਾਨੂੰ ਪੁੱਛਣਾ ਵੀ ਹਾਂਜੀ ਭਾਈ ਸਾਹਿਬ ਤੁਸੀਂ ਕੌਣ ਹੋ ਕਿੱਧਰੋਂ ਕਿਵੇਂ ਆਏ ਹੋ ਕਿਹਨੂੰ ਮਿਲਣਾ ਹੁਣ ਨਾ ਦੇ ਮੈਨੂੰ ਉੱਥੇ ਕੋਈ ਅੰਦਰ ਜਾਣਦਾ ਹੀ ਤੇ ਨਾ ਮੈਨੂੰ ਪਤਾ ਹੀ ਸੀ ਵੀ ਅੰਦਰ ਮੈਂ ਕਿਹਨੂੰ ਮਿਲਣਾ ਹੁੰਦਾ ਕੀ ਆ ਹੁੰਦਾ ਕੀ ਐ ਉ ਅੰਦਰ ਜਾਣ ਦਾ ਇੱਕ ਸ਼ਾਇਦ ਤੁਹਾਨੂੰ ਪ੍ਰੋਗਰਾਮ ਯਾਦ ਹੋਵੇ ਲਿਸ਼ਕਾਰਾ ਆਹਾ ਉਹਦੇ ਪਾਸ ਹੁੰਦੇ ਸੀ ਵੀ ਯਾਰ ਉਹਦਾ ਪਾਸ ਲੈ ਕੇ ਤੁਸੀਂ ਐਜੇ ਦਰਸ਼ਕ ਵੀ ਬਣ ਕੇ ਜਾ ਸਕਦੇ ਹੈ ਨਾ ਮੈਂ ਕੋਸ਼ਿਸ਼ ਕਰਨੀ ਵੀ ਚੱਲ ਯਾਰ ਸ਼ਾਇਦ ਕਿਤੇ ਉਹੀ ਮਿਲ ਜਵੇ ਹਮਮ ਪਰ ਉਹ ਵੀ ਨਾ ਮਿਲਣਾ ਫਿਰ ਇੱਧਰ ਉੱਧਰ ਉਦੋਂ ਥੋੜੇ ਜਿਹਾ ਪ੍ਰਾਈਵੇਟ ਪ੍ਰੋਡਕਸ਼ਨਸ ਹੋਣ ਲੱਗ ਪਈਆਂ ਤੇ ਉਹ ਪ੍ਰਾਈਵੇਟ ਪ੍ਰੋਡਕਸ਼ਨ ਵਾਲਿਆਂ ਦੇ ਮੈਂ 걔ੜੇ-ਗੂੜੇ ਮਾਰਨੇ ਸ਼ੁਰੂ ਕਰ ਦਿੱਤੇ ਵੀ ਸ਼ਾਇਦ ਕੋਈ ਇੱਧਰ ਗੱਲ ਬਣਵੇ ਫਿਰ ਇੱਕ ਦੋ ਪ੍ਰਾਈਵੇਟ ਪ੍ਰੋਡਕਸ਼ਨਸ ਦੇ ਵਿੱਚ ਇੱਕ ਡਾਕਟਰ ਹਰਪਜਨ ਹੁਰੀਆਂ ਉਥੋਂ ਕਪੂਰਦਲੇ ਤੋਂ ਉਹਨ ਲੈ ਨਾਟਕ ਸੀਗਾ ਸਿਉਂਕ ਕਰਕੇ ਹੂੰ ਹੂੰ ਉਹਦੇ ਜੇਕ ਮੈਨੂੰ ਛੋਟਾ ਜਿਹਾ ਕਿਰਦਾਰ ਮਿਲਿਆ ਉਹਦੇ ਕਿਰਦਾਰ ਦਾ ਕਰਕੇ ਕੁਝ ਦੂਰਦਰਸ਼ਨ ਵਾਲੇ ਲੋਕਾਂ ਨਾਲ ਲਿੰਕ ਬਣ ਗਏ ਫਿਰ ਮੈਂ ਹੌਲੀ ਹੌਲੀ ਦੂਰਦਰਸ਼ਨ ਜਾਣ ਲੱਗ ਪਿਆ ਪਰ ਜੇ ਮੈਂ ਟਰਨਿੰਗ ਪੁਆਇੰਟ ਜ਼ਿਆਦਾ ਕਹਾ ਤੇ ਟਰਨਿੰਗ ਪੁਆਇੰਟ ਸੀਗਾ ਇੱਕ ਸੀਰੀਅਲ ਆਉਂਦਾ ਹੁੰਦਾ ਸੀ ਜੀ ਤੇ ਵੀ ਚੱਲਦਾ ਸੀਗਾ ਉਹ ਸੀਗਾ ਉਹਦਾ ਨਾਮ ਸੀ ਸਰਖਾਬ ਹਾਂ ਹਾਂ ਉਹ ਟੱਡਾ ਸਾਹਿਬ ਦਾ ਸੀਰੀਅਲ ਸੀ ਐਂਡ ਉਹਦੇ ਚ ਮੈਂ ਗਿਆ ਸੀ ਸਿਰਫ ਇੱਕ ਦਿਨ ਦੇ ਰੋਲ ਦੇ ਲਈ ਉਹਨਾਂ ਨੂੰ ਕੋਈ ਕਰੈਕਟਰ ਚਾਹੀਦਾ ਸੀ ਹੁਣ ਮੇਰੀ ਸ਼ਕਲ ਸੂਰਤ ਜੀ ਵੇਖਣ ਨੂੰ ਬਦਮਾਸ਼ਾਂ ਜਿਹੇ ਆਪਦੇ ਸੀ ਉਹਨਾਂ ਨੂੰ ਐਕਟਿਵ ਰੋਲ ਚਾਹੀਦਾ ਸੀ ਉਹ ਹੁਣ ਮੈਂ ਇੱਕ ਕੀਤਾ ਤੇ ਉਹਨਾਂ ਨੇ ਮੈਨੂੰ ਕੰਟੀਨਿਊ ਕਰ ਲਿਆ ਤੇ ਮੇਰਾ ਰੋਲ ਸੀਗਾ ਜੱਗੀ ਨਾਮ ਦਾ ਇੱਕ ਕੈਰੈਕਟਰ ਸੀਗਾ ਉਹ ਉਹਦੇ ਤੋਂ ਬਾਅਦ ਮੈਨੂੰ ਲੱਗਿਆ ਵੀ ਨਹੀਂ ਯਾਰ ਇਹਦੇ 'ਚ ਕੁਝ ਹੈ ਹੈ ਮਤਲਬ ਪਹਿਲਾਂ ਤਾਂ ਇਹ ਸੀ ਵੀ ਧੱਕੇ ਸੀ ਜਦੋਂ ਘਰ ਦੇ ਵੀ ਕਹਿਣ ਲੱਗ ਪਏ ਜਦੋਂ ਰਿਸ਼ਤੇਦਾਰ ਵੀ ਕਹਿਣ ਲੱਗ ਪਏ ਵੀ ਜਾਣ ਦੇ ਉਸੇ ਨੂੰ ਜਦੋਂ ਥੋੜਾ ਥੋੜਾ ਇੱਧਰ ਉੱਧਰ ਫੋਟੋ ਜੀ ਆਉਣ ਲੱਗ ਪਈ ਹੋਰ ਕੁ ਵੇਖਣਾ ਵੇ ਕਿ ਰਿਸ਼ਤੇਦਾਰ ਦੇ ਵੇ ਹੀ ਲੈਂਦੇ ਆ ਘਰ ਦੇ ਖਾਸ ਤੌਰ ਤੇ ਘਰ ਦੇ ਉੱਤਸਲੀ ਜੀ ਹੋਗੀ ਵੀ ਨਹੀਂ ਕੋਈ ਗੱਲ ਨਹੀਂ ਇੱਕੇ ਪਾਸੇ ਕੰਮ ਤੇ ਹੀ ਜਾਂਦਾ ਹੀ ਕੰਮ ਤੇ ਹੀ ਜਾਂਦਾ ਫਿਰ ਮੈਂ ਉਹ ਉੱਥੇ ਜਾਣ ਲੱਗ ਪਿਆ ਦੂਰਦਰਸ਼ਨ ਜਾਣ ਲੱਗ ਪਿਆ ਫਿਰ ਦੂਰਦਰਸ਼ਨ ਹੌਲੀ ਹੌਲੀ ਲਿੰਕਸ ਬਣਨ ਲੱਗ ਪਏ ਫਿਰ ਮੈਂ ਐਕਟਿੰਗ ਵੀ ਕਰ ਲਈ ਫਿਰ ਐਂਕਰਿੰਗ ਵੀ ਕਰ ਲਈ ਉੱਥੇ ਦੇ ਜਿਹੜੇ ਉਹ ਉੱਥੇ ਆਡੀਸ਼ਨਸ ਹੁੰਦੇ ਨੇ ਕਿ ਤੁਸੀਂ ਕਿਸ ਗ੍ਰੇਡ ਦੇ ਐਕਟਰ ਹੋ ਉਹ ਵੀ ਜਿਹੜਾ ਕੋਈ A ਗ੍ਰੇਡ ਤੱਕ ਦਾ ਹੁੰਦਾ ਜਾਂ B ਹਾਈ ਜੋ ਵੀ ਹੁੰਦੇ ਨੇ ਉਹ ਸਾਰੇ ਤੁਸੀਂ ਕਰ ਲਏ ਪਰ ਜਿਆਦਾ ਜਿਹੜਾ ਇਹਦੇ ਚ ਟਰਨਿੰਗ ਪੁਆਇੰਟ ਸਣਾ WhatsApp ਇਹ ਖੁੱਬ ਅਜੇ ਵੀ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੋਵੇ ਪਿਆਰੇ ਬੜਾ ਸੌਖਾ ਈਜ਼ੀ ਹੈ ਅੱਜ ਵੀ WhatsApp ਬਹੁਤ ਸਾਰੇ ਲੋਕ ਨੇ ਜਿਹਨਾਂ ਨੂੰ ਲੱਗਦਾ ਕਿ ਮੈਂ ਇਸ ਫੀਲਡ ਚ ਕਰੀਅਰ ਬਣਾਉਣਾ ਹੂੰ ਹੂੰ ਤੁਸੀਂ ਦੇਖੋ ਕਿ ਜਦੋਂ ਮੈਂ ਇਹ ਟੀਵੀ ਲਈ ਧੱਕੇ ਖਾਂਦਾ ਸੀ ਨਾ ਉੱਥੇ ਮੈਨੂੰ ਆਪਣੇ ਬਾਬ ਪਾਜੀ ਨੂੰ ਕਹਿੰਦਾ ਭਾਈ ਵੀਰਿੰਦਰ ਹੁਰੀ ਹੂੰ ਹੂੰ ਇੱਕ ਪਾਜੀ ਪਰਮਜੀਤ ਹੁਰੀ ਆ ਉਹ ਰੇਡੀਓ 'ਚ ਨੇ ਤੇ ਇੱਕ ਸੁਖਵਿੰਦਰ ਸੁਖੀ ਸ਼ਾਇਦ ਮੇभी ਉਹਨਾਂ ਨੇ ਸੁਣੇ ਹੋਏ ਕਈ ਲੋਕ ਰੇਡੀਓ ਤੇ ਸੁਣਦੇ ਆ ਉਨਾਂ ਲੋਕਾਂ ਦੇ ਸੰਪਰਕ 'ਚ ਆਇਆ ਤੇ ਉਹਨਾਂ ਮੈਨੂੰ ਆਖਣਾ ਵੀ ਯਾਰ ਤੇਰੀ ਆਵਾਜ਼ ਨਾ ਰੇਡੀਓ ਵਾਲੀ ਆ ਹੂੰ ਹੂੰ ਤੇ ਤੂੰ ਇੱਧਰ ਆਇਆ ਕਰ ਗਲਤ ਬਸੇ ਜੜੇ ਆ ਹਾਂ ਵੀ ਤੂੰ ਟੀਵੀ ਛੱਡ ਤੂੰ ਰੇਡੀਓ ਵੀ ਕਰਿਆ ਕਰ ਤੇ ਐਵੇਂ ਕੇਲੇ ਭੇਜਿਆ ਨਾ ਸੰਤਰੇ ਵਾਲਾ ਬੰਦਾ ਏ ਅੱਛਾ ਹੁਣ ਜਿਹੜੀ ਆਵਾਜ਼ ਨੂੰ ਮੈਂ ਆਪਣੇ ਸੱਜਣ ਮਿੱਤਰ ਜਾਂ ਉਦੋਂ ਦੇ ਜਿਹੜੇ ਬ੍ਰੇਕ ਅੱਛਾ ਜੀ ਇਹ ਅੱਜ ਵਿਟੋ ਪਾਵਰ ਹੀ ਆ ਨਹੀਂ ਨਹੀਂ ਮੈਂ ਤੇ ਹੁਣ ਬ੍ਰੇਕ ਇਹ ਟਰਨਿੰਗ ਪੁਆਇੰਟ ਤੇ ਜਾਣ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਆਮ ਬੰਦਾ ਜਿਹੜਾ ਜਦੋਂ ਤੁਸੀਂ ਕਹਿੰਦੇ ਮੈਂ ਗੇਟ ਤੋਂ ਖੜ ਕੇ ਮੁੜਿਆ ਆ ਮੈਨੂੰ ਉਹਨਾਂ ਨੇ ਐਂ ਦਿੱਤਾ ਫਿਰ ਉਧਰਲੇ ਪਾਸੇ ਚ ਆਮ ਬੰਦੇ ਦੇ ਲਈ ਦਾਖਲਾ ਬਹੁਤਾ ਔਖਾ ਜਿਹਾ ਆਮ ਕਰਦਾ ਬੱਚਾ ਜੇ ਚਾਹੇ ਕਿ ਪਾਈ ਮੈਂ ਆਪਣਾ ਕਰੀਅਰ ਬਣਾਉਣਾ ਮੇਰੇ ਅੰਦਰ ਕੁਛ ਹੈਗਾ ਤਾਂ ਮੌਕਾ-ਮੌਕਾ ਨਹੀਂ ਮਿਲਦਾ ਤੁਸੀਂ ਮੇਰੀ ਸਟੋਰੀ ਤੋਂ ਅੰਦਾਜ਼ਾ ਲਾ ਹੀ ਲੈਣਾ ਵਾਟਸਐਪ ਦੇਖੋ ਮੈਂ ਦੂਰਦਰਸ਼ਨ ਜਦੋਂ ਮੈਨੂੰ ਨਵਾਂ-ਨਵਾਂ ਜਾਣ ਲੱਗਿਆ ਸੀ ਤਾਂ ਮੈਨੂੰ ਇੱਕ ਦੋ ਵਾਰ ਤਾਂ ਜਦੋਂ ਉਹਨੇ ਕਿਹਾ ਵੀ ਤੇਨੂੰ ਕਾਕਾ ਰੋਲ ਦੇਣਾ ਤੂੰ 7 ਵਜੇ ਆ ਜੀ ਆਹ ਮੈਂ ਨਹੀਂ ਕਿਸੇ ਨੂੰ ਦੱਸਣਾ ਵੀ ਮੇਰਾ ਪਿੰਡ ਉੱਥੋਂ 75-80 ਕਿਲੋਮੀਟਰ ਤੇ ਬੱਸ ਕੋਈ ਨਹੀਂ ਆਉਂਦੀ ਸਾਬ ਮੈਂ ਕੋ ਸਕੂਟਰ ਫੜੂੰਗਾ ਕਿ ਜਿਵੇਂ ਨਾ ਤਾਂ ਦਸੰਬਰ ਜਨਵਰੀ ਦੇ ਦਿਨਾਂ 'ਚ ਕਿੰਨੇ ਧੁੰਦ ਹੁੰਦੇ ਹੁੰ ਤਾਂ ਮੈਂ ਤੜਕੇ ਕਈ ਵਾਰ ਮੂੰਹ ਨੇਰੇ ਤੁਰ ਪੈਣਾ ਵੀ ਧੁੰਦ ਹੋਣੀ ਆ ਹੌਲੀ ਹੌਲੀ ਜਾਊਂਗਾ ਰਾਜ ਜਾ ਕੇ ਥੋੜਾ ਜਿਆ ਰੋਕਣਾ ਕਿਤੇ ਸਾਹ ਲੈਣਾ ਫਿਰ ਲੇਟ ਨਾ ਹੋ ਜਾਏ ਟਰੈਕਟਰ ਸਾਹਿਬ ਗੁੱਸੇ ਹੋਣਗੇ ਹਾਂ 7 ਵਜੇ ਦਾ ਕਹਿਣਾ ਤਾਂ ਮੈਂ 6 ਵਜੇ ਜਾਵਣਾ ਨੇਰਾ ਹੋਣਾ 7 ਵਜੇ ਤੱਕ ਜਦੋਂ ਤੱਕ ਹੁਸਮੁਸਾ ਜਾਣ ਉਹਨਾਂ ਤੱਕ ਤਾਂ ਉਹ ਜਿਹੜੇ ਆਪਣੇ ਸਫਾਈ ਵਾਲੇ ਵੀਰ ਹੁੰਦੇ ਉਹੀ ਆਏ ਹੁੰਦੇ ਉਹਨਾਂ ਨੂੰ ਪੁੱਛਣਾ ਵੀ ਹਾਂ ਕਿੱਧਰ ਮੈਂਣਾ ਜੀ ਉਹ ਕਾਕਾ ਉਹਨਾਂ 10 ਵਜੇ ਤੋਂ ਪਹਿਲਾਂ ਨਹੀਂ ਆਉਣਾ ਤੂੰ ਚਾਹ ਜੂ ਪੀ ਫੇਰਾ ਜੀ ਫੇਰ ਮੋੜ ਦੇਣਾ ਹਾਂ ਪਰ ਮੈਂ ਸੋਚਣਾ ਵੀ ਹੁਣ ਜੇ ਮੈਂ ਚੱਲ ਗਿਆ ਅਗਲੇ ਸਾਹਿਬ ਆ ਜਾਣਗੇ ਪਹਿਲੇ ਉਹ ਟਾਈਮ ਮੈਨੂੰ ਯਾਦ ਆ ਵੀ ਮੈਂ ਉਹ ਕਿਵੇਂ ਸੜਕ ਦੇ ਬਾਹਰ ਖੜਾ ਰਹਿੰਦਾ ਹੁੰਦਾ ਸੀ ਵੀ ਸਿਰਫ ਇਸ ਕਰਕੇ ਵੀ ਸਾਹ ਆਉਣਗੇ ਹਜੇ ਇੰਨਾ ਚੰਗਾ ਉਥੇ ਫੁੱਟਪਾਥ ਹੈਗਾ ਨਹੀਂ ਫੁੱਟਪਾਥ ਖੜੇ ਹੁਣ ਪਰਲੇ ਪਾਸੇ ਵੀ ਹੈਗਾ ਤੇ ਉਹ ਉਹ ਠੱਗੀ ਖਾਣੇ ਪੈਂਦੇ ਆ ਪਰ ਦੂਜੀ ਜਿੱਦਾਂ ਮੈਂ ਰੇਡੀਓ ਦੀ ਗੱਲ ਦੱਸਦਾ ਹੁਣ ਦੇਖੋ ਰੇਡੀਓ ਆਲ ਇੰਡੀਆ ਰੇਡੀਓ ਦੇ ਵਿੱਚ ਐਂਟਰੀ ਨਹੀਂ ਹੁੰਦੀ ਸੀ ਉਸ ਤੋਂ ਬਾਅਦ ਨਾ ਇੱਕ ਪ੍ਰਾਈਵੇਟ ਪ੍ਰੋਡਕਸ਼ਨ ਬਾਹਰ ਲਈ ਹੁੰਦੀ ਸੀ ਉਦੋਂ ਇਧਰ ਕਿਉਂਕਿ ਫੋਰਨ ਦੇ ਵਿੱਚ ਕੁਝ ਰੇਡੀਓ ਚੱਲਦੇ ਹੁੰਦੇ ਸੀ ਰੇਡੀਓ ਡਰਾਮਾ ਹੁੰਦਾ ਸੀ ਸੋ ਰੇਡੀਓ ਡਰਾਮਾ ਕਰਨ ਦੇ ਲਈ ਮਤਲਬ ਉਹੀ ਸਟੇਜ ਵਾਲਾ ਐਕਸਪੀਰੀਅੰਸ ਟੀਵੀ ਵਾਲਾ ਐਕਸਪੀਰੀਅੰਸ ਮੇਰਾ ਰੇਡੀਓ ਡਰਾਮੇ 'ਚ ਕੰਮ ਆ ਗਿਆ। ਉੱਥੇ ਮੈਂ ਰੇਡੀਓ ਡਰਾਮੇ ਦੇ ਇੱਕ ਕਿਰਦਾਰ ਕੈਰੇਕਟਰ ਕਰਦਾ ਰਿਹਾ। ਨਹੀਂ ਕਿਰਦਾਰ ਕੈਰੇਕਟਰ ਤੋਂ ਭਾਵ ਕੀ ਇੱਕ ਤੋਂ ਵੱਧ? ਇੱਕ ਤੋਂ ਵੱਧ। ਮਤਲਬ ਕਿਉਂਕਿ ਤੁਸੀਂ ਆਵਾਜ਼ ਦੇ ਨਾਲ ਹੀ ਆਪਣੇ ਨਾਲ ਕੈਰੇਕਟਰ ਨਹੀਂ ਏਦਾਂ ਨਹੀਂ ਹੈ। ਸਾਨੂੰ ਕੀ ਪਤਾ ਬਹੁਤ ਸਾਰੇ ਸੱਜਣਾ ਦੇਖੋ ਮੈਂ ਸਿੱਧਾ ਹੋ ਲੈਣਾ ਇੱਕਰੀ। ਭੀ ਗੁਰਪ੍ਰੀ ਸੰਧਾਲੀ ਆ ਹੋਰਾਂ ਨਾਲ ਅੱਜ ਗੱਲ ਕਰ ਰਹੇ ਆ ਇਸ ਕਰਕੇ ਕਰ ਰਹੇ ਆ ਕਿ ਭਾਈ ਖਬਰਾਂ ਕਰਨ ਲੱਗੇ ਸੀ ਕਿਸਾਨਾਂ ਦੀ ਗੱਲ ਵੀ ਕਰਨੀ ਪਤਾ ਤਾਂ ਲੱਗੇ ਜਿਹੜਾ ਬੰਦੇ ਨੂੰ ਮੈਂ ਨਾਲ ਬਿਠਾਈ ਫਿਰਦਾ ਆਪਣੇ ਮੋਪੜ ਦੇ ਉੱਤੇ ਕੀ ਪਤਾ ਬੰਦਾ ਕਹਨੂੰ ਟਾਇਰ ਨਾਲ ਲਾ ਕੇ ਲੈ ਜਾਵੇ ਵਿਸ਼ੋਕੜ ਪਤਾ ਕਰ ਲਈਏ ਕਈ ਸੱਜਣਾ ਦੇ ਫੋਨਾਂ ਦੇ ਆਉਂਦੇ ਯਾਰ ਅਸੀਂ ਬੰਦਾ ਨਾਟਕ ਚ ਦੇਖਿਆ ਹੁਣ ਰੇਡੀਓ ਡਰਾਮਾ ਇਹ ਤਾਂ ਵੱਖਰੀ ਟਰਮ ਆ ਵੱਖਰੀਆਂ ਵੱਖਰੀਆਂ ਆਵਾਜ਼ਾਂ ਪੂਜੀਆਂ ਨਹੀਂ ਕਰਦੇ ਹੁੰਦੇ ਕੱਢ ਕੇ ਦਿਖਾਓ ਫੇਰ ਮੰਨਦੇ ਨਹੀਂ ਨਹੀਂ ਰੇਡੀਓ ਡਰਾਮਾ ਜਦਾਂ ਮੰਨ ਲਓ ਜੀ ਆਪਾਂ ਰੇਡੀਓ ਤੇ ਹੀ ਗੱਲ ਕਰ ਰਹੇ ਹਾਂ ਪਹਿਲਾਂ ਤੁਸੀਂ ਹੋਰ ਸੁਣੋ ਇੱਕ ਲੋਕਾਂ ਨੂੰ ਮੈਂ ਦੱਸਦਾ ਰੇਡੀਓ ਦਾ ਇੱਕ ਬਹੁਤ ਪੁਰਾਣਾ ਮਸ਼ਹੂਰ ਨਾ ਹੋਂਦਾ ਹੁੰਦਾ ਸੀ ਇਹ ਸ਼ਾਇਦ ਹੁ ਉਹ ਕਿਵੇਂ ਉਹ ਬੇਸਿਕਲੀ ਡਰਾਮਾ ਹੀ ਹੁੰਦਾ ਰੇਡੀਓ ਡਰਾਮਾ ਬਹੁਤ ਕੀਤਾ ਉਥੇ ਉਹਦੇ ਚ ਮੰਨ ਲਓ ਤੁਸੀਂ ਇੱਕ ਆਵਾਜ਼ ਹੈ ਤਾਂ ਤੁਸੀਂ ਆਵਾਜ਼ ਹੀ ਬਦਲਨੀ ਆ ਪਰ ਜਿਹੜਾ ਸੁਣਨ ਵਾਲਾ ਬੰਦਾ ਉਹਨੂੰ ਲੱਗਣਾ ਵੀ ਹਾਂ ਯਾਰ ਇੱਕ ਕਿਰਦਾਰ ਬਦਲ ਗਿਆ ਜਿੱਦਾਂ ਉਹ ਆਜੂ ਆਜੂ ਪਈ ਜੀ ਲੰਘ ਗਿਆ ਉਹ ਆਗੇ ਆਗੇ ਸਾਬ ਕੀ ਹਾਲ ਨੇ ਨਾ ਮੈਨੂੰ ਕਹੀਆਂ ਨਾ ਖਿੰਨਾ ਬਈ ਤੂੰ ਇਦਾਂ ਨਾ ਕਰਿਆ ਕਾ ਦੇਖਦਾ ਜਾਂ ਖਿੰਦਾ ਗਦਾ ਜਾਂ ਮੇਰੀ ਬਲੋ ਹੁਣ ਇਹ ਹੋ ਗਈ ਰੋ ਹਾਂ ਇਹਨੂੰ ਜਦੋਂ ਆਪਾਂ ਪੋਸਟ ਦੇ ਵਿੱਚ ਥੋੜਾ ਬਹੁਤ ਉਹ ਟ੍ਰੀਟ ਕਰਦੇ ਨੇ ਤਾਂ ਉਹਦਾ ਟੋਟਲੀ ਡਿਫਰੈਂਟ ਕੈਰੇਕਟਰ ਬਣ ਜਾਂਦਾ ਹੁਣ ਇਹ ਇਹ ਕੰਮ ਮੈਂ ਕਰਦਾ ਕਰਦਾ ਜਦੋਂ ਉੱਥੇ ਜਾਂਦਾ ਵੜਿਆ ਉਹਨਾਂ ਮੈਨੂੰ ਆਖਣਾ ਵੀ ਹੁਣ ਤੂੰ ਜਾ ਪਰ ਨਾ ਉਦੋਂ ਉਦੋਂ ਮੇਰੇ ਦਿਮਾਗ 'ਚ ਇੱਕ ਕ੍ਰੇਜ਼ ਸੀ ਵੀ ਮੈਂ ਕਿਹਾ ਯਾਰ ਜਿਹੜਾ ਰੇਡੀਓ ਦੇ ਉੱਪਰ ਆਪਾਂ ਆਮ ਰੇਡੀਓ ਅੱਜਕੱਲ ਸੁਣਦੇ ਆ ਯੋਕੇ ਰੇਡੀਓ ਜੋਕੀ ਇੱਕ ਟਰਮ ਮੈਂ ਸੁਣੀ ਉੱਥੇ ਜਾ ਕੇ ਵੀ ਗਾਣੇ ਗੁਣੇ ਲੱਗਦੇ ਆ ਰੇਡੀਓ ਜੋਕੀ ਕੰਮ ਕਰਦਾ ਬਣਾ ਯਾਰ ਉਹ ਕੰਮ ਕਰਨਾ ਮੈਂ ਉਹਨਾਂ ਕਹਾਂ ਮੈਂ ਭਾਈ ਉਹ ਕੰਮ ਫਿਰ ਉੱਥੇ ਹੀ ਕੁਝ ਸੱਜਣ ਸੀਗੇ ਜਿਨ੍ਹਾਂ ਨੇ ਹਾਂ ਉਹਦੇ ਇੱਕ ਇੱਕ ਤੇਰੀ ਆਵਾਜ਼ ਨਾ ਥੋੜੀ ਜੀ ਦਿਹਾਤੀ ਟਾਈਪ ਆ ਪਿੰਡਾਂ ਵਾਲੀ ਹੈ ਪਿੰਡਾਂ ਵਾਲੀ ਹੈ ਪਿੰਡੂ ਟੱਚ ਆ ਪਿੰਡੂ ਟੱਚ ਥੋੜੀ ਜੀ ਬੋਲੀ ਬੜੀ ਖਰਬੀ ਅਜੀਬ ਹੈ ਤੂੰ ਥੋੜਾ ਜਿਹਾ ਮਤਲਬ ਇਹ ਨਹੀਂ ਤੇਰੇ ਵਾਸਤੇ ਕੰਮ ਤੂੰ ਉਹਨੋਂ ਮੇਨ ਜਿਹੜਾ ਚੈਨਲ ਹੈ ਉਹਦੇ ਤੇ ਅਨਾਉਂਸਮੈਂਟ ਕਰਾਇਆ ਕਰ ਅੱਛਾ ਹੁਣ ਮੇਨ ਚੈਨਲ 'ਤੇ ਅਨਾਉਂਸਮੈਂਟ ਮੈਨੂੰ ਸੁਣਾਣਾ ਮੈਨੂੰ ਅਜੇ ਵੀ ਯਾਦ ਹੈ ਬਿਲਕੁਲ ਉਹ ਜ਼ਰੂਰ ਬਹੁਤ ਧਿਆਨ ਨਾਲ ਸੁਣਨੀ ਆ ਸਾਰਿਆਂ ਨੇ ਮੈਂ ਸੁਣਦਾ ਜਦੋਂ ਮੈਨੂੰ ਰਾਤ ਨੂੰ ਨੀਂਦ ਨਾਲ ਅਨਾਉਂਸਮੈਂਟ ਸੁਣਦਾ ਹੁੰਦਾ ਹਾਂ ਸ਼ਾਇਦ ਜੇ ਤੁਸੀਂ ਕਿਤੇ ਰੇਡੀਓ ਆਲ ਇੰਡੀਆ ਰੇਡੀਓ ਸੁਣਦੇ ਹੋ ਤਾਂ ਉਹਦੇ ਤੇ ਇੱਕ ਜਿਹੜੇ ਆਪਣੇ ਅਨਾਊਂਸਰ ਸਾਹਿਬ ਹੁੰਦੇ ਆ ਉਹਨਾਂ ਦੇ ਲਈ ਬੋਲਣਾ ਜ਼ਰੂਰੀ ਹੁੰਦਾ ਮੀਡੀਅਮ ਵੀ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਆਕਾਸ਼ਵਾਣੀ ਦਾ ਜਿਲੰਦਰ ਕੇਂਦਰ ਹੈ ਇਸ ਵਕਤ 8:00 ਵਜੇ ਕਿਨਿੰਮੈਂਟ ਹੋ ਚੁੱਕੀ ਨਹੀਂ ਹੁਣ ਤੁਸੀਂ ਸਾਡੇ ਚੰਡੀਗੜ੍ਹ ਸਟੂਡੀਓ ਤੋਂ ਖ਼ਬਰਾਂ ਸੁਣੋ ਤੇ ਜੇ ਦੇ ਵਿੱਚ ਇੱਕ ਸ਼ਬਦ ਰਹਿ ਜਵੇ ਨਹੀਂ ਨਾ ਇਹ ਤੇ ਗੱਲ ਹੈ ਇਹ ਤਾਂ ਲਾਈਵ ਚੱਲ ਰਿਹਾ ਬਾਹਰ ਉਹ ਡਿਊਟੀ ਅਫਸਰਸ ਆਉਂ ਰਹੇ ਆ ਉਹਨਾਂ ਨਾਲ ਹੀ ਨੋਟ ਕਰ ਲੈਣਾ ਕਿ ਕਹਾ ਕੀ ਤਨਖਾਹ ਕੱਟੀ ਜਾਣੀ ਆ ਉਹ ਤਾਂ ਹੈ ਹੀ ਨੌਕਰੀ ਵੀ ਕੱਟੀ ਜਾਣੀ ਆ ਨੌਕਰੀ ਤਾਂ ਕੱਚੀ ਹੁੰਦੀ ਸੀ ਉੱਥੇ ਕਹਿੰਦਾ ਵੀ ਅਗਲੇ ਨਾਲ ਅਗਲੇ ਵੀ ਠੀਕ ਹੈ ਦੀ ਅਗਲੇ ਡਿਊਟੀ ਨਾ ਪਾਓ ਪਰ ਮੈਂ ਨਾ ਦਾ ਆ ਐਕਚੁਅਲੀ ਬੰਦੇ ਦੇ ਦਿਮਾਗ ਸੂਈ ਹਟ ਜਾਂਦੀ ਜਦੋਂ ਹੁਣ ਮੈਨੂੰ ਆ ਗੱਲ ਕਹੀ ਗਈ ਵੀ ਯਾਰ ਤੇਰੀ ਆਵਾਜ਼ ਪਿੰਡੂ ਆ ਤੂੰ ਤੇ ਆਤੀ ਆ ਮੈਂ ਕਹਣਾ ਯਾਰ ਇੰਨੀਆਂ ਆਵਾਜ਼ਾਂ ਕੱਢ ਲਈ ਇੰਨਾ ਸਾਰਾ ਕੁਝ ਖੱਜਲ ਹੋ ਲਿਆ ਤੇ ਫਿਰ ਵੀ ਸਿਆ ਆ ਤੇ ਫਿਰ ਗੱਲ ਮਾੜੀ ਐ ਉੱਥੇ ਹੁਣ ਜਿਹੜਾ ਬੰਦਾ ਐਫ ਐਮ ਰੇਨਬੋ ਤੇ ਕੰਮ ਕਰਦਾ ਸੀ ਉਦੋਂ ਹਜੇ ਪ੍ਰਾਈਵੇਟ ਅੱਜ ਕੱਲ ਤਾਂ ਵੈਸੇ ਪੰਜਾਬ ਦੇ ਵਿੱਚ ਲੋਕਾਂ ਨੂੰ ਹੁਣ ਬਹੁਤ ਸਾਰੇ ਰੇਡੀਓਜ਼ ਆ ਗਏ ਐਫ ਐਮ ਚੈਨਲ ਆ ਗਏ ਇਧਰ ਕੈਨੇਡਾ ਦੇ ਵਿੱਚ ਡਿਫਰੈਂਟ ਤਰ੍ਹਾਂ ਦੇ ਰੇਡੀਓ ਸੁਣਦੇ ਆਂ ਉਦੋਂ ਐਫ ਐਮ ਰੇਨਬੋ ਵੀ ਹੁੰਦਾ ਸੀ ਇੱਕ ਕੈਫ ਐਫ ਐਮ ਤੇ ਗਾਣੇ ਚੱਲਦੇ ਸੀ ਹੈਨਾ ਐਡ ਉੱਥੇ ਜਿਹੜੀਆਂ ਉਹ ਨਾਲ ਕਹਿ ਲੋ ਕਿ ਵੀ ਕੁੜੀਆਂ ਨੇ ਜਾਂ ਮੁੰਡਿਆਂ ਨੇ ਕੰਮ ਕਰਨਾ ਉਹ ਡਿਫਰੈਂਟ ਤਰ੍ਹਾਂ ਦੇ ਲੋਕ ਹੁੰਦੇ ਸੀ ਹਾਂ ਸ਼ਹਿਰ ਦੇ ਮੁੰਡੇ ਵੀ ਥੋੜੇ ਜਿਆ ਮਤਲਬ ਟਾ ਟੂਰ ਮਾਰਿਆ ਰਿਹਾ ਅੱਛਾ ਰੇਡੀਓ ਤੇ ਆਪਾਂ ਗਰਮੀਆਂ ਦੇ ਵਿੱਚ ਪਸੀਨੇ ਨਾਲ ਭਿਜੇ ਜਾਣਾ ਉਹੀ ਪਿੰਡੋਂ ਤੁਸੀਂ ਆਪ ਸੋਚੋ ਜਿਹੜਾ ਬੰਦਾ ਵਿਚਾਰਾ ਡੇਢ ਪੌਣੇ 2 ਘੰਟੇ ਦਾ ਸਬਰ ਕਰਕੇ ਉੱਥੇ ਆ ਪੜਿਆ ਤੇ ਉੱਥੇ ਹਾਲਤ ਉਹਦੀ ਖੱਜਲ ਹੋਈ ਸੀ ਤੇ ਘਰੋਂ ਕੱਲਾ ਹੀ ਤੁਰਿਆ ਮੁੜ ਕੇ ਪਾਊਡਰ 2 ਕਿਲੋ ਮੂੰਹ ਤੇ ਹੁੰਦਾ ਸੀ ਹੈਨਾ ਤੇ ਮੈਂ ਉੱਥੇ ਉਹ ਵੇਖਣਾ ਬੈਣਾ ਯਾਰਾ ਮਤਲਬ ਥੋੜੀ ਸੰਸਾਰ ਵਿੱਚ ਤੁਰਿਆ ਪੂਰੀ ਸੰਸਾਰ ਹੈ ਟਿਪ ਟਾਪ ਤੇ ਜਦੋਂ ਆਪਾਂ ਐਂਟਰ ਕਰਦੇ ਆ ਤਾਂ ਪਹਿਲੇ ਕਮਰਾ ਉਹ ਹੁੰਦਾ ਸੀ ਜਿੱਥੇ ਐਫਐਮ ਰੇਨਬੋ ਆ ਤੇ ਮੈਂ ਉਹ ਬਸ ਐਂ ਵੇਖਣਾ ਤੇ ਮੜਾ ਜਾ ਰੁਕਣਾ ਤੇ ਫਿਰ ਮੈਂ ਗਾਂ ਲੰਘ ਜਾਣਾ ਆਹ ਮਤਲਬ ਮੇਰੇ ਲਈ ਨਹੀਂ ਹੈ ਇਹ ਮੈਂ ਅੱਗੇ ਚਲੇ ਜਾਣਾ ਸੁਪਨਿਆਂ ਦਾ ਕਮਰਾ ਸੁਪਨਿਆਂ ਦੀ ਕਮਰੇ ਦੀ ਗੱਲ ਬਾਤ ਹੋ ਗਈ ਪਰ ਮੈਨੂੰ ਇਹ ਇਹ ਮੇਰੇ ਨਾਲ ਪਤਾ ਨਹੀਂ ਕਿਉਂ ਮੇਰੇ ਕਿਤੇ ਅਨਕੌਨਸ਼ੀਅਸ ਮਾਈਂਡ 'ਚ ਬੈ ਗਈ ਚੀਜ਼ ਮੈਂ ਕਿਹਾ ਯਾਰ ਇਹ ਇਹਦਾ ਮਤਲਬ ਵੀ ਤੂੰ ਫੇਲ ਹੈ ਗੁਰਪੀਤ ਜਾਨ ਤੇਰੇ ਲਈ ਇਹ ਚੀਜ਼ ਨਹੀਂ ਹੈਗੀ ਮਤਲਬ ਸ਼ਾਇਦ ਇਦਾਂ ਹੁਣ ਤੁਸੀਂ ਸਟਾਰਟਿੰਗ ਦੀ ਗੱਲ ਕੀਤੀ ਨਾ ਵੀ ਬਹੁਤ ਆਮ ਘਰਾਂ ਦੇ ਬੰਦੇ ਸੋਚਦੇ ਹੁੰਦੇ ਆ ਮੁੰਡੇ ਸੋਚਦੇ ਹੁੰਦੇ ਆ ਵੀ ਯਾਰ ਤੁਸੀਂ ਆਹ ਕੰਮ ਕਰਨਾ ਤਾਂ ਮੈਨੂੰ ਲੱਗਿਆ ਵੀ ਠੀਕ ਹੈ ਸ਼ਾਇਦ ਮੇਰੀ ਮੇਰੀ ਸੀਮਾ ਇਹ ਹੋਈ ਹੈ ਵੀ ਇਸ ਤੋਂ ਅੱਗੇ ਫੁੱਲ ਸਟਾਪ ਆ ਤੁਸੀਂ ਨਹੀਂ ਕਰ ਸਕਦੇ ਫਿਰ ਮੈਂ ਹੌਲੀ ਹੌਲੀ ਇਧਰੋਂ ਜਦੋਂ ਬੰਦਾ ਡੀਮੋਟੀਵੇਟ ਹੋ ਜਾਂਦਾ ਫਿਰ ਮੈਂ ਟੀਵੀ ਵਾਲੇ ਪਾਸੋਂ ਵੀ ਡੀਮੋਟੀਵੇਟ ਹੋਣ ਲੱਗ ਪਿਆ ਜੋ ਕੋ ਉੱਥੇ ਵੀ ਬਹੁਤ ਸਟਰਗਲ ਸੀ ਤੁਸੀਂ ਕਿੰਨਾ ਅਕჯერ ਫੋਨ ਕਰ ਕਰਕੇ ਕਿੰਨਾ ਕਿ ਜੀ ਸਰ ਯਸ ਸਰ ਮੈਂ ਸਰ ਮੈਨੂੰ ਸਰ ਦੱਸਿਓ ਸਰ ਓਕੇ ਸਰ ਮੈਂ ਤੁਹਾਡਾ ਬੱਚਾ ਸਰ ਕਿੰਨਾ ਅਕჯერ ਕਰ ਲਓ ਮਤਲਬ ਜਦੋਂ ਮੈਨੂੰ ਲੱਗਿਆ ਕਿ ਟੈਲੈਂਟ ਨਾਂ ਦੀ ਚੀਜ਼ ਚੂਜ਼ ਦਾ ਕੋਈ ਮੁੱਲ ਨਹੀਂ ਹੈਗਾ ਇਹ ਕੁਝ ਦੁਨੀਆ ਸੰਸਾਰ ਪੂਰੀ ਜੀ ਦਾ ਮੁੱਲ ਐਂਡ ਆਈ ਥਿੰਕ 2006 ਦੀ ਗੱਲ ਹੋਗੀ 2006 ਹਾਂ 2006 ਦੇ ਵਿੱਚ ਮੈਂ ਇੰਨਾ ਕਿ ਫੈਡ ਅਪ ਹੋ ਗਿਆ ਸੀ ਕਿ ਮੈਂ 올 ਇੰਡੀਆ ਰੇਡੀਓ ਜਾਣਾ ਛੱਡਤਾ ਦੂਰਦਰਸ਼ਨ ਵੀ ਕੌਣ ਕਿਦੋਂ ਸਾਦਾ ਸੀਗਾ ਅਨ ਮੈਨੂੰ ਬਾਅਦ ਸਤ ਤੁਸੀਂ ਮੰਨੋਗੇ ਨਹੀਂ ਵੀ ਮੈਨੂੰ ਕਿਤੇ ਨਾ ਕਿਤੇ ਲੱਗਣ ਲੱਗ ਪਿਆ ਸੀ ਵੀ ਸ਼ਾਇਦ ਜਿਹੜੇ ਮੈਂ ਕੋਈ 2-4 ਸਾਲ ਤੱਕੇ ਧੋਕੇ ਖਾ ਕੇ ਮੈਨੂੰ ਲੱਗਣ ਲੱਗ ਪਿਆ ਜਾਂ ਮੇਰੇ ਰਿਸ਼ਤੇਦਾਰ ਭੈਣ ਭਰਾ ਸੱਜਣ ਮੇਲੀ ਜਿਨ੍ਹਾਂ ਨੂੰ ਲੱਗਣ ਲੱਗ ਪਿਆ ਸੀ ਵੀ ਸ਼ਾਇਦ ਇਹ ਇਸ ਪਾਸੇ ਕੁਝ ਕਰ ਲਵੇ ਮੈਨੂੰ ਲੱਗਣ ਲੱਗ ਪਿਆ ਵੀ ਨਹੀਂ ਯਾਰ ਇਹ ਜੋ ਕਹਿੰਦੇ ਸੀ ਨਾ ਸਟਾਰਟਿੰਗ ਦੇ ਹਾਂ ਠੀਕ ਹੀ ਸੀ ਫਿਰ ਮੈਂ ਆਪਣੀ ਉਹੀ ਖੇਤੀਬਾੜੀ ਬੜੀ ਭਾਈ ਜੋਤੀ ਕਦੂ ਮਾਰਲਾ ਵਾਲਾ ਕੰਮ ਹੋ ਗਿਆ ਤੇ ਟਰੈਕਟਰ ਨੂੰ ਸੈਲਫ ਮਾਰਲੇ ਸੀਟ ਦਾ ਕਪੜਾ ਸੀਟ ਤੇ ਕਪੜਾ ਮੱਜ ਖੋਲ ਲਈ ਪਾਣੀ ਢਾਲ ਲਿਆ ਨਵਾਲੀਆਂ ਮੋੜ ਕੇ ਹੋਰ ਕੁਝ ਨਹੀਂ ਤੇ ਵੀਲੇ ਅਖਬਾਰ ਪੜ੍ਹਦੇ ਰੇ ਟਾਲੀ ਥੱਲੇ ਤੁਸੀਂ ਦੇਖੋ ਮੈਨੂੰ 2007 ਦੇ ਵਿੱਚ ਫੋਨ ਆਇਆ ਜਿਲੰਦਰੋਂ ਪਠੇਵੜ ਦੇ ਨੂੰ ਪਠੇਵੜ ਦੇ ਨੂੰ ਨਹੀਂ ਮੇਰੇ ਖਿਆਲ ਮੈਂ ਟਰੈਕਟਰ ਹੀ ਪਾਉਂਦਾ ਕਿਤੇ ਕੁਝ ਕੀ ਕਾ ਕਰ ਰਿਹਾ ਇਦਾਂ ਦਾ ਐਂਡ ਉਹ ਉਹ ਕਲੀਕ ਸੀ ਮੇਰੀ ਕੁੜੀ ਫਰੈਂਡ ਸੀ ਆਪਣਾ ਆਲਰੀਡੀਆ ਰੇਡੀਓ ਦੇ ਵਿੱਚ ਜਦੋਂ ਅਸੀਂ ਕੈਜੂਅਲ ਕਰਦੇ ਸੀ ਜਾਣ ਪਛਾਣ ਹੋ ਹੀ ਜਾਂਦੀ ਹੁੰਦੀ ਉਹ ਵੀ ਪਿੰਡ ਤੋਂ ਸੀ ਉਹਨੂੰ ਪਿੰਡੂ ਸੁਭਾਅ ਦਾ ਪਤਾ ਸੀ ਉਹਨੇ ਮੈਨੂੰ ਆਖਣਾ ਵੀ ਇਦਾਂ ਨਾ ਇੱਥੇ ਹੁਣ ਪ੍ਰਾਈਵੇਟ ਐਫ ਐਮ ਚੈਨਲ ਆਏ ਆ ਐਂਡ ਰੇਡੀਓ ਮਿਰਚੀ ਇੱਕ ਬਹੁਤ ਵੱਡਾ ਨਾਮ ਰੇਡੀਓ ਮਿਰਚੀ ਦੇ ਵਿੱਚ ਨਾ ਲੋਡ ਹੈ ਹੂੰ ਹੂੰ ਤੇ ਤੂੰ ਆ ਜਾ ਹੂੰ ਹੂੰ ਤੇ ਮੈਨੂੰ ਉਹਦੀ ਗੱਲ ਸੁਣ ਕੇ ਐਂ ਲੱਗਿਆ ਵੀ ਸ਼ਾਇਦ ਹੁਣ ਮੈਂ ਦੁਹਰੇ ਬੇਇੱਜ਼ਤੀ ਕਰਾਉਣ ਜਾਊਗਾ ਕਿਹਨੂੰ ਇੱਥੇ ਜਿੱਥੇ ਬੈਠੇ ਠੱਗੀ ਲਪੇਟੀ ਰਹਿਣ ਦਾ ਹੁਣ ਮਤਲਬ ਆਲਰੇਡੀ ਮੈਨੂੰ ਕਿਹਾ ਜਾ ਚੁੱਕਾ ਵੀ ਤੇਰੀ ਆਵਾਜ਼ ਐਫ ਐਮ ਰੇਡੀਓ ਦੇ ਲਈ ਨਹੀਂ ਹੈ ਤੂੰ ਦਿਹਾਤੀ ਐ ਤੂੰ ਪਿੰਡੂ ਆ ਐਂਡ ਮੈਂ ਕਿਹਾ ਯਾਰ ਉਹ ਤਾਂ ਕੋਈ ਵੱਖਰੀ ਦੁਨੀਆ ਹੈ ਜਿਨੂੰ ਆਪਾਂ ਰੇਡੀਓ ਜੋਕਿੰਗ ਕਹਿ ਦਿੰਨੇ ਆ ਆਪਾਂ ਉਹ ਚ ਫੇਟੀ ਨਹੀਂ ਆਉਂਦੇ ਆਪਾਂ ਦਾ ਫੇਟੀ ਨਹੀਂ ਮੈਂ ਕਿਹਾ ਚਲ ਠੀਕ ਮੈਂ ਉਹਦੀ ਗੱਲ ਟਰਗਾ ਤੀ ਫਿਰ ਉਹਦਾ ਮੈਨੂੰ ਦੁਬਾਰਾ ਫੋਨ ਆਇਆ ਵੀ ਤੂੰ ਆ ਜਾ ਕਿਉਂ ਇਦਾਂ ਕਰਦਾ ਮੈਂ ਕਿਹਾ ਯਾਰ ਦੇਖ ਗੱਲ ਇਹ ਆ ਵੀ ਮੈਂ ਦੁਬਾਰਾ ਮਤਲਬ ਐਵੇਂ ਉਹ ਚੀਜ਼ ਆ ਕੇ ਉਹਦੇ ਹਰਟ ਹੋਊਗਾ ਕਿਉਂਕਿ ਮੈਨੂੰ ਪਤਾ ਵੀ ਉਹਨਾਂ ਨੇ ਮੈਨੂੰ ਨਹੀਂ ਰੱਖਣਾ ਕਿਉਂਕਿ ਜੇ ਐਫਐਮ ਰੇਨਬੋ ਵਾਲੇ ਨੇ ਕਹਿਤਾ ਮੈਨੂੰ ਉਹਨਾਂ ਬੰਦੇ ਨੂੰ ਪਤਾ ਹੀ ਹੋ ਗਏ ਫਿਰ ਜੀ ਕੁਦਰਤੀ ਮੈਗਜ਼ੀਨ ਜਲੰਧਰ ਗਿਆ ਕਿਉਂਕਿ ਉਦੋਂ ਮੈਂ ਥੋੜਾ ਥੋੜਾ ਨਾ ਇਹ ਜਿਹੜੇ ਬਾਹਰ ਦੇ ਰੇਡੀਓ ਸੀ ਇਹ ਮੈਂ ਗਿਆ ਤਾਂ ਉਹ ਮੈਨੂੰ ਫਿਰ ਫੋਨ ਆਇਆ ਵੀ ਤੂੰ ਕਿੱਥੇ ਮੈਂ ਮੈਂ ਜਲੰਧਰ ਆਇਆ ਉਹਨਾਂ ਨੂੰ 5 ਮਿੰਟ ਮਿਲ ਜਾ ਹੂੰ ਹੂੰ ਸ਼ਾਮਾਂ ਹੀ ਐ ਬਈਆਂ ਮੈਨੂੰ ਇਹ ਵੀ ਫਿਕਰ ਵੀ ਮੈਂ ਪਿੰਡ ਨੂੰ ਮੁੜਨਾ ਬੱਸ ਮੇਰੀ ਕੋਈ ਬੱਸ ਨਾ ਕਿ ਮੈਂ ਕਿਹਾ ਚੱਲ ਕੋਈ ਨਹੀਂ ਹੁਣ ਫਿਰ ਅੱਜ ਮਿਲ ਚੱਲਦੇ 2 ਮਿੰਟ ਮੈਂ ਇੱਕ ਸਾਹਿਬ ਨੂੰ ਮਿਲਿਆ ਇਦਾਂ ਹੀ ਜਦ ਆਪਾਂ ਕੈਜੂਅਲ ਗੱਲਾਂ ਕਰਨਾ ਮੈਂ ਦਿਲ-ਕੋਲ ਤਾਂ ਮੈਂ ਹੈ ਜੀ ਆਹ ਗੱਲ ਆ ਬਾਤ ਆ ਮੈਂ ਇੰਦਾ ਕਰਕੇ ਆ ਗਿਆ ਉਦੋਂ ਮੈਨੂੰ ਇੱਥੇ ਕੋਈ ਲੈਣ ਦੇਣਾ ਹੈ ਨਹੀਂ ਫਿਰ ਉਹ ਕਹਿੰਦੇ ਨੇ ਜੀ ਇੱਕ ਹੋਰ ਸਾਹਿਬ ਨੂੰ ਮਿਲਣਾ ਮੈਂ ਮਿਲ ਲਓ ਮੈਨੂੰ ਫਿਕਰ ਹੈ ਮੈਂ ਹੈ ਜੀ ਮੇਰੀ ਬੱਸ ਲਾਂ ਯਾਨੀ ਮੈਂ ਥੋੜ अच्छा ते उथे ਵੀ ਨਾਲ ਦੇ ਕਲੀਗ ਇੱਕ ਦੋ ਨੂੰ ਮੈਂ ਪਛਾਣਿਆ ਕਿਉਂਕਿ ਮੈਂ ਪਹਿਲਾਂ ਜਾਣਦਾ ਸੀ ਮੈਂ ਕਿਹਾ ਠੀਕ ਇਟਸ ਓਕੇ ਤੇ ਫਿਰ ਉਹ ਮੈਨੂੰ ਦੂਜੇ ਸਾਹਿਬ ਨੇ ਬਹੁਤ ਟਾਈਮ ਲਾਦਾ ਮੈਂ ਕਿਹਾ ਜੀ ਮੇਰੇ ਨੇਰਾ ਹੋ ਗਿਆ ਜੀ ਮੇਰਾ ਮੇਰੀ ਬੱਸ ਲੰਘ ਜਾਣੀ ਮੇਰਾ ਸਕੂਟਰ ਇਹ ਕਹਿੰਦੇ ਜਲੰਧਰੋਂ ਮੈਂ ਜਾਂਦਾ ਹੁੰਦਾ ਸੀ ਵੀ ਉੱਥੋਂ ਬੱਸ ਮਿਲ ਜਾਂਦੀ ਸੀ ਕਪੂਰਥਲੇ ਤੋਂ ਪਿੰਡ ਨੂੰ ਕੋਈ ਨਹੀਂ ਸੀ ਮਿਲਦਾ ਮੇਰਾ ਸਕੂਟਰ ਮੇਰਾ ਹੁੰਦਾ ਅੱਗੇ ਉਹਨਾਂ ਨੇ ਦੁਕਾਨ ਬੰਦ ਕਰ ਜਾਣੀ ਆ ਉਹ ਪਤਾ ਨਹੀਂ ਪਾਰਕਿੰਗ ਨਾਲ ਬੰਦ ਹੋ ਜੇ ਹੈਨਾ ਤੇ ਉਹ ਕਹਿੰਦੇ ਵੀ ਨਹੀਂ ਯਾਰ ਤੂੰ ਇਦਾਂ ਨਾ ਕਰ ਤੇ ਤੂੰ ਰੋ ਫਿਰ ਉਹ ਗੱਲਾਂ ਹੀ ਕਰਕੇ ਕੋਸ਼ਿਸ਼ ਕਰ ਬਾਦ ਦਿੱਲੀ ਜਾ ਸਕਦੇ ਹੋ ਆ ਮੈਂ ਹੀ ਚਲ ਜੂਗਾ ਕਿਦਾਂ ਜਾਣਾ ਅਭੀ ਜਾਣਾ ਹੈਗਾ ਅੱਛਾ ਮੈਂ ਗਈ ਅਭੀ ਹੁਣ ਕਿਦਾਂ ਜਾਣਾ ਅਭੀ ਤੇ ਮੈਂ ਪਿੰਡ ਨੂੰ ਜਾਣਾ ਹੁਣ ਮੈਂ ਦਿੱਲੀ ਨੂੰ ਕਿੱਥੇ ਜਾਣਾ ਨਾ ਕਪੜਾ ਨਹੀਂ ਲੱਤਾ ਨਹੀਂ ਹੈ ਨਾ ਤੇ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦਾ ਵੀ ਦੇਖ ਜੇ ਤੂੰ ਆਂਦੀ ਆ ਤੇ ਤੂੰ ਜਲੇ ਆ ਐਕਚੁਅਲੀ ਉਹਨਾਂ ਨੂੰ ਲੋੜ ਸੀ ਬਹੁਤ ਉਦੋਂ ਰੇਡੀਓ ਲਾਂਚ ਕਰਨ ਦੇ ਲਈ ਡੇਟ ਫਾਈਨਲ ਹੋ ਚੁੱਕੀ ਸੀ ਬੰਦੇ ਲਾਗੇ ਬੰਨੇ ਤੇ ਮਾਰਚ ਦੇ ਇਹੋ ਹੀ ਮਹੀਨੇ ਚੱਲਦਾ ਸੀ ਤੇ ਉਹਨਾਂ ਕੋਲੇ ਬੰਦੇ ਦੀ ਲੋੜ ਸੀ ਐਂਡ ਮੇਬੀ ਉਹਨੂੰ ਲੱਗਿਆ ਹੋਊ ਕੁਛ ਜਾਂ ਕਿਦਾਂ ਕਿਦਾਂ ਨਹੀਂ ਜਾਂ ਕਹਿ ਲੋ ਬਾਬੇ ਨੂੰ ਸੋਚਿਆ ਹੋਊਗਾ ਵੀ ਆਹ ਰੇ ਨੇ ਫੇ ਪਿੰਡ ਖੱਜਲ ਹੋ ਜਾਣਾ ਇਹਨੂੰ ਲਿਆ ਖਿੱਚ ਕੇ ਰਾਂ ਖੁੰਗੇ ਲਵਾਉਂਦਾ ਫਿਰੂਗਾ ਆਹੋ ਤੇ ਮੈਂ ਉਦੋਂ ਮੈਂ ਕਹਿੰਦਾ ਚਲੋ ਠੀਕ ਆ ਮੈਂ ਇੱਧਰ ਉੱਧਰ ਵਿਚਾਰ ਕੀਤਾ ਪੁੱਛਿਆ ਕਿ ਅੱਛਾ ਉਹ ਕਹਿੰਦੇ ਚਲ ਕੋਈ ਨਹੀਂ ਜਾ ਵੜ ਉਤੋਂ ਤੁਸੀਂ ਦੇਖੋ ਵੀ ਮੈਂ ਸ਼ਾਮ ਹੀ ਤੁਰਿਆ ਪਿੰਡ ਆਇਆ ਪਹਿਲਾਂ ਡੇਢ ਦੋ ਘੰਟੇ ਨਿਹਰਾ ਹੋ ਗਿਆ ਘੋਪੋ ਉੱਥੋਂ ਆਪਣਾ ਕਾਗਜ਼ ਪੱਤਰ ਜੇ ਲੈ ਕੇ ਮਾਈ ਨੂੰ ਆਖਿਆ ਵੀ ਮੈਨੂੰ ਜਾਣਾ ਪੈਣਾ ਫਿਰ ਉੱਥੋਂ ਜਿਹੜੀਆਂ ਰਾਤ ਵਾਲੀਆਂ ਬਸਾਂ ਚੱਲਦੀਆਂ ਹੁੰਦੀਆਂ ਨੇ ਜਿਹਦੇ ਵਿੱਚ ਬੰਦਾ ਬੱਸ ਅੱਡੇ ਦੇ ਕੋਲੋਂ ਬਾਹਰੋਂ ਬਾਹਰ ਹੀ ਇਹ ਨਾ ਜਾ ਕੇ ਲਾਲਕੜੀ ਕੋਲ ਲਾਉਣਾ ਹੁੰਦਾ ਬੱਸ ਆਇਆ ਚੁਕਾ ਕੇ ਨੇ ਇੱਕ ਹੋਰ ਬਟਾਲ ਫੇਰ ਸੀਟ ਸੂਟ ਹੈ ਨਹੀਂ ਸੀ ਉਹਦੇ ਤੁਸੀਂ ਦੇਖੋ ਇੰਜਣ ਤੇ ਬਹਿ ਗਿਆ ਇੰਜਣ ਤੇ ਬਹਿ ਗਿਆ ਤੇ ਦਿੱਲੀ ਪਹੁੰਚ ਗਿਆ ਜੀ ਅਪੜ ਗਿਆ ਤੜਕੇ ਹੁਣ ਉੱਥੇ ਉਹ ਗਾਂ ਜਿੱਥੇ ਉਹਦਾ ਦਫ਼ਤਰ ਸੀ ਉੱਥੇ ਜਾਵੜਿਆ ਉੱਥੇ ਵੀ ਮੇਰੇ ਨਾਲ ਉਹੀ ਹੋਈ ਜਿਹੜੀ ਦੂਦ ਦੇਸ਼ਨ ਹੁੰਦੀ ਹੁੰਦੀ ਵੀ ਤੂੰ ਕਾਕਾ 7 ਵਜੇ ਆਈਂ ਤੇ ਮੈਂ 6 ਵਜੇ ਚਲੇ ਜਾਂਦਾ ਸੀ ਉੱਥੇ ਵੀ ਇਹ 9:00 ਵਜੇ 7:00 ਵਜੇ ਆਵੜਿਆ ਹਾਂ ਉਹ ਸਾਢੇ 5:00 ਲਾਂਦੀ ਆ ਬਸ ਉਥੇ ਆਹੋ ਮੈਂ ਉਥੇ ਉਥੋਂ ਅੱਗੇ ਜਾਣਾ ਸੀ ਜਿੱਥੇ ਮੈਂ ਕੋ ਆਟੋ ਟੈਂਪੂ ਕਰਦਾ ਉਥੇ ਜਾਵੜਿਆ ਤੇ ਉਥੇ ਕੁਝ ਵੀ ਨਾ 8:00 ਵਜੇ ਜਦੋਂ ਮੈਨੂੰ ਬੰਦਾ ਬੰਦਾ ਮਿਲਿਆ ਮੈਂ ਹਾਂ ਹੀ ਕੀ ਹਿਸਾਬਦਾ ਉਹਦੇ ਕਹਿੰਦੇ ਜੀ ਇੱਥੇ ਤਾਂ 10:00 ਵਜੇ ਤੋਂ ਪਹਿਲਾਂ ਨਹੀਂ ਆਉਣਾ ਕਿਸੇ ਨੇ ਸਾਹਿਬ ਤੁਸੀਂ ਆਪਣੀ ਮौज ਕਰੋ ਮੈਂ ਇੱਧਰ ਉੱਧਰ ਕਿੰਨਾ ਕ ਬੰਦਾ ਟਾਈਮ ਟਪਾ ਲੂਗਾ 9:00 ਵਜੇ ਨੂੰ ਮੈਂ ਜਾਵੜਿਆ ਹਾਂਗਾ ਉਥੇ ਤੇ ਜਦੋਂ ਮੈਂ ਉਸ ਦਫ਼ਤਰ ਚ ਗਿਆ ਉਸ ਦਿੱਲੀ ਵਾਲੇ ਜਿਹੜਾ ਮੇਨ ਚੈਨਲ ਦਾ ਸਟੂਡੀਓ ਸੀਗਾ ਰੇਡੀਓ ਮ ਹੁਣ ਜਿੱਦਾਂ ਦੀਆਂ ਬੀਬੀਆਂ ਜਾਂ ਜਿੱਦਾਂ ਦੇ ਮੁੰਡੇ ਮੈਂ ਐਫ ਐਮ ਰੇਨਬੋ ਵਾਲੇ ਦੇਖੇ ਸੀ ਉਹਦੇ ਤੋਂ 100 ਗੁਣਾ ਮਾਡਰਨ ਹਾਈ ਫਾਈ ਆਈ ਫਾਈ ਚਾਹ ਤੋਂ ਸੂਪ ਵਾਲੇ ਆਹ ਚਾਹ ਤੋਂ ਸੂਪ ਵਾਲੇ ਤੇ ਆਮ ਤੌਰ ਤੇ ਮੇਰੇ ਦੇ ਪਿੰਡਾਂ ਦੇ ਸਾਹ ਨਾਲ ਲੀੜੇ ਵੱਧਦੇ ਆ ਕਿ ਤੂੰ ਬੁੱਧ ਚੱਲਿਆ ਕਿਤੇ ਠਾੜਾਂ ਨਾਲ ਲਵਾ ਲਈ ਉਥੇ ਲੀੜੇ ਘਟਦੇ ਆ ਹਨਾ ਤੇ ਮੈਂ ਉਥੇ ਜਦੋਂ ਗਿਆ ਤੇ ਮੈਂ ਕਹਾ ਯਾਰ ਚਲੋ ਕੋਈ ਨਹੀਂ ਬੇਇਤੀ ਕਰਾਉਣੇ ਆ। ਅਬ ਚਲੋ ਦੋ ਦਿਨ ਖਰਾਬ ਹੀ ਹੋਏ ਘਰ ਨੂੰ ਮੁੜ ਚਲਦੇ ਆ ਨਾ ਬਸ ਬਸ ਦਾ ਟਾਈਮ ਬੰਦਾ ਪਹਿ ਨਹੀਂ ਦੇਖਣਾ ਪਹਿਲਾਂ ਦੇਖਣਾ ਪਈ ਮੈਂ ਉਥੇ ਪਹੁੰਚ ਗਿਆ। ਆਉਣ ਲੱਗ ਪਏ ਸਾਰੇ ਸੱਜਣ ਮੈਂ ਉਥੇ ਰਿਸੈਪਸ਼ਨ ਵਾਲੀ ਮੈਡਮ ਨੂੰ ਦੱਸਿਆ ਮੈਂ ਜੀ ਇਦਾਂ ਮੈਨੂੰ ਜਲੰਧਰੋਂ ਤੁਹਾਡੇ ਆਫਿਸ ਵਾਲਿਆਂ ਭੇਜਿਆ ਵੀ ਕੋਈ ਸ਼ਾਇਦ ਕਿਸੇ ਨੇ ਮੈਨੂੰ ਮਿਲਣਾ। ਉਹ ਕਹਿੰਦੇ ਠੀਕ ਹੈ ਤੁਸੀਂ ਵੇਟ ਕਰੋ ਜੇ ਨਾ ਆਉਣਾ ਤੁਹਾਨੂੰ ਮਿਲਾ ਦਾਂਗੇ। ਠੀਕ ਹੈ। ਉਹ ਕੁਝ ਚਿਰ ਬਾਅਦ ਇੱਕ ਮੈਡਮ ਆਏ ਤੇ ਉਹ ਕਹਿੰਦੇ ਠੀਕ ਹੈ ਤੁਸੀਂ ਇਹਨਾਂ ਚਲੇ ਜਾਓ ਮੈਂ ਚਲੇ ਗਿਆ। ਹੁਣ ਮੈਂ ਖਿਜਿਆ ਮੈਂ ਆਕਿਆ ਮੈਂ ਕਿਹਾ ਯਾਰ ਪਤਾ ਨਹੀਂ ਕਿਹੜੇ ਸਾਹਮਣੇ ਮਿਲਣਾ ਮੈਨੂੰ ਲੱਗਾ ਵੀ ਸ਼ਾਇਦ ਐਕਚੁਅਲੀ ਉਥੋਂ ਦਾ ਮਾਹੌਲ ਇੰਨਾ ਜ਼ਿਆਦਾ ਉਹ ਈਜ਼ੀ ਸੀਗਾ ਵੀ ਤੁਹਾਨੂੰ ਲੱਗਦਾ ਨਹੀਂ ਵੀ ਕੌਣ ਅਫਸਰ ਹੈ ਕੌਣ ਕਿਦਾਂ-ਕਿਦਾਂ ਨਹੀਂ ਪਿੰਡਾਂ ਵਾਲਾ ਸਾਹਬ ਹੂੰ ਹੂੰ ਤੇ ਮੈਂ ਉਹ ਬੀਬੀ ਕੋਲੇ ਜਾ ਬੈਠਾ ਤੇ ਉਹ ਇਦਾਂ ਜਿਦਾ ਆਪਾਂ ਠੇਚਾ ਵਢਣ ਡਿਆ ਹੂੰ ਹੂੰ ਤੇ ਮੈਂ ਹੋਰ ਵਢਣ ਲੱਗਾ ਮੈਂ ਜਿਆ ਹਲੇ ਯਾਰ ਟਾਈਮ ਹੀ ਪਾ ਸਕੀ ਹੋਰ ਕੋਈ ਮੈਂ ਵੀ ਮੈਂ ਅਫਸਰ ਨੇ ਆਉਣਾ ਹੋਊਗਾ ਜੇ ਮੈਂ ਉਹ ਗੱਲਾਂ ਕਰਦੇ ਆ ਮੈਂ ਵੀ ਚੱਲ ਸੁਭਾ ਮਤਾਬਕ ਆ ਬੂਰ ਹੋਣ ਡਿਆ ਮੈਂ ਹਾਂ ਮੈਂ ਬੂਰ ਹੋਣ ਡਿਆ ਕੁਝ ਕਰ ਲਈਏ ਤੇ ਲੋ ਵੀ ਤੇ ਉਹ ਮਨੁਬਾਜ ਕਹਿੰਦੇ ਵੀ ਓਕੇ ਗੁਰਪ੍ਰੀਤ ਅਬ ਬਤਾਓ ਕਿਆ ਕਰੇ ਹੁਮਾਰੇ ਲਈ ਹਮ ਹਾ ਇਹ ਹੁਣ ਮਿਲਣਾ ਨਹੀਂ ਸਾਹਨੇ ਕਹਿੰਦੇ ਮਿਲ ਲਿਆ ਓਕੇ ਮੈਂ ਹਾ ਜੀ ਮੇਰੀ ਇੰਟਰਵਿਊ ਕਹਿੰਦੇ ਹੋ ਗਈ ਮੇਰੇ ਉਦੋਂ ਦਿਮਾਗ ਚ ਵਜੇ ਵੀ ਲੈ ਗੁਰਪ੍ਰੀਤਾਂ ਆ ਦਾ ਤੇਜਾ ਪੈ ਗਿਆ ਫੇ ਚਲੋ ਮੈਂ ਹਾ ਜੀ ਹੁਣ ਬਾਕੀ ਤੇ ਤੁਹਾਨੂੰ ਕੋਈ ਨਹੀਂ ਮੈਂ ਹਾ ਹੁਣ ਮੰਗ ਹੀ ਲੀਏ ਕੁਝ ਮੰਗਣਾ ਦੇ ਮੈਂ ਹਾ ਜੀ ਮੈਨੂੰ ਬਾਸ ਛੱਡੇ ਤੱਕ ਬਚਾ ਦੇ ਬਾਕੀ ਕੋਈ ਨਹੀਂ ਉਹ ਅਪੜਦਾ ਕਰਦੇ ਅਪੜਦਾ ਕਰਦੇ ਮੈਂ ਉਥੋਂ ਪੰਜਾਬ ਵਾਲੀ ਬਾਸ ਲੈ ਲੂੰਗਾ ਲੋ ਨਾ ਮੈਨੂੰ ਬਜਾ ਨੂੰ ਘਲਾਦਾ ਮੈਂ ਪਿੰਡ ਆ ਗਿਆ ਦੋ ਦਿਨ ਮੁੜ ਕੇ ਮੈਂ ਚਿੱਤ ਚਿਤਾ ਨਹੀਂ ਫਿਰ ਮੈਨੂੰ ਫੋਨ ਆਇਆ ਇਹਨਾਂ ਕਹਿੰਦੇ ਆਪ ਆਫਿਸ ਕਿਉਂ ਨਹੀਂ ਆ ਰਹੇ ਹੂੰ ਹੂੰ ਇਹ ਆਫਿਸ ਕੀ ਕਰਨਾ ਓਣਾ ਹੈ ਇਹ ਆਪਦੀ ਜੌਬ ਲਗੀ ਆਪ ਆਤੇ ਨਹੀਂ ਤੇ ਹੁਣ ਜੌਬ ਜੂਬ ਕਿੱਥੇ ਮੈਨੂੰ ਤਾਂ ਪਤਾ ਨਹੀਂ ਉਹ ਕਹਿੰਦੇ ਆਪ ਕੋ ਮੇਲ ਕੀ ਹੈ ਈਮੇਲ ਉਹ ਤੇ ਮੈਂ ਨੂੰ ਪਤਾ ਪਿੰਡ ਚ ਵਹੀਂ ਪਈ ਮੈਂ ਉੱਥੋਂ ਫੇਸਕੂਟਰ ਚੱਕਿਆ ਫੇ ਤਰਨ ਤਰਨ ਗਿਆ ਮੇਲ ਖੋਲੀ ਆਹ ਕਹਿ ਵੀ ਟਾਈ ਮੁੰਡਾ ਇੱਕ ਮੈਂ ਨਾਲ ਮੇਰਾ ਸੱਜਣ ਨਵਦੀਪ ਸੋ ਨੂੰ ਲਿਆ ਹੌਲੀ ਹੌਲੀ ਐਂ ਕਰਕੇ ਖੁੱਲਣ ਵਾਲੀ ਮੇ ਆਹੋ ਮੈਂ ਯਾਰ ਉੱਥੇ ਕੁਝ ਆਈ ਆ ਕੁਝ ਚੈੱਕ ਕਰੀਏ ਉੱਥੇ ਵੇਖਿਆ ਉੱਥੇ ਉਹ ਆਇਆ ਜੀ ਤੁਹਾਡਾ ਇਹ ਉਹ ਸਾਈਨਸ ਹੋਈ ਨਹੀਂ ਕੀਤੇ ਅੱਛਾ ਉੱਥੇ ਜਾ ਕੇ ਅਸੀਂ ਫੇਰ ਹਵਾ ਲੈ ਗਏ ਹੂੰ ਹੂੰ ਉਦੋਂ ਨਾ ਮੇਰਾ ਖਿਆਲ ਆਮ ਕੋਈ ਚੰਗੀ ਸਰਕਾਰੀ ਮਾਸਟਰ ਦੀ ਤਨਖਾਹ ਵੀ 5-7000 ਰੁਪਿਆ ਹੁੰਦੀ ਸੀ ਉੱਥੇ ਲਿਖਿਆ ਕਿ ਸ਼ਾਇਦ 20000 ਰੁਪਿਆ ਤਨਖਾਹ ਤਨਖਾਹ ਮਹੀਨਾ 2007 ਦੀ ਬੱਦਾ ਆਹੋ ਤੇ ਮੈਂ ਉਦੋਂ ਸੋਚਿਆ ਵੀ ਯਾਰ ਇਹ ਅੱਜ ਕੱਲ ਦੇ ਪੈਲੀ ਦਾ ਠੇਕਾ ਵੀ 10-11000 ਚੱਲਦਾ ਇਹ 20000 ਮਹੀਨਾ ਇਹਦਾ ਮਤਲਬ ਵੀ ਜੋ ਜਿੰਨੇ ਮੈਨੂੰ ਫੋਨ ਕੀਤਾ ਉਹਨੇ ਮੈਨੂੰ ਬਣਾ ਦਾ ਚੱਲ ਕੋਈ ਨਹੀਂ ਤਰਨ ਤਾਨ ਦਾ ਪੈਟਰੋਲ ਹੀ ਸੀ ਪੈਟਰੋਲ ਹੀ ਸੀ ਵਾਰ ਉਹਦਾ ਪ੍ਰਿੰਟ ਆਊਟ ਜਾ ਕਢਾ ਆਗੇ ਫਿਰ ਮੈਂ ਉਹਦੇ ਡੈਡੀ ਕੋਲ ਗਿਆ ਅੰਕਲੋਣਾ ਕੋਲੇ ਮੈਂ ਕਿਹਾ ਅੰਕਲਾ ਆਏ ਕਿ ਉਹ ਉਹ ਮੈਨੂੰ ਆਖੇ ਸੱਚੀ ਮੈਨੂੰ ਯਕੀਨ ਨਾ ਆਵੇ ਉਹਨਾਂ ਨੇ ਪੜ ਪੜ ਕੇ ਆਖਿਆ ਵੀ ਇਹ ਹੈ ਮੋਇਆ ਠੀਕ ਹੈ ਤੇ ਤੂੰ ਜਾ ਉਥੇ ਇਦਾਂ ਫਿਰ ਮੈਂ ਰੇਡੀਓ ਮਿਰਚੀ ਚ ਚਲਾ ਗਿਆ ਫਿਰ ਰੇਡੀਓ ਮਿਰਚੀ 2007 ਤੋਂ ਲਾ ਕੇ 2010 ਤੱਕ 4 ਸਾਲ ਕੀਤਾ ਸਵਾਲ ਇੱਕ ਆ ਗਿਆ ਆਮ ਤੌਰ ਤੇ ਨਾ ਸੰਧਾਲੀਆ ਸਭ ਮੇਰਾ ਵਾਹ ਬੜਾ ਰਿਆ ਤੁਹਾਡੇ ਪ੍ਰੋਫੈਸ਼ਨਲ ਬੰਦਿਆਂ ਨਾਲ ਤੇ ਉਹ ਇੱਕ ਕੰਮ ਨਹੀਂ ਕਰਦੇ ਹੁੰਦੇ ਇੱਕ ਤੋਂ ਵੱਧ ਹੀ ਕਰਦੇ ਹੁੰਦੇ ਆ ਕਈ ਵਾਰੀ ਹੁੰਦਾ ਕਿ ਨੇਰੇ ਸੁਨੇਰੇ ਕਈ ਵਾਰੀ ਡਿਊਟੀਆਂ ਮੁੱਕੜੀਆਂ ਰਾਤ ਨੂੰ 11 ਵਜੇ ਦੁਪਹਿਰੇ ਦਿਨ ਦੇ ਉਦੋਂ ਬੰਦਾ ਐ ਸੋਚਦਾ ਯਾਰ ਇੱਥੇ ਤਾਂ ਪੱਤਾ ਵੀ ਨਹੀਂ ਹਿਲਦਾ ਕਰਾਂ ਕੀ ਉਧਰਲੇ ਪਾਸੇ ਪਸੀਨਾ ਆਇਆ ਹੁੰਦਾ ਬੰਦਾ ਨਾ 5 ਕਿ ਮਿੰਟ ਇਧਰ ਉਧਰ ਹੌਲੀ ਹੌਲੀ ਟੈਲਦਾ ਯਾਰ ਸੁੱਕ ਜਿਹਾ ਜਾਵਾਂ ਫੇ ਜਾਵਾਂ ਹੈਗੀ ਸਚਾਈ ਹੈ ਕਿਸੇ ਨੂੰ ਹੋਰ ਤਰ੍ਹਾਂ ਅਜ ਦੇ ਸਮੇਂ ਚ ਲੱਗ ਸਕਦੀ ਹੈ ਉਦਾਂ ਦੇ ਮੌਕੇ ਤਾਂ ਨਹੀਂ ਸਾਹਮਣਾ ਕਰਨਾ ਪਿਆ ਬਹੁਤ ਤੁਸੀਂ ਦੇਖੋ ਜਿਹੜਾ ਉਹ ਸ਼ੋਅ ਕਰਦਾ ਸੀ ਮੈਂ ਸਭ ਤੋਂ ਲੰਮਾ ਸ਼ੋਅ ਸੀ ਈਵਨਿੰਗ ਡਰਾਈਵ ਟਾਈਮ ਦਾ 4 ਵਜੇ ਸ਼ਾਮੀ ਮੈਂ ਬਹਿਣਾ ਜਦੋਂ ਮੈਂ ਬਹਿਣਾ ਉਦੋਂ ਐ ਸ਼ੀਸ਼ੇ 'ਚ ਉਹ ਸੂਰਜ दगਦਾ ਦੀਦਾ ਹੁੰਦਾ ਤੇ ਜਦੋਂ ਮੈਂ ਰਾਤ ਨੂੰ 9 ਵਜੇ ਉਥੋਂ ਲੀਵ ਕਰਨਾ ਤੇ ਉਦੋਂ ਘੁੱਪਨੇ ਦਾ ਉਹ ਮੈਂ 4 ਕਿਸਾਲ ਉਹ ਜ਼ਿੰਦਗੀ ਉਸ ਕਮਰੇ 'ਚ ਕੱਟੀ ਉਸ ਟਾਈਮ ਦਾ ਮੇਰੀ ਕੋਈ ਈਵਨਿੰਗ ਕਿਸੇ ਦਾ ਵਿਆਹ ਸ਼ਾਦੀ ਮਰਿਆ ਜੰਮਣਾ ਮੈਂ ਨਹੀਂ ਵੇਖਿਆ ਪਰ ਮੈਨੂੰ ਉਥੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਫਿਰ ਮੈਂ ਫਿਰ ਮੈਨੂੰ ਐਕਚੁਅਲੀ ਉਹ ਪਤਾ ਨਹੀਂ ਜਾਂ ਮੇਰੇ ਕਿਤੇ ਨਾ ਕਿਤੇ ਅਨਕੌਂਸ਼ੀਅਸ ਮਾਈਂਡ 'ਚ ਉਹ ਚੀਜ਼ਾਂ ਬੈਠੀਆਂ ਸੀ ਉਦੋਂ ਬਾਅਦ ਫਿਰ ਮੈਂ ਆਖਿਆ ਵੀ ਯਾਰ ਹਰ ਚੀਜ਼ ਸਿੱਖਣੀ ਪੈਣੀ ਤੈਨੂੰ ਗੁਰਪੀ ਸਿੰਘ ਐ ਗਾਏ ਇਦਾਂ ਗੱਲ ਨਹੀਂ ਬਣਨੀ ਫਿਰ ਮੈਂ ਸਕ੍ਰਿਪਟ ਰਾਈਟਿੰਗ ਸਿੱਖੀ ਫਿਰ ਮੈਂ ਉਸ ਤੋਂ ਬਾਅਦ ਹੌਲੀ ਹੌਲੀ ਜਿਹੜਾ ਮੇਰੇ ਦਿਮਾਗ 'ਚ ਉਹ ਪੁਰਾਣਾ ਸੀਗਾ ਟੀਵੀ ਵਾਲਾ ਕੰਮ ਸੀਗਾ ਕਿਉਂਕਿ ਰੇਡੀਓ ਡਰਾਮਾ ਰੇਡੀਓ ਸਕ੍ਰਿਪਟਿੰਗ ਸਾਰਾ ਕੁਝ ਰੇਡੀਓ ਵਾਲੇ ਹੀ ਦਿਨੇ ਆ ਚੀਜ਼ਾਂ ਸੀ ਉਹ ਤਾਂ ਮੈਂ ਸਿੱਖ ਲੀਆਂ ਫਿਰ ਮੈਨੂੰ ਹੌਲੀ ਹੌਲੀ ਸੀਗਾ ਕਿ ਮੈਂ ਵੀਡੀਓ ਵਾਲੇ ਪਾਸੇ ਵੀ ਜਾਣਾ ਫਿਰ ਵੀਡੀਓ ਦੀ ਵੀ ਰਾਈਟਿੰਗ ਸਿੱਖੀ ਫਿਰ ਡਾਇਰ ਮਤਲਬ ਇਹ ਤੁਸੀਂ ਕਹਿ ਲੋ ਵੀ ਉਹ ਜਿਵੇਂ ਜੱਟ ਨੂੰ ਕੀਚੀਚੀ ਆਉਣ ਵਾਲੀ ਗੱਲ ਸੀ ਵੀ ਮੈਂ ਕਿਹਾ ਵੀ ਠੀਕ ਹੈ ਤੁਸੀਂ ਕਹਿੰਦੇ ਮੈਂ ਫਿੱਟ ਨਹੀਂ ਮੈਂ ਤੈਨੂੰ ਫਿੱਟ ਹੋ ਕੇ ਬਸ ਉਹ ਐਸਾ ਮੈਂ ਆਪਣੇ ਆਪ ਨੂੰ ਢਾਲ ਲਿਆ ਵੀ 2010 ਚੂਦ ਬਾਅਦ ਛੱਡਣ ਤੋਂ ਬਾਅਦ 2016 2016 ਚ ਆਪਣਾ ਪ੍ਰਾਈਮੇਰੀ ਸ਼ੁਰੂ ਹੋਇਆ ਉਹ 6 ਸਾਲ ਮੈਂ ਰੇਡੀਓ ਕੀਤਾ ਰੇਡੀਓ ਕੈਨੇਡਾ ਲਈ ਕੀਤਾ ਮੈਂ ਵੀ ਇਥੇ ਕੈਨੇਡਾ ਚ ਕਈ ਬੰਦੇ ਮੇਰੀ ਆਵਾਜ਼ ਸੁਣ ਕੇ ਰਿਜ਼ੈਂਬਲ ਕਰਨ ਦੀ ਕੋਸ਼ਿਸ਼ ਕਰਦੇ ਹੋਣਗੇ ਇਹ ਵੀ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹੋਣਗੇ ਕੁਝ ਬੰਦੇ 2007 ਵਾਲੇ ਗੁਰਪ੍ਰੀਤ ਨੂੰ ਯਾਦ ਕਰਦੇ ਹੋਣਗੇ ਕੁਝ ਹੋ ਸਕਦਾ 2000 10 ਤੋਂ 2016 ਵਾਲਾ ਜਿਹੜਾ ਮੈਂ ਰੇਡੀਓ ਕੀਤਾ ਵੀ ਨਾ ਅਮਰੀਕਾ ਚ ਵੀ ਚੱਲਦਾ ਸੀ ਆਸਟ੍ਰੇਲੀਆ ਨਿਊਜ਼ੀਲੈਂਡ ਵੀ ਚੱਲਦਾ ਸੀ ਉਹ ਉਹਨੂੰ ਯਾਦ ਕਰਦੇ ਹੋਣਗੇ ਫਿਰ ਉਹ ਸਾਰਾ ਕੁਝ ਮੈਨੂੰ ਲੱਗਦਾ ਵੀ ਰੇਡੀਓ ਕਰਕੇ ਟੀਵੀ ਕਰਕੇ ਫਿਲਮਾਂ ਉਹਦਾ ਕਰਕੇ ਫਿਲਮ ਡਬਿੰਗ ਕਰਕੇ ਕੋਈ ਕੰਮ ਮੈਂ ਛੱਡਿਆ ਨਹੀਂ ਪਰ ਸਹੀ ਸਾਰੇ ਕੁਝ ਦੇ ਨਾਲ ਨਾਲ ਮੈਂ ਵਾਈ ਆਪਣੀ ਕਰਦਾ ਰਿਹਾ ਜੇ ਨਾਲ ਦੀ ਨਾਲ ਨਾਲ ਦੀ ਨਾਲ ਉਹ ਨਹੀਂ ਛੱਡੀ ਮੈਂ ਕਿਹਾ ਵੀ ਮਿੱਤਰਾ ਕੁਝ ਪਤਾ ਨਹੀਂ ਇੱਥੇ ਕਦੋਂ ਕਿਸੇ ਨੇ ਕਹਿਣਾ ਵੀ ਆਹ ਫਿੱਟ ਨਹੀਂ ਹੋ ਇਸਕੇ ਲਈ ਜੀ ਜੀ ਪੀ ਆ ਜਾਏ ਹਾਂ ਜਿਹੜੇ ਗੱਲ ਨੇ ਫਿੱਟ ਉਹ ਕੰਮ ਕਰੀ ਜਾਵਾ ਪਰ ਫਿਰ 2006 ਚ ਪ੍ਰਾਈਮੇਸ਼ੀਆ 16 ਚ ਹਾਂ ਸੌਰੀ 2016 ਚ ਅਮਨ ਭਾਈ ਨਾਲ ਮੁਲਾਕਾਤ ਹੁੰਦੀ ਹੈ ਫਿਰ ਉਸ ਤੋਂ ਬਾਅਦ ਮੇਬੀ ਇਹਨਾਂ ਨੇ ਵੀ ਮੇਰੇ ਨਾਲ ਉਹੀ ਕੀਤੀ ਜਿਹੜੀ ਉੱਥੇ ਦਿੱਲੀ ਹੋਈ ਸੀ ਯਾਗ ਦੀ ਇੰਟਰਵਿਊ ਹੋ ਗਈ ਹੈ ਅੱਛਾ ਤੇ ਉਦੋਂ ਬਾਅਦ ਜਾਂਦੇ ਵੀ ਤੂੰ ਮਤਰਾ ਹੁਣ ਬਾਕੀ ਸਾਰਾ ਕੁਝ ਛੱਡ ਦੇ ਹੂੰ ਹੂੰ ਆਪਾਂ ਬਸ ਟੀਵੀ ਚਲਾਉਣਾ ਮੈਂ ਇੱਥੇ ਇੱਕ ਗੱਲ ਦੱਸ ਦਿਆਂ ਸਾਰੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕਿ ਭਾਈ ਬੰਦਾ ਜਿੱਦਾਂ ਦਾ ਮਰਜੀ ਆ ਪਹਿਲਾਂ ਮਿਹਨਤ ਬੜੀ ਕਰਨੀ ਪਈਏ ਤੇ ਵਿੱਚ ਕੋਈ ਦੂਰਾਈ ਨਹੀਂ ਹੈਗੀ ਕਿਉਂਕਿ ਮੈਨੂੰ ਜਲੰਧਰ ਦੂਰਦਰਸ਼ਨ ਤੇ ਉਹਦੇ ਗੱਲ ਕਰਦੇ ਆ ਨਾ ਤਾਂ ਮੈਨੂੰ ਚੇਤਾ ਆਉਂਦਾ ਕਿ ਉਹਦਾ ਗੇਟ ਜਿਹੜਾ ਹੁੰਦਾ ਉਹ ਘੁਰਨੀਆ ਦੇ ਵਿੱਚ ਦੀ ਉਹ ਸੰਤਰੀ ਸਾਹਿਬ ਦੇਖਦੇ ਉਹ ਡਰਾਉਂਦੇ ਆ ਮਾਂ ਕਿੱਧਰ ਹਾਂ ਤੇ ਲੱਗੇ ਧੋਬੀ ਬੰਦੇ ਨੂੰ ਸਮਝ ਨਹੀਂ ਆਉਂਦੀ ਪਾਰਕ ਜਾਵਾਂ ਕਿ ਧੋਬੀ ਘਰ ਚ ਚਲੇ ਜਾਵਾਂ ਨਹੀਂ ਬਹੁਤ ਸਾਰੇ ਸੱਜਣ ਹੁੰਦੇ ਆ ਸੰਧਾ ਜੀ ਸਭ ਇੱਕ ਤੂੰ ਹੀ ਰਿਆਈ ਵਾਲੀ ਗੱਲ ਸੁਣਾਉਣੀ ਹੁੰਦੀ ਆ ਕਿ ਭਾਈ ਮੈਂ ਉੱਥੇ ਉਹ ਮੈਂ ਗੱਲ ਮੈਨੂੰ ਸੀਗਾ ਵੀ ਆਪਾਂ ਟੱਬਰ ਨਾਲ ਸਾਂਝੀ ਕਰ ਲਈਏ ਉਹਦਾ ਸੁਣਾਉਣ ਨੂੰ ਜੀਦਾ ਨਹੀਂ ਤਾਂ ਡਾ ਕਰਦਾ ਹੋਣਾ ਨਹੀਂ ਉਹ ਵੀ ਉਹ ਵੀ ਇੱਕ ਉਹ ਵੀ ਆਈ ਥਿੰਕ ਸਟਰਗਲ ਦਾ ਫੇਜ਼ ਆ ਉਹ ਜਦੋਂ ਆਲ ਇੰਡੀਆ ਰੇਡੀਓ ਤੁਸੀਂ ਦੇਖੋ ਮੈਨੂੰ ਕਹਿਤਾ ਗਿਆ ਕਿ ਵੀ ਤੂੰ ਮੇਤਰਾ ਫੈਮਲੀ ਫਿਟ ਨਹੀਂ ਹੁਣ ਮੁਸ਼ਕਲ ਇਹ ਆ ਵੀ ਪੈਸੇ ਉਹਨੇ ਕੀ ਮਿਲਦੇ ਸੀ ਜਿੰਨੇ ਤੋਂ ਜ਼ਿਆਦੇ ਦਾ ਮੈਂ ਤੇਲ ਬਾੜ ਲੈਂਦਾ ਸੀ ਤੇ ਜਿੰਨੇ ਦਾ ਮੈਂ ਬਸਾਂ ਦੇ ਕਿਰਾਇਆ ਲਾ ਲੇਦਾ ਕਿਸਾਨਾਂ ਦੀ ਫਸਲ ਆਲਾ ਹਿਸਾਬ ਸੀ ਆ ਰੋਟੀ ਖਾ ਲੈਂਦਾ ਹੁਣ ਮੈਨੂੰ ਇਹ ਸੀ ਵੀ ਜੇ ਤਾਂ ਮੈਂ ਦਿਨੇ ਜਾਵਾਂ ਤੇ ਦਿਨੇ ਪਹਿਲਾਂ ਤੜਕੇ ਤੁਰੋ ਫਿਰ ਉੱਥੇ ਸਾਰਾ ਦਿਨ ਤੁਸੀਂ ਡਿਊਟੀ ਕਰੋ ਫਿਰ ਉਸ ਤੋਂ ਬਾਅਦ ਨੇਰੇ ਸਵੇਰੇ ਘਰੇ ਆਪਰੋ ਫਿਰ ਉਹ ਮੈਨੂੰ ਲੱਗਾ ਵੀ ਸੇਫ ਨਹੀਂ ਫਿਰ ਮੈਂ ਕੀ ਕਰਨਾ ਵੀ ਮੈਂ ਉੱਥੇ ਈਵਨਿੰਗ ਡਿਊਟੀ ਇੱਕ ਫੜਨੀ ਫਿਰ ਮੈਂ ਦਿਨੇ ਦੁਪਹਿਰ ਜੀ ਉਤਰਨਾ ਸ਼ਾਮਾਂ ਜੀ ਨੂੰ ਆਪੜ ਜਾਣਾ ਈਵਨਿੰਗ ਡਿਊਟੀ ਉੱਥੇ ਮੇਨ ਚੈਨਲ ਦੇ ਉੱਪਰ ਫੜ ਲੈਣੀ ਆਈ ਥਿੰਕ ਮੈਨੂੰ ਲੱਗਦਾ ਮੈਨੂੰ ਉਹਨੇ ਬਹੁਤ ਪੇ ਕੀਤਾ ਪਤਾ ਕਿਉਂ ਹੂੰ ਹੂੰ ਕਿਉਂਕਿ ਮੈਂ ਜਿਹੜਾ ਦਿਹਾਤੀ ਪ੍ਰੋਗਰਾਮ ਅੱਜ ਵੀ ਚੱਲਦਾ ਉਹ ਦਿਹਾਤੀ ਪ੍ਰੋਗਰਾਮ ਮੇਰੇ ਸਾਹਮਣੇ ਉਹ ਉਹ ਕਰਦੇ ਹੁੰਦੇ ਸੀ ਉਦੋਂ ਮਾਸਟਰ ਜੀ ਹੁਣੀ ਠਨੂ ਰਾਮ ਹੁਣੀ ਉਹ ਉਹ ਸੀਨੀਅਰ ਬੰਦੇ ਐਂਡ ਮੈਂ ਦੂਸਰੀ ਸਾਈਡ ਦੇ ਉੱਪਰ ਐਜ਼ ਏ ਅਨਾਉਂਸਰ ਜਾਂ ਐਜ਼ ਏ ਆਪਰੇਟਰ ਬੈਠਾ ਹੁੰਦਾ ਸੀ ਵੀ ਓਕੇ ਅੱਛਾ ਹੁਣ ਉਹ 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 ਟਾਈਮ ਮੇਰਾ ਵਧੀਆ ਪਾਸ ਹੋ ਜਾਣਾ ਫਿਰ ਉਸ ਤੋਂ ਬਾਅਦ 11 ਵਜੇ ਕਿਉਂਕਿ ਰੇਡੀਓ ਬੰਦ ਹੋ ਜਾਂਦਾ ਫਿਰ ਮੈਂ ਬੰਦ ਕਰਨਾ ਬੂਹੇ ਬਾਹੇ ਲਾ ਕੇ ਜਿੰਦੇ ਮਾਰ ਦੇਣੇ ਹਾਂ ਜਿੰਦੇ ਕਾਦੇ ਉੱਥੇ ਸਟੂਡੀਓ ਜੀ ਕੱਪੜਾ ਪਾ ਦੇਣਾ ਉੱਪਰ ਮੀਟਰ ਜਾਂ ਦੇ ਤੇ ਹੁਣ ਉਸ ਵੇਲੇ ਤੁਸੀਂ ਜਾ ਤਾਂ ਕਿਤੇ ਨਹੀਂ ਸਕਦੇ ਹੂੰ ਹੂੰ ਹੁਣ ਮੁਸ਼ਕਿਲ ਹੈ ਹੋਣੀ ਵੀ ਹੁਣ ਕੀ ਕਰੀਏ ਹੁਣ ਕਰੀਏ ਵੀ ਤੁਸੀਂ ਉੱਥੇ ਸਟੂਡੀਓ 'ਚ ਹੀ ਸੌਣਾ ਹੂੰ ਹੂੰ ਹੁਣ ਉੱਥੇ ਸਟੂਡੀਓ 'ਚ ਇਹ ਹੈ ਕਿ ਉੱਥੇ ਏਸੀ ਦਾ ਚੱਲਣਾ ਚੱਲਣਾ ਕਿਉਂਕਿ ਮਸ਼ੀਨਾਂ ਨੂੰ ਠੰਡ ਚਾਹੀਦੀ ਚਾਹੀਦੀ ਤੁਹਾਨੂੰ ਲੱਗਦੀ ਤੇ ਲੱਗੀ ਜਾਵੇ ਉੱਥੇ ਹੁਣ ਉਹੀ ਰਜਾਈ ਉਹਿਆਂ ਵਾਲੀ ਭੜ ਲੈਣੀ ਉਹ ਮਾੜੀ ਮੋੜ ਮੂੰਹ ਤੱਕ ਤੇ ਨਾ ਲੈਣੀ ਮੈਣਾ ਚਲੋ ਜਿੰਨੀ ਕੁ ਲੱਕ ਤੱਕ ਲੈ ਕੇ ਟਾਈਮ ਪਾਸ ਹੁੰਦਾ ਕਰ ਲੋ ਜੇ ਮੂੰਹ ਤੇ ਲੈ ਲਈ ਹੋਦਾ ਸਾਹ ਹੀ ਨਾ ਆਵੇ ਪਰਨਾ ਸਿਰੋਂ ਲਾ ਕੇ ਇਹਦੇ ਦੇ ਲੈਣਾ ਮੋਢੇ ਥੱਲੇ ਤੇ ਫਿਰ ਲਾਗੇ ਆਲਾਰਮ ਲਾ ਲੈਣੇ ਦੋ ਕੁ ਕਿਉਂਕਿ ਤੜਕੇ ਸਵੇਰੇ ਉੱਠ ਕੇ ਡੀਟੀ ਫੇਰ ਹਾਂ ਡਿਊਟੀ ਫੇਰ ਆਨ ਹੋਣੀ ਕਿਉਂਕਿ ਤੁਸੀਂ ਤੜਕੇ ਮਾਰਨਿੰਗ ਟਾਈਮ ਅਜੇ ਵੀ ਚੱਲਦਾ ਦਰਬਾਰ ਸਾਹਿਬ ਤੋਂ ਲਾਈਵ ਕੀਰਤਨ ਸ਼ੁਰੂ ਹੁੰਦਾ ਫਿਰ ਕਪੜਾ ਚੱਕਣਾ ਰੇਡੀਓ ਤੋਂ ਹਾਂ ਫਿਰ ਉਹੀ 4 ਵਜੇ ਤੋਂ ਪਹਿਲਾਂ ਤੁਸੀਂ ਉੱਠਣਾ ਨੀਂਦ ਉਥੇ ਕਾਦੀ ਆਣੀ ਬਸ ਉਸਲਵਟੇ ਹੁਣੇ ਕਦੀ ਜੇ ਤੁਸੀਂ ਥੋੜੀ ਜਿਹੀ ਰਜਾਈ ਤਾਂ ਕਰਨੀ ਤੇ ਫੇਰ ਆਖਣਾ ਨੀਂਦ ਰਜਾਈ ਥਾਂ ਕਰਦੇ ਹੋ ਜੇ ਥਾਂ ਕਰ ਲੈ ਹੁਣ ਤਾਂ ਕਰ ਯਾਨੀ ਰਜਾਈ ਦੇ ਪਾਸੇ ਰਜਾਈ ਦੇ ਨਾਲ ਹੀ ਮਤਲਬ ਤੁਹਾਡੀ ਸਾਰੀ ਰਾਤ ਲੰਘ ਜਾਣੀ ਫੇਰੇ ਆ ਵੀ ਉਥੇ ਤੁਸੀਂ ਉਸਲਵਟੇ ਕਦੀ ਖਬਾ ਲੈ ਪਾਸਾ ਕਰੀ ਸੱਜਾ ਲੈ ਫੱਟੇ ਵਰਗੇ ਤੁਸੀਂ ਪੁੰਜੇ ਕਿੰਨੀ ਕਿਦ ਨੀਂਦ ਆਉਂਦੀ ਹੈ ਪਰ ਮੈਂ ਫੇਰੇ ਫਿਰ ਉਹੀ ਓਪਨਿੰਗ ਕਰਕੇ ਫੇਰ ਉਸ ਤੋਂ ਬਾਅਦ ਜਦੋਂ ਥੋੜਾ ਜਿਹਾ ਦਿਨ ਦਾ ਚੜਾਹ ਹੋ ਜਾਣਾ ਅਗਲੇ ਬੰਦੇ ਨੇ ਰਿਲੀਵਰ ਨੇ ਆ ਜਾਣਾ ਫੇਰ ਮੋਟਾ ਨਹੀਂ ਕਰਨਾ ਫੇਰ ਨਹੀਂ ਕਰਨਾ আচ্ছা ਇਥੇ ਇਹ ਤੁਸੀਂ ਦੇਖੋ ਕਿ ਹੋ ਸਕਦਾ ਅੱਜ ਦੀ ਡੇਟ ਦੇ ਵਿੱਚ ਬੰਦੇ ਨੂੰ ਲੱਗਦਾ ਹੋਵੇ ਵੀ ਯਾਰ ਐਵੇਂ ਹੀ ਬੰਦਾ ਚਲੇ ਜਾਉ ਹੁਣ ਦੇਖੋ ਅੱਜ ਦੀ ਡੇਟ ਦੇ ਵਿੱਚ ਨਾ ਇੱਕ ਇੱਕ ਪ੍ਰੋਬਲਮ ਇਹ ਜਿਹੜੀ ਆਉਂਦੀ ਹੈ ਉਹ ਆਉਂਦੀ ਹੈ ਕਿ ਉਹਨਾਂ ਨੇ ਉਸ ਜੌਬ ਚ ਨਾ ਜਾਉ ਫੁਲਾਣੇ ਕੰਮ ਚ ਪੈਸੇ ਨਹੀਂ ਤੁਸੀਂ ਦੇਖੋ WhatsApp ਮੈਂ ਪਿੰਡੋਂ ਜਲੰਧਰ ਜਾਂਦਾ ਹੁੰਦਾ ਸੀ ਤੇ ਮੈਨੂੰ ਉਹ ਸਾਰੇ ਕੰਮ ਦੇ ਲਈ ਕਈ ਵਾਰਾਂ ਕੁਝ ਵੀ ਨਹੀਂ ਸੀ ਮਿਲਦਾ ਹਮ ਹਮ ਕਈ ਵਾਰਾਂ 100 ਰੁਪਏ ਜਾਂ 200 ਰੁਪਏ ਮਿਲਣਾ ਤੇ ਮੈਂ 3300 3500 ਰੁਪਇਆ ਵੈਸੇ ਫੂਗ ਲੈਂਦਾ ਹੁੰਦਾ ਸੀ ਆਉਣ ਜਾਣ ਕੋਈ ਕਿਰਾਇਆ ਪਾੜਾ ਜਾਂ ਹਾਂ ਹਾਂ ਪਰ ਮੈਂ ਸੋਚਦਾ ਸੀ ਵੀ ਯਾਰ ਜੇ ਉਹ ਮੈਂ ਨਾ ਕੀਤਾ ਹੁੰਦਾ ਫਿਰ ਕੱਖ ਨਹੀਂ ਸੀ ਹੁਣਾ ਕੱਖ ਨਹੀਂ ਸੀ ਆ ਜਿਹੜਾ ਤੁਸੀਂ ਉਹ ਵਹੀਂ ਪੂਈ ਤੋਂ ਵੈਨਕੂਵਰ ਕਹਿੰਦੇ ਹੋ ਸ਼ਾਇਦ ਉਹ ਵੈਨਕੂਵਰ ਨਾ ਹੁੰਦਾ ਅੱਜ ਵੀ ਤੋਂ ਫੇ ਵਹੀਂ ਪਈ ਹੁੰਦਾ ਨਹੀਂ ਵਹੀਂ ਪੂਈ ਤੋਂ ਹੋ ਸਕਦਾ ਕਿ ਨੇੜੇ-ਤੇੜੇ ਇਦਾਂ ਦੇ ਵਾਵੇ ਦੇ ਕੋਈ ਹੋਰ ਪਿੰਡ ਹੁੰਦਾ ਉੱਥੇ ਤੱਕ ਹੀ ਹੁੰਦਾ ਆ ਵਹੀਂ ਪੂਈ ਉਹ ਵੈਰੋਵਾਲ ਚ ਵਹੀਂ ਪੂਈ ਤੋਂ ਬੱਲਾ ਹੁੰਦਾ अच्छा संदालिया सावे करीब रेडियो स्टार्ट ਕਰਦੇ ਹੋ ਦੁਆਰਾ ਕੀ ਕਹਿੰਦੇ ਹੈ ਮੈਗਾ ਹਰਟਸ ਜੋ ਵੀ ਹੁੰਦਾ ਉਹ ਨਹੀਂ ਉਹ ਉਹ ਵੀ ਸੀਗਾ ਦੇਖੋ ਰੇਡੀਓ ਕੋ ਵੀ ਸੀਗਾ ਬੋਲ ਕੇ ਵੀ ਦਿਖਾਓ ਨਾ ਪਹਿਲਾਂ ਉਹ ਨਹੀਂ ਦੇਖੋ ਇੱਕ ਤਾਂ ਇਹੋ ਸੀ ਜਦੋਂ ਮੈਨੂੰ ਕਹਿੰਦੇ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ ਵਣਿੰਦਾ ਜਿਲੰਦਰ ਕੇਂਦਰੀ ਇਸ ਤੋਂ ਬਾਅਦ ਸੀਗਾ ਕਿ ਉਹ ਕਹਿੰਦੇ ਸੀ ਕਿ ਤੁਹਾਡੇ ਕੋਲ ਉਹ ਦੂਜਾ ਕੰਮ ਨਹੀਂ ਹੈਗਾ ਉਹ ਸੀਗਾ ਹਾਂਜੀ ਮੈਂ ਗੁਰਪ੍ਰੀਤ ਤੇ ਤੁਸੀਂ ਸੁਣ ਰਹੇ ਹੋ 98.3 ਐਫਐਮ ਅਸ ਵਕਤ ਮੌਸਮ ਦਾ ਹਾਲ ਕੁਝ ਜਿਹਾ ਤਾਂ ਹੁਣ ਦੇਖੋ ਇੱਕ ਇੱਕ ਚੀਜ਼ ਉਹ ਸੀ ਉਹਨਾਂ ਨੂੰ ਇਹ ਚੀਜ਼ ਚਾਹੀਦੀ ਸੀ ਉਹ ਕਹਿੰਦੇ ਸੀ ਵੀ ਤੇਰੇ ਚਾਹ ਚੀਜ਼ਾਂ ਆ ਸਕਦੀ ਹੈ ਨਾ ਤੇ ਹੁਣ ਕਾਰਨ ਇਹ ਸੀ ਵੀ ਉਹ ਉਹ ਜੋ ਧੱਕੇ ਆ ਨਾ ਉਹ ਜੇ ਤੁਸੀਂ ਖਾਣੇ ਹੋ ਜੇ ਤੁਸੀਂ ਆਪਣੇ ਆਪ ਨੂੰ ਪੱਠੀ ਚ ਪਾ ਲੈਨੇ ਹੋ ਤੇ ਉਹ ਪੱਠੀ ਤੁਹਾਨੂੰ ਕੁਛ ਨਾ ਕੁਛ ਬਣਾ ਦਿੰਦੀ ਹੈ ਗੱਲ ਪੱਕੀ ਹੋ ਸਕਦਾ ਬਹੁਤ ਸਾਰੇ ਬੰਦੇ ਸੱਜਣ ਮੱਤਰ ਜਿਹੜੇ ਕਿ ਜੇ ਮੇਰੇ ਜੂਨੀਅਰ ਨੇ ਜਾਂ ਜਿਨ੍ਹਾਂ ਨੂੰ ਲੱਗਦਾ ਹੋਵੇ ਕਿ ਅਸੀਂ ਇਸ ਇੰਡਸਟਰੀ ਚ ਇਸ ਲਾਈਨ ਚ ਆਉਣਾ ਤੇ ਇੱਕ ਗੱਲ ਤੇ ਪੱਕੀ ਹੈ ਕਿ ਬਿਨਾ ਸਟਰਗਲ ਆਪਾਂ ਨੂੰ ਕੁਛ ਨਹੀਂ ਮਿਲਣਾ ਦੂਜੀ ਗੱਲ ਇਹ WhatsApp ਕੇ ਆਪਾਂ ਸਾਰਿਆਂ ਨੂੰ ਮਿਲ ਨਹੀਂ ਸਕਦੇ ਬਹੁਤ ਸਾਰੇ ਲੋਕ ਨੇ ਜਿਹੜਾ ਨੇ ਮੈਨੂੰ ਪਿਆਰ ਕਰਨ ਵਾਲੇ ਜਿਨ੍ਹਾਂ ਨੇ ਮੈਨੂੰ ਰਸਤਾ ਦਿਖਾਇਆ ਉਹ ਟੀਵੀ ਲਾਈਨ 'ਚ ਵੀ ਨਹੀਂ ਉਹ ਫਿਲਮ ਲਾਈਨ 'ਚ ਵੀ ਨਹੀਂ ਉਹ ਰੇਡੀਓ ਲਾਈਨ 'ਚ ਵੀ ਨਹੀਂ ਉਹ ਇਸ ਤੋਂ ਇਲਾਵਾ ਵੀ ਨਹੀਂ ਜੀ ਐਂਡ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਯਾਰ ਤੇਰੀ ਆ ਚੀਜ਼ ਠੀਕ ਨਹੀਂ ਤੂੰ ਇਹਦੇ ਤੇ ਕੰਮ ਕਰ ਜਾਂ ਕਈਆਂ ਨੇ ਆਖਿਆ ਯਾਰ ਤੇਰੀ ਆ ਇੱਕ ਇੱਕ ਤੇਰੇ ਕੋਲੇ ਪਲੱਸ ਪੁਆਇੰਟ ਹੈ ਜਦੋਂ ਫੋਰ ਐਗਜ਼ਾਮਪਲ ਮੇਰੀ ਆਵਾਜ਼ ਕਹਿ ਲੋ ਤੇਰੀ ਉਹੀ ਆਵਾਜ਼ ਜਿਹੜੀ ਕਿ ਜਦੋਂ ਸਕੂਲੇ ਪੜ੍ਹਦੇ ਹੁੰਦੇ ਸੀ ਤੇ ਉਦੋਂ ਯਾਰਾਂ ਕਈ ਯਾਰਾਂ ਕਹਣਾ ਤੂੰ ਮਾਮਾ ਪਾੜੀ ਕਾਂਗ ਬੋਲਣਾ ਹੈ ਨਾ ਉਹੀ ਸੂਤ ਆ ਗਿਆ ਉਹੀ ਸੂਤ ਆ ਉਹੀ ਆਵਾਜ਼ ਕੁਝ ਪਤਾ ਨਹੀਂ ਹੁੰਦਾ ਕਿ ਕਦੋਂ ਕਿਹੜੀ ਕਮਜ਼ੋਰੀ ਜਿਹੜੀ ਹੈ ਜਾਂ ਜਿਹੜੀ ਚੀਜ਼ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਮੇਰੇ ਵਿੱਚ ਕੁਝ ਡਿਫਰੈਂਟ ਆ ਉਹ ਚੀਜ਼ ਤੁਹਾਡੇ ਲਈ ਇੰਨਾ ਕੁ ਵਧੀਆ ਹਥਿਆਰ ਬਣ ਜੂਵੇ ਕਿ ਤੁਹਾਡੇ ਕੈਰੀਅਰ ਦੇ ਵਿੱਚ ਕੰਮ ਆਵੇ ਸੰਧਾਲੀਆ ਸਭ ਇੱਕ ਗੱਲ ਤਾਂ ਪੱਕੀ ਹੈ ਬਹੁਤ ਕਿਉਂਕਿ ਤੁਸੀਂ ਉਮਰ ਦਾ ਉਹ ਵੱਡਾ ਪੈਂਡਾ ਹੰਡਾ ਲਿਆ ਠੀਕ ਹੈ ਜੀ ਹੁਣ ਮੈਂ ਨਹੀਂ ਕਹਿਣਾ ਕਿ ਕਿੰਨੀ ਲੰਘੀ ਕਿੰਨੀ ਰਹਿ ਗਈ ਆਪਾਂ ਉਸ ਮੁੱਦੇ ਤੇ ਜਾਂਦੇ ਹਾਂ ਜਨਮ ਆਪਾਂ ਬਰਸਾ ਟਿਕਟ ਵੀ ਸਾਂਝੇ ਕਰਨੀ ਸੀ ਹੁਣ ਬਰਸਾ ਟਿਕਟ ਵੀ ਕਰਾਂਗੇ ਹੁਣ ਰੌਲਾ ਕੀ ਹੈ ਹਾਂ ਹੋ ਸਕਦਾ ਹੈ ਕਿ ਜਦੋਂ ਆ ਆਪਣਾ ਪ੍ਰੋਗਰਾਮ ਚੱਲਦਾ ਹੈ ਉਸ ਵੇਲੇ ਕਿਸੇ ਨੂੰ ਚੇਤਾ ਆਵੇ ਯਾਰ ਕੱਲ ਮੈਂ ਕਿਤੇ ਗਿਆ ਸੀ ਨੌਕਰੀ ਲੈਣ ਦਰਵਾਜ਼ਾ ਨਹੀਂ ਖੋਲਿਆ ਕਿਸੇ ਨੂੰ 4 ਦਿਨ ਬਾਅਦ ਉਸ ਫੇਜ਼ ਦਾ ਸਾਹਮਣਾ ਕਰਨਾ ਪਵੇ ਕੋਈ ਪਿਛਲੇ 1.5-2 ਸਾਲ ਤੋਂ ਹਥਿਆਰ ਸੱਟ ਕੇ ਘਰੇ ਬੈਠਾ ਹੋਵੇ ਪਰ ਜਦੋਂ ਕੋਈ ਦਰਵਾਜ਼ਾ ਤੁਹਾਡੇ ਲਈ ਨਹੀਂ ਖੁੱਲਦਾ ਜਦੋਂ ਤੁਸੀਂ ਨਿਰਾਸ਼ ਹੁੰਨੇ ਉਹ ਇੱਕ ਸਿੱਖਣ ਦਾ ਫੇਜ਼ ਹੈ ਉਸ ਵੇਲੇ ਜੇ ਤੁਸੀਂ ਮਜ਼ਬੂਤੀ ਦੇ ਨਾਲ ਨੀਂਹ ਰੱਖ ਲਓ ਤਾਂ ਸਮਝ ਲਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਹਾੜ ਟੱਪ ਜਾਓਗੇ ਤਾਂ ਜੇ ਢੇਰੀ ਢਾਹਤੀ ਕਪਾਈ ਇਸ ਦੁਨੀਆ 'ਚ ਕੱਖ ਨਹੀਂ ਰੱਖਿਆ ਇੱਥੇ ਕੱਖ ਨਹੀਂ ਹੋਣਾ ਉਦੋਂ ਤਾਂ ਕਰਨਾ ਪੈਣਾ ਹੋ ਸਕਦਾ ਹੈ ਕਿ ਤੁਹਾਨੂੰ ਗਦੇਲੇ ਚ ਗੰਦੇ ਚ ਸੌਣਾ ਪਵੇ ਹੋ ਸਕਦਾ ਹੈ ਕਿ ਤੁਹਾਨੂੰ ਅਚਾਨਕ ਅੱਧੀ ਰਾਤ ਨੂੰ ਉੱਠ ਕੇ ਜਾ ਕੇ ਦਿੱਲੀ ਨੂੰ ਜਾਣਾ ਪਵੇ ਹੋ ਸਕਦਾ ਹੈ ਕਿ ਬਹੁਤ ਸਾਰੀਆਂ ਨੌਕਰੀਆਂ ਤੋਂ ਤੁਰ ਨਾ ਹੋ ਜਾਏ ਪਰ ਸੌ ਨਾ ਹੋ ਜਵੇ ਇੱਕ ਹਾਂ ਦੀ ਲੋੜ ਹੁੰਦੀ ਹੈ ਜਿੱਦਾਂ ਕਲਿੱਕ ਹੋ ਗਿਆ ਕੰਮ ਤਾਂ ਬਹੁਤ ਫਰਕ ਪੈਂਦਾ ਬਾਰ ਸਾਹਿਬ ਦੇਖੋ ਜਦੋਂ ਮੈਂ ਪਿੰਡੋਂ ਤੁਸੀਂ ਦੇਖੋ ਪਿੰਡ ਤੋਂ ਕਪੂਰਥਲੇ ਦਾ ਰਸਤਾ ਹੁਣ ਤੱਕ ਐਰੋ ਸੜਕ ਦੀ ਬਣ ਗਈ ਅਜੇ ਵੀ ਪਰਦੇ ਤੁਸੀਂ ਰਾਤ ਨੂੰ ਜਾਣਾ ਹੋਵੇ ਤੁਸੇ ਉਹ ਸੜਕੇ ਨੇ ਯਾਦ ਦੇ ਉਦੋਂ ਬਾੜੀ ਖੱਜਲ ਸੜਕ ਹੁੰਦੀ ਸੀ ਜਮਾ ਜੰਗਲੀ ਕਿਕਰਾਂ ਉੱਤੋਂ ਐ ਜੁੜੀਆਂ ਹੁੰਦੀਆਂ ਸੀ ਐਂਡ ਜਦੋਂ ਹੁਣ ਦੇਖੋ ਜੇ ਤੁਸੀਂ ਜਲੰਧਰੋਂ ਹੋ ਜਲੰਧਰ ਮੰਨ ਲਓ ਵੀ ਕੋਈ ਵੀ ਆਪਣੇ ABC ਬੌਸ ਨੇ ਅਗਲੇ ਨੇ ਕਿਹਾ ਵੀ ਜਦੋਂ ਹੁਣ ਉਹਨਾਂ ਨੇ ਤੇ ਆਪਣੇ ਹਿਸਾਬ ਨਾਲ ਛੁੱਟੀ ਕਰਨੀ ਹੈ ਹੁਣ ਦੂਜੀ ਪ੍ਰੋਬਲਮ ਇਹ ਸੀ ਵੀ ਨਾ ਮੈਂ ਪੀਵਾ ਨਾ ਖਾਵਾਂ ਪਰ ਫਿਰ ਵੀ ਪੀਣ ਖਾਣ ਵਾਲਿਆਂ ਲੱਗੇ ਮੈਨੂੰ ਨਹੀਂ ਨਹੀਂ ਰੋਟੀ ਖਾਂਦੇ ਆ ਪਾਣੀ ਜੂਸ ਪੀਂਦੇ ਆ ਅਗਲੀ ਗੱਲ ਦੱਸੋ ਬਾਲ ਕੌੜਾ ਪਾਣੀ ਆਹ ਤੇ ਹੱਡੀਆਂ ਚ ਨੂੰ ਮੈਂ ਕੀ ਕਿਸੇ ਨੂੰ ਇਦਾਂ ਨਾ ਲੱਗੇ ਬੰਦਾ ਭੁੱਖੇ ਰੱਖਿਆ ਨਹੀਂ ਨਹੀਂ ਮਤਲਬ ਓਕੇ ਵੀ ਮੈਂ ਉਹ ਕੰਮ ਕਰਦਾ ਨਹੀਂ ਸੀ ਪਰ ਫਿਰ ਵੀ ਹੁਣ ਜਿਹੜਾ ਬੰਦਾ ਪੀਣ ਖਾਣ ਬਹਿ ਗਿਆ ਉਹਨੂੰ ਮੈਂ ਠਾ ਨਹੀਂ ਸਕਦਾ ਡਾਊਨ ਮੈਂ ਕਹਿ ਨਹੀਂ ਸਕਦਾ ਵੀ ਮੈਂ ਜਾਣਾ ਜੀ ਮੇਰਾ ਪ ਉੱਥੇ ਮੈਂ ਕਸੀਸ ਜੀ ਵਟਕੇ ਬੈਠ ਰਹਿਣਾ ਜਦੋਂ ਨੇਰਾਜਾ ਹੋ ਜਾਣਾ ਅਗਲਿਆਂ ਨੇ ਝੂਲਦੇ ਆਪਣੇ ਘਰ ਨੂੰ ਜਾਣਾ ਫਿਰਗਾ ਉਹ ਤੂੰ ਅਜੇ ਇੱਥੇ ਆਂ ਮੈਂ ਹਾਂ ਜੀ ਸਰ ਤੁਸੀਂ ਕਿਹਾ ਸੀ ਤੂੰ ਬੈਠ ਓਏ ਯਾਰ ਤੂੰ ਤੂੰ ਕੱਲ ਆਈ ਹੁਣ ਤੂੰ ਹਾਂ ਹੁਣ ਤੂੰ ਕੱਲ ਫੇਰ ਦੇਖਾਂਗੇ ਹੁਣ ਹੁਣ ਤੂੰ ਕੱਲ ਆਈ ਦੇ ਵਿੱਚ ਉਹਨਾਂ ਦੇ ਤਾਂ ਕੱਲ ਆ ਗਿਆ ਪਰ ਮੈਨੂੰ ਪਤਾ ਵੀ ਮੈਂ 2 ਘੰਟੇ ਜੇ ਖੱਜਲੋਗੇ ਪਿੰਡ ਨਹੀਂ ਜਾਣਾ ਤੇ ਹੋ ਸਕਦਾ ਅਗਲਾ ਕੱਲ ਨੂੰ ਛੁੱਟੀ ਕਰ ਲਵੇ ਛੁੱਟੀ ਕਰ ਲੈ ਉਹ ਮੈਂ ਇੱਕ ਇੱਕ ਵਾਰਾ ਤਾਂ ਇੱਕ ਰਾਤ ਦਾ ਐਕਸਪੀਰੀਅੰਸ ਉਹਦੋਂ ਮੈਂ ਮੇ ਚਾਚਾ ਅਜ ਬੋਲਟ ਲੈ ਲਿਆ ਤੇ ਬੋਲਟ ਦੇ ਉੱਪਰ ਮੈਂ ਆ ਰਿਹਾ ਹਾਂ ਤੇ ਤੁਸੀਂ ਦੇਖੋ ਵੀ ਰਾਤ ਦੇ ਉਦੋਂ ਮੇਰਾ ਹਾਲ 10:00 ਵਜੇ ਹੁਣ ਹਨੇਰੀ ਵੀ ਆ ਰਹੀ ਹੈ ਮੇਂ ਵੀ ਪੂਰਾ ਕੋਈ ਮੋਬਾਈਲ ਮੂਲ ਦੀ ਰੇਂਜ ਨਹੀਂ ਕੋਈ ਕੁਛ ਨਹੀਂ ਕਰੇ ਮਾਤਾ ਮੇਰੀ ਕਲੀ ਮੈਂ ਇਕੱਲਾ-ਕੱਲਾ ਹੀ ਮੇਰਾ ਕੋਈ ਪੈਂਟਰਾ ਹੋ ਨਹੀਂ ਪਾਦਰ ਸਾਹਿਬ ਕਾਫੀ ਦਿਨ ਪਹਿਲਾਂ ਸਾਹ ਛੱਡ ਗਏ ਹੁਣ ਉਹ ਵਿਚਾਰੀ ਇਧਰ ਮਾਤਾ ਮੇਰੀ ਡੀਗਦੀ ਹੋਊਗੀ ਵੀ ਉਹਨੇ ਪਤਾ ਨਹੀਂ ਆਉਣਾ ਕਿ ਨਹੀਂ ਆਉਣਾਗੇ ਕਿੱਥੇ ਆ ਕੇ ਕਿੱਥੇ ਨਹੀਂ ਆ ਤੇ ਮੈਂ ਉਦੋਂ ਨੇਰੀ ਇੰਨੀ ਵਗੇ ਵੀ ਮੈਂ ਮੋਟਰਸਾਈਕਲ ਇੱਕ ਤਾਂ ਸਿੱਧਾ ਖੜਨਾ ਇੱਕ ਇੱਕ ਮੈਂ ਐ ਨੂੰ ਖੜਨਾ ਹੂੰ ਹੂੰ ਤਾਂ ਕਿ ਨੇਰੀ ਵਗਦੀ ਆ ਪ੍ਰੈਸ਼ਰ ਜਿੱਧਰ ਪ੍ਰੈਸ਼ਰ ਉਹ ਇਦਾਂ ਸੀ ਵੀ ਉਹ ਕਹਿੰਦਾ ਵੀ ਤੈਨੂੰ ਮੈਂ ਖਤਾਨਾ ਚ ਸੁਟਣਾ ਥੱਲੇ ਤੇ ਮੈਂ ਕਿਹਾ ਵੀ ਨਹੀਂ ਮੈਂ ਸਿੱਧਾ ਜਾਵਾਂ ਉਦੋਂ ਮੈਂ ਪਹੁੰਚਦਾ ਪਹੁੰਚਾ ਰਾਜ ਕਿੰਨੀ ਮੈਨੂੰ ਰੁਕਿਆ ਖਲੋਤਾ ਤੇ ਬਿਆਸ ਦਰਿਆ ਵਾਲਾ ਪੁਲ ਪੈਂਦਾ ਉਹ ਮੈਂ ਪੁਲ ਤੇ ਆ ਕੇ ਜਦੋਂ ਪੁਲ ਤੇ ਆਇਆ ਤਾਂ ਜਮਾਂ ਹੀ ਖਾਲੀ ਹੋ ਗਿਆ ਉੱਥੇ ਬਹੁਤ ਹੀ ਜ਼ਿਆਦਾ ਨੇਰੀ ਉੱਥੇ ਮਨੇ ਸੀ ਵੀ ਇਹ ਤਾਂ ਲੰਘਣਾ ਹੀ ਹੋ ਮਸਕਲ ਮੈਂ ਖੜਾ ਆ ਤੇ ਮੈਂ ਸੋਚਾਂ ਸਾਹਮਣੇ ਗੁਰਦਰਾ ਸਾਹਿਬ ਨਜ਼ਰ ਆਉਂਦਾ ਗੋਵਿੰਦ왈 ਸਾਹਿਬ ਵਾਲਾ ਮੈਂ ਸੋਚਾਂ ਵੀ ਬਾਬਾ ਕਿਹੜੇ ਕੰਮ ਚ ਪਾਇਆ ਮੈਨੂੰ ਦਿਨ ਰਾਤ ਭਈ ਆਈ ਫਿਰਦائیں ਆ ਵੀ ਮਤਲਬ ਵੀ ਜੇ ਉਹ ਉਸ ਉਸ ਕਫੇਜ਼ ਦੀ ਗੱਲ ਆ ਜਦੋਂ ਹਜੇ ਕੁਝ ਨਹੀਂ ਸੀ ਮੇਰੇ ਜੀ ਕੋਈ ਨਹੀਂ ਸੀ ਕੋਈ ਤੇ ਮੈਂ ਕਿਹਾ ਵੀ ਯਾਰ ਬਾਬਾ ਜੇ ਤਾਂ ਮੇਰਾ ਕੁਝ ਹੋਣਾ ਹੂੰ ਹੂੰ ਤੇ ਫਿਰ ਹੋ ਲੈਣ ਦੇ ਤੇ ਜੇ ਨਹੀਂ ਹੋਣਾ ਤੇ ਫਿਰ ਆ ਜੋ ਵੀ ਖੱਜਲ ਖੁਜਲ ਜਿਆ ਮੈਂ ਹੋਣ ਦੇ ਆ ਕਿਸੇ ਪਾਸੇ ਇੱਥੇ ਕਿਤੇ ਡਿੱਗ ਟ ਹੈ ਕੇ ਖਤਮ ਹੋ ਜਾਾਂਗਾ ਕਿਸੇ ਪਾਸੇ ਉਹ ਚੀਜ਼ ਜਾਣੀ ਨਹੀਂ ਕਿ ਮੈਂ ਉੱਥੇ ਪਹੁੰਚਾਂ ਪਰ ਮੈਨੂੰ ਜੇ ਮੈਂ ਨਾ ਜਾ ਸਕਿਆ ਤੇ ਫਿਰ ਮੇਰੇ ਕੋਲ ਮੇਰੇ ਮਨ ਚ ਰਹਿ ਜene ਵੀ ਯਾਰ ਮੈਂ ਕਰ ਨਹੀਂ ਸਕਿਆ ਉਹ ਬਸ ਉਹ ਉਹ ਮੈਨੂੰ ਯਾਦ ਆ ਵੀ ਉਹ ਉਹ ਉਨੀ ਮੇਰੇ ਅੰਦਰ ਕਸ਼ਮਕਸ਼ ਸੀਗੀ ਉਸ ਤੋਂ ਬਾਅਦ ਮੈਂ ਉਹ ਆਪਣੇ ਆਪ ਨਾਲ ਲੜਦਾ ਖੀਦਾ ਕੁਰਦਾ ਘਰੇ ਆ ਗਿਆ ਇਹ ਉਦੋਂ ਦੀ ਗੱਲ ਮੈਂ ਦੱਸ ਰਿਹਾ ਜਦੋਂ ਜਦੋਂ ਮੈਂ ਇਹ ਡਿਸਾਈਡ ਕਰ ਲਿਆ ਸੀ ਵੀ ਹੁਣ ਮੈਂ ਇਸ ਪਾਸੇ ਨਹੀਂ ਜਾਣਾ ਜਦੋਂ ਕਿ ਜੋ ਮੈਂ ਪੱਲਾ ਝਾੜ ਲਿਆ ਸੀ ਲਗਭਗ ਇਹ ਉਹ ਉਸਕ ਦਿਨਾਂ ਦਾ ਜਾਂ ਉਸਕ ਰਾਤ ਦੀਆਂ ਗੱਲਾਂ ਨੇ ਜਦੋਂ ਕਿਉਂ ਜਾ ਕੇ ਮੈਂ ਸੋਚਿਆ ਵੀ ਨਹੀਂ ਹੁਣ ਉੱਥੇ ਵਾਪਸ ਨਹੀਂ ਜਾਣਾ ਪਰ ਮੈਂ ਸੁਝਦਾ ਵੀ ਦੇਖੋ ਉਹ ਵੀ ਇੱਕ ਦਿਨ ਸੀ ਜੀ ਤੇ ਇੱਕ ਦਿਨ ਆ ਵੀ ਹੈ ਜਿੱਥੇ ਅੱਜ ਤੁਸੀਂ ਸ਼ੁਰੂ ਕਰ ਲਿਆ ਤੁਸੀਂ ਮੈਨੂੰ ਛੇੜਨ ਦਾਵੇਂ ਜੁਣੀ ਤੋਂ ਮੈਂਨ ਕੋ ਕਰ ਤੇ ਜੇ ਨਾ ਹੁੰਦਾ ਤੇ ਫਿਰ ਨਹੀਂ ਵੀ ਹੋ ਸਕਦਾ ਜੀ ਸੰਧਾਲੀਆ ਸਭ ਬਾਕੀ ਇਹ ਵੀ ਆਪ ਸਫਰਤਾ ਜੀ ਸ਼ੁਰੂ ਹੋਇਆ ਸਫਰ ਸ਼ੁਰੂ ਹੋਇਆ ਸਫਰਤਾ ਜੀ ਸ਼ੁਰੂ ਹੋਇਆ ਕਿਉਂਕਿ ਇਹ ਇਸ ਕਰਕੇ ਵੀ ਮੈਨੂੰ ਇਹ ਗੱਲਾਂ ਇੰਪੋਰਟੈਂਟ ਲੱਗੀਆਂ ਸੀ ਕਿ ਠੀਕ ਹੈ ਅਸੀਂ ਰੋਜ਼ ਕਰਦੇ ਰਹਿੰਨੇ ਆ ਕਦੇ ਕਿਸੇ ਲੀਡਰ ਨੂੰ ਕਿਧਰਲੇ ਪਾਸੇੋਂ ਘੇਰ ਲਿਆ ਕਿਸੇ ਨੂੰ ਕਿਧਰਲੇ ਕਸਤੇ ਭੇਰ ਰਿਹਾ ਪਰ ਪਿੱਛੇ ਬਹੁਤ ਕੁਝ ਹੁੰਦਾ ਪਰਦਾ ਜਿਹੜਾ ਨਾ ਰੰਗਮੰਚ ਸਜਿਆ ਹੁੰਦਾ ਇੱਕ ਨਾਟਕ ਜਿਹੜਾ ਹੁੰਦਾ ਸਾਨੂੰ ਸਾਹਮਣੇ ਦਿਖਦਾ ਪਰ ਉਹਦੇ ਪਿੱਛੇ ਜੋ ਕੁਝ ਚੱਲ ਜਾਂਦਾ ਉਹ ਆਪਣੇ ਆਪ ਦੇ ਵਿੱਚ ਵੱਡਾ ਹੁੰਦਾ ਤੇ ਸਾਨੂੰ ਉਹ ਸਾਰੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਖਾਸ ਤੌਰ ਦੇ ਉੱਤੇ ਮੈਨੂੰ ਇਹ ਲੱਗਦਾ ਕਿ ਜਿਹੜੀ ਅੱਜ ਦੀ ਪੀੜ੍ਹੀ ਹੈ ਉਹ ਇੰਨਾ ਕੁ ਜ਼ਰੂਰ ਸੋਚ ਕੇ ਚੱਲੇ ਕਿ ਭਾਈ ਸਾਲ 2 ਸਾਲ 3 ਸਾਲ 4 ਸਾਲ 5 ਸਾਲ ਲੱਗਦੇ ਹਾਂ ਜੇ ਸਧਾਰਨ ਜ਼ਿੰਦਗੀ ਜੀ ਸਕਦੇ ਹਾਂ ਜਿਹੜਾ ਕੰਮ ਕਰਦੇ ਹਾਂ ਕਰ ਸਕਦੇ ਹਾਂ ਫਿਰ ਤਾਂ ਕੰਮ ਜਿਹੜਾ ਚੱਲੀ ਜਾਂਦਾ ਹੈ ਪਰ ਨਿਰਾਸ਼ ਨਾ ਹੋਇਓ ਇੱਕ ਚੀਜ਼ ਹੋਰ ਐਡ ਕਰਵਾ ਆ ਸਾਬ ਹੁਣ ਜੇ ਤੁਸੀਂ ਕੀ ਗੱਲਾਂ ਕਹਿੰਦੇ ਹੁੰਦੇ ਮੈਂ ਜੇ ਗੱਲ ਕਰਾਂ ਖੇਤੀ ਬਾੜੀ ਦੀ ਬਾਬੇ ਦੀ ਦਾ ਨਾ ਰੋਟੀ ਪਾਣੀ ਜੋਗੀ ਮੇਰੇ ਕੋਲੇ ਜ਼ਮੀਨ ਹੈਗੀ ਹੂੰ ਹੂੰ ਜ਼ਮੀਨ ਭਾਂਡਾ ਵੀ ਸੀਗਾ ਚੰਗਾ ਜੇ ਮੈਂ ਕੁਝ ਵੀ ਨਾ ਕਰਦਾ ਜੇ ਮੈਂ ਵਾਈ ਵੀ ਕਰੀ ਜਾਂਦਾ ਤਾਂ ਵੀ ਸਰਦਾ ਸੀ ਤੇ ਤਾਂ ਵੀ ਮੇਰੀ ਜ਼ਿੰਦਗੀ ਉਹ ਹੋਣੀ ਸੀ ਵੀ ਚਿੱਟਾ ਕੁੜਤਾ ਪਜਾਮਾ ਪਾ ਕੇ ਵੇਲੇ ਪਰ ਮੈਂ ਕਈ ਵਾਰ ਸੋਚਦਾ ਹੁੰਦਾ ਵੀ ਸ਼ਾਇਦ ਮੇਰੇ ਅੰਦਰ ਹੀ ਕੁਝ ਸੀਗਾ ਜਾਂ ਪਰਮਾਤਮਾ ਨੂੰ ਸੀਗਾ ਵੀ ਯਾਰ ਤੂੰ ਨਾ ਇਸ ਕੰਮ 'ਚ ਪੈ। ਤੁਸੀਂ ਜੇ ਕੁਰਤਾ ਪਿਆਮਾ ਪਾਇਆ ਹੁੰਦਾ ਜੇ ਆਹ ਨਾ ਹੁੰਦੇ ਸੀਨੀਅਰ ਮੀਤ ਪ੍ਰਧਾਨ ਹੋਣਾ ਸੀ। ਕਹਿ ਸਕਦੇ ਹੋ ਹੋ ਸਕਦਾ ਕਿਸੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਹੋਣਾ ਸੀ। ਹੋ ਸਕਦਾ ਮੈਂ ਇੱਥੇ ਬੈਠਾ ਰੋਲਾ ਪਾਉਂਦਾ ਇੱਕੋ ਸੀਨੀਅਰ ਮੀਤ ਪ੍ਰਧਾਨ ਲੋਕਾਂ ਨੂੰ ਟਿਕਣਾ ਨਹੀਂ ਦਿੰਦਾ। ਹਾਂ ਮੈਨੂੰ ਹੋ ਸਕਦਾ ਜੀ ਹੋ ਸਕਦਾ ਜੀ ਮੈਂ ਤਾਂ ਹੁਣ ਦੇਖੋ ਇਹ ਵੀ ਕਿਸੇ ਵੇਲੇ ਹੁੰਦਾ ਨਾ ਕਿਸੇ ਵੇਲੇ ਬੰਦਾ ਸੋਚ ਲੈਂਦਾ ਵੀ ਯਾਰ ਜ਼ਿੰਦਗੀ ਸੌਖੀ ਆਪਾਂ ਨੂੰ ਸਟਰਗਲ ਕਰਨ ਦੀ ਲੋੜ ਨਹੀਂ। ਪਰ ਮੈਨੂੰ ਲੱਗਦਾ ਹੁੰਦਾ ਵੀ ਜੇ ਜ਼ਿੰਦਗੀ ਸੌਖੀ ਆ ਤੇ ਸਭ ਕੁ ਤੁਸੀਂ ਇਹਨੂੰ ਪਲੱਸ ਪੁਆਇੰਟ ਗਿਣੋ ਵੀ ਤੁਹਾਨੂੰ ਇੱਕ ਕੁਸ਼ਨ ਪ੍ਰਮਾਤਮਾ ਨੇ ਦੇਤਾ। ਜੇ بیس ਹੈਗਾ, ਇੱਕ بیس ਹੈਗਾ ਤੁਸੀਂ ਉਸ ਕੁਸ਼ਨ ਦੇ ਨਾਲ ਤੁਸੀਂ ਉਸ ਪੌਡੇ ਤੋਂ ਅੱਗੇ ਛਾਲ ਮਾਰਨ ਦੀ ਕੋਸ਼ਿਸ਼ ਕਰੋ। ਪਰ ਜੇ ਆਪਾਂ ਉੱਥੇ ਢੇਰੀ ਢਾ ਕੇ ਬਹਿ ਜਾਈਏ ਵੀ ਯਾਰ ਠੀਕ ਐ ਨਜ਼ਾਰੇ ਐ ਮੌਜਾਂ ਆਪਾਂ ਨੂੰ ਕੀ ਲੋੜ ਪਈ ਐ। ਤੇ ਫੇਰ ਤਾਂ ਥੱਕੇ ਹੀ ਐ ਦੁੱਖ ਤੇ ਕਲੀਫਾ। ਸਨਿਆਰੀਆ ਸਭ ਇੱਕ ਮੈਨੂੰ ਇੱਥੇ ਗੱਲ ਹੋਰ ਲੱਗਦੀ ਐ। ਹੂੰ। ਤਰਬਾ ਤੁਹਾਡਾ ਇਹ ਕਹਿੰਦਾ ਲੱਗਦਾ ਜੋ ਮੈਂ ਗੱਲ ਸੁਣੀ ਐ, ਜੋ ਸਮਝਣ ਦੀ ਕੋਸ਼ਿਸ਼ ਕੀਤੀ ਐ, ਬਾਕੀ ਵੀ ਸਮਝਦੇ ਹੋਣਗੇ ਕਿ ਜੇ ਤੁਹਾਡੇ ਪੱ ਦੇਰ ਸਵੇਰ ਦੁਨੀਆਂ ਨੇ ਸਲਾਮਾ ਕਰਨੀ ਆ ਜੇ ਲਿਆਕਤ ਹੈਗੀ ਆ ਜਿੰਨ ਪੁੰਨਤਾ ਹੈਗੀ ਆ ਜੇ ਉਹਨੂੰ ਤਰਾਸ਼ੋਗੇ ਮਾੜਾ ਮੋਟਾ ਹਾਂ ਤਾਂ ਜੇ ਆਪਾਂ ਕਹਾਂਗੇ ਨਹੀਂ ਯਾਰ ਬੈਠਿਆ ਬੂਠਿਆ ਨਾ ਆਜੇ ਤਾਂ 베ਰੀ ਥਲੇ ਮੂੰਹ ਅੜ ਕੇ ਪੈਣਾ ਬੇਰ ਨਹੀਂ ਡਿੱਗਦਾ ਨਹੀਂ ਡਿੱਗਦਾ WhatsApp ਦੇਖੋ ਜਦੋਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਟਰਮਸ ਟਰਮਨੋਲੋਜੀਸ ਮੈਂ ਜਾ ਕੇ ਸਿੱਖੀਆਂ ਜਾਂ ਚਾਹੇ ਮੈਨੂੰ ਰੇਡੀਓ ਦਾ ਐਕਸਪੀਰੀਅੰਸ ਆਇਆ ਜਾਂ ਟੀਵੀ ਦਾ ਆਇਆ ਜਾਂ ਫਿਲਮ ਲਾਈਨ ਦਾ ਆਇਆ ਤਾਂ ਮੈਨੂੰ ਉਹਨਾਂ ਬਾਰੇ ਇੱਲ ਦਾ ਨਾਕ ਹੁਕਮ ਨਹੀਂ ਸੀ ਪਤਾ ਮੈਨੂੰ ਕੀ ਪਤਾ ਵੀ ਇਹ ਕੀ ਹੁੰਦਾ ਕੀ ਨਹੀਂ ਹੁੰਦਾ ਤੇ ਜੇ ਮੈਂ ਆਖਾਂ ਵੀ ਮੈਨੂੰ ਨਹੀਂ ਪਤਾ ਤੇ ਮੈਂ ਛੱਡੂ ਖੜਾ ਮੈਨੂੰ ਕੀ ਲੋੜ ਪਈ ਆ ਪਰ ਮੇਰੇ ਅੰਦਰ ਉਹ ਉਹ ਕਿਉਰਿਓਸਟੀ ਸੀ ਜਾਂ ਜਾਂ ਮੈਨੂੰ ਲੱਗਦਾ ਹੁੰਦਾ WhatsApp ਇੱਕ ਚੀਜ਼ ਇਹ ਵੀ ਬੜੀ ਜ਼ਰੂਰੀ ਹੈ ਕਿ ਤੁਹਾਨੂੰ ਧੱਕਾ ਲੱਗਣਾ ਬਹੁਤ ਜ਼ਰੂਰੀ ਹੈ ਜੇ ਇੱਕ ਵਾਰ ਤੁਹਾਨੂੰ ਛੱਟ ਨਹੀਂ ਪੈਂਦੀ ਜਾਂ ਤੁਹਾਨੂੰ ਧੱਕਾ ਨਹੀਂ ਲੱਗਦਾ ਜਾਂ ਤੁਹਾਨੂੰ ਕੋਈ ਕਹਿੰਦਾ ਨਹੀਂ ਵੀ ਤੂੰ ਨਹੀਂ ਤੀ ਨਹੀਂ ਆਉਂਦਾ ਓਨੀ ਦੇਰ ਤੱਕ ਅੰਦਰੋਂ ਉਹ ਨਹੀਂ ਜਦ ਤੱਕ ਤੁਹਾਡੇ ਉਹ ਚਿੰਗ ਫੁੱਟਦੀ ਨਾ ਓਨੀ ਦੇਰ ਤੱਕ ਤੁਸੀਂ ਕੁਝ ਨਹੀਂ ਕਰ ਸਕਦੇ ਹੁਣ ਉਹ ਜਿਹੜੀਆਂ ਚੀਜ਼ਾਂ ਨੇ ਉਹ ਅੱਜ ਵੀ ਕੀਤੀਆਂ ਜਾ ਸਕਦੀਆਂ ਅੱਜ ਹੋ ਸਕਦਾ ਤੁਹਾਨੂੰ ਉਹ ਉਹ ਚੀਜ਼ਾਂ ਬਹੁਤ ਸਾਰੇ ਕਾਲਜੇਜ਼ ਕਰਵਾ ਦੇ ਨੇ ਯੂਨੀਵਰਸਿਟੀਆਂ ਕਰਵਾ ਦੇ ਨੇ ਇੰਸਟੀਚਿਊਟ ਕਰਵਾ ਦੇ ਉਹਦਾ ਸਮਾਂ ਹੋਰ ਸੀ ਹੈਨਾ ਪਰ ਉਦੋਂ ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਇਹ ਕੀ ਲਾਈਨ ਆ ਤੁਸੀਂ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਉਦੋਂ ਸਿਰਫ ਇਹ ਆ ਕਿ ਜਿਹੜਾ ਤੁਹਾਡਾ ਇਮੀਡੀਏਟ ਸੀਨੀਅਰ ਆ ਜਾਂ ਜਿਹਦੇ ਕੋਲ ਐਕਸਪੀਰੀਅੰਸ ਆ ਤੁਸੀਂ ਉਹਦੇ ਐਕਸਪੀਰੀਅੰਸ ਤੋਂ ਸਿੱਖ ਲਓ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ ਤੁਸੀਂ ਰੱਖ ਲਓ ਜਿਹੜੀ ਚੀਜ਼ ਮਾੜੀ ਲੱਗਦੀ ਛੱਡ ਦਿਓ ਸੰਧਾਲਿਆ ਸਾਹਿਬ ਹੁਣ ਤਾਂ YouTube ਤੇ ਸਿੱਖ ਲਓ ਉਦੋਂ ਤੱਕ ਕੁਝ ਵੀ ਨਹੀਂ ਸੀ ਹੁੰਦਾ ਹੁਣ ਤੁਸੀਂ ਦੇਖੋ ਕਿ ਅੱਜ ਤਾਂ ਬੰਦਾ ਕਹਿੰਦਾ ਅੱਛਾ ਨੌਕਰੀ ਲਈ ਅਪਲਾਈ ਕੀਤਾ ਉਹਨਾਂ ਦਾ ਰੈਪਲਾਈ ਸਾਨੂੰ ਆ ਜਾਣਾ ਨੰਬਰ ਆ ਗਿਆ ਕੋਡ ਆ ਗਿਆ ਐ ਕਰ ਲਓ ਉਦੋਂ ਹੁੰਦਾ ਕਿ ਬੰਦੇ ਨੂੰ ਉੱਠਣਾ ਪੈਣਾ ਨਹਾਉਣਾ ਪੈਣਾ ਕੱਪੜੇ ਪਾਉਣੇ ਪੈਣੇ ਆ ਸਾਈਕਲ ਪੈਡਲ ਮਾਰਨਾ ਪੈਣਾ ਸਕੂਟਰ ਨੂੰ ਕਿੱਕ ਮਾਰਨੀ ਪੈਣੀ ਅਗਲੇ ਨੂੰ ਜਾ ਕੇ ਸਲੂਟ ਠੋਕਣਾ ਪੈਣਾ ਫੇਰ ਹੀ ਕੰਮ ਸੂਤਰ ਆਉਣਾ ਨਾਟਕ ਮੈਂ ਉੱਥੇ ਆਉਣ ਲੱਗਾ ਕਈ ਸੱਜਣ ਪੁੱਛਦੇ ਉਹ ਯਾਰ ਸੰਧਾ ਵਾਲਿਆ ਉਹੀ ਬੰਦਾ ਨਾ ਜਿਹੜਾ ਫਲਾਣੇ ਨਾਟਕ ਚਾਉਂਦਾ ਸੀ ਕਿਹੜੇ ਕਿਹੜੇ ਨਾਟਕ ਤੇ ਕਿੱਥੇ ਕੀਤੇ ਦੁਨੀਆ ਦੇ ਨਾਲ ਲਟਕਦਾ ਨਹੀਂ ਕਰੀ ਜਨਾ ਦੱਸਣਾ ਨਹੀਂ ਉਹ ਕੀਤੇ ਵੈਜ ਤਾਂ ਤੁਹਾਨੂੰ ਦੱਸਿਆ ਉਹ ਸੁਰਖਾਬ ਸੀ ਜੋ ਕਾਫੀ ਹਟ ਸੀਰੀਅਲ ਸੀ ਜਾਂ ਅਜੇ ਵੀ ਮੇਬੀ ਕਿਤੇ ਕਿਤੇ ਦਿਸਦਾ ਉਸ ਤੋਂ ਬਾਅਦ ਮੈਂ ਦੂਰਦਰਸ਼ਨ ਦੇ ਨਾਲ ਜਾਂ ਪ੍ਰਾਈਵੇਟ ਪ੍ਰੋਡਕਸ਼ਨਸ ਦੇ ਨਾਲ ਪ੍ਰਾਈਵੇਟ ਪ੍ਰੋਡਕਸ਼ਨ ਹਾਊਸਿਸ ਦੇ ਨਾਲ ਬਹੁਤ ਕੀਤੇ ਦੂਰਦਰਸ਼ਨ ਦੀ ਇਹ ਅਜੇ ਵੀ ਮੇਰੇ ਖਿਆਲ ਆਰਕਾਈਵਸ ਦੇ ਵਿੱਚ ਬਹੁਤ ਸਾਰੇ ਪਏ ਹੋਣਗੇ ਮੈਨੂੰ ਕਈ ਵਾਰਾ ਜਿਹੜੇ ਕੋਈ ਸੱਜਣ ਮਿੱਤਰ ਦੇਖ ਲੈਂਦੇ ਜਿਨ੍ਹਾਂ ਕੋਲੇ ਨੰਬਰ ਹੈ ਜਦੋਂ ਕਿਤੇ ਟੀਵੀ ਤੇ ਚੱਲੇ ਤਾਂ ਉਹ ਦੁਬਾਰਾ ਫੋਟੋ ਜਾਂ ਵੀਡੀਓ ਬਣਾ ਕੇ ਭੇਜ ਦਿੰਦੇ ਹੁੰਦੇ ਤੇ ਉਹ ਹੁਣ ਮੈਨੂੰ ਯਾਦ ਤਾਂ ਨਹੀਂ ਉਹਨਾਂ ਦੇ ਵਿੱਚੋਂ ਇੰਨੇ ਕਰ ਲਏ ਨੇ ਇੰਨੇ ਉਹਨਾਂ ਦੇ ਨਾਮ ਨੇ ਪਰ ਹਾਂ ਇੱਕ ਗੱਲ ਹੈਗੀ ਵੀ ਉਹ ਕੱਲੇ ਕੱਲੇ ਦੇ ਵਿੱਚ ਆਪਣੀ ਆਪਣੀ ਤਰ੍ਹਾਂ ਦਾ ਇੱਕ ਐਕਸਪੀਰੀਅੰਸ ਲੁਕਿਆ ਸੀ ਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਜਿੱਦਾਂ ਆਪਾਂ ਇਹ ਕਹਿੰਦੇ ਨੇ ਵੀ ਨਿਆਣਾ ਅਜ ਪਹਿਲੀ ਚ ਪਾਇਆ ਫਿਰ ਦੂਜੀ ਫਿਰ ਚੌਥੀ ਫਿਰ ਪੰਜਵੀਂ ਛੇਵੀਂ ਹੈਨਾ ਕੋਈ ਵੀ ਫੀਲਡ ਆ ਉਹਦੇ ਵਿੱਚ ਤੁਹਾਡਾ ਐਕਸਪੀਰੀਅੰਸ ਹੋਣਾ ਬਹੁਤ ਜ਼ਰੂਰੀ ਜਦ ਤੱਕ ਤੁਸੀਂ ਉਹ ਕਲਾਸਾਂ ਨਹੀਂ ਕਰਦੇ ਉਨੀ ਦੇਰ ਤੱਕ ਮਿੱਟੀ ਹੈ ਮਿੱਟੀ ਆ ਦੇ ਜੇ ਕਲਾਸਾਂ ਤੁਸੀਂ ਕਰ ਲੈਨੇ ਹੋ ਫਿਰ ਤੇ ਫੇ ਕਿਤੇ ਨਾ ਕਿਤੇ ਪਹੁੰਚ ਜਾਣੀ ਸੰਧਾਲਿਆ ਸਾਹਿਬ ਇੱਕ ਮੈਨੂੰ ਗੱਲ ਹੋਰ ਲੱਗਦੀ ਆ ਮੈਂ ਦਰਸ਼ਕਾਂ ਨਾਲ ਮਾੜੀ ਹਿਸਾਂ ਚ ਪਾ ਲਵਾਂ ਤੁਸੀਂ ਮਾੜਿਆ ਕੰਨ ਦੇ ਵਿੱਚ ਨਾ ਟੂਟੀ ਵਸਾ ਲਓ ਆ ਲਓ ਟੂਟੀ ਬੰਦਾ ਬੜਾ ਵੱਡਾ ਹੀ ਬੰਦਾ ਬੜਾ ਭਾਰਾ ਹੀ ਲੀਡਰ ਬੰਦਾ ਹੀ ਸਟਰਗਲ ਤੁਸੀਂ ਸਾਰੀ ਸੁਣ ਲਈ ਕਿ ਬਈ ਪੂਈ ਤੋਂ ਵੈਨਕੂਬਰ ਤੱਕ ਦਾ ਸਫ਼ਰ ਜਹਾਜ਼ੇ ਚੜ ਕੇ ਬੰਦਾ ਇੱਧਰ ਆ ਗਿਆ ਕਵਾਰਨਟਾਈਨ ਵੀ ਹੋ ਗਿਆ ਪਰ ਹਰ ਬੰਗ ਦੀਆਂ ਕਮਜ਼ੋਰੀਆਂ ਵੀ ਹੁੰਦੀਆਂ ਕਈ ਕੁਝ ਹੁੰਦਾ ਜ਼ਰੂਰੀ ਨਹੀਂ ਹੁੰਦਾ ਕਿ ਬੰਦਾ ਜਿਹੜਾ ਦੂਰੋਂ ਵੀ ਦਾ ਸਸਕੀ ਆ ਕੱਲ ਬੈਠੇ ਇਕੱਠੇ ਕਵਾਰਨਟਾਈਨ ਖਤਮ ਤੇ ਬੰਦਾ ਇਧਰੋਂ ਫੜ ਉਧਰੋਂ ਫੜ ਅਚਾਨਕ ਘੰਟੀ ਵੱਜਦੀ ਫੁੰਦੀ ਟਰੰਪਰੰ ਬੰਦਾ ਫਿਕਾ ਹੀ ਪੈ ਗਿਆ ਦੇਖ ਕੇ ਗੱਲ ਕੀਤੀ ਦੋ ਚਰਨ ਬਾਅਦ ਚ ਪਤਲਾ ਘਰੋਂ ਹੋਣਾ ਇਹ ਇਹ ਦੇਖੋ ਕਰਨੇ ਆ ਵੀ ਜਿਹੜਾ ਘਰ ਵਾਲਾ ਫੋਨ ਹੈ ਇਹ ਤਾਂ ਹਰੇਕ ਨੂੰ ਆਇ ਕਰਾਂ ਗੁਚੀ ਕਰ ਦਿੰਦਾ ਹਾਂ ਭਾਈ ਜਦੋਂ ਸਾਵਧਾਨ ਭਈ ਮੈਂ ਫੇ ਤੁਹਾਨੂੰ ਕਿਹਾ ਵੀ ਮੈਂ ਕੈਨੇਡਾੋਂ ਤੁਸੀਂ ਕੈਨੇਡਾੋਂ ਸਾਹ ਲਓ ਸਾਹ ਲਓ ਤੁਸੀਂ ਤਾਂ ਸਾਈ ਚੜਾ ਲਿਆ ਸੀ ਤਾਂ ਨਹੀਂ ਇਹ ਨਹੀਂ ਗੱਲ ਦੇਖੋ ਇਹ ਤਾਂ ਸਾਰੇ ਨਾਲ ਹੀ ਵਰਤਦੀ ਹੈ ਵਟਸਐਪ ਇਹ ਤਾਂ ਜੱਗ ਹੁੰਦੀ ਹੈ ਇਹਨੂੰ ਨਹੀਂ ਰੋਕ ਸਕਦੇ ਪਰ ਚਲੋ ਇੱਕ ਇੱਕ ਗੱਲ ਹੈਗੀ ਅੱਜ ਪਤਾ ਨਹੀਂ ਆਪਾਂ ਕਿਧਰੋਂ ਕਿਧਰ ਨੂੰ ਫੇਰ ਕੇ ਬਹਿ ਕੇ ਗੱਲਾਂ ਜੇ ਮੋਸਟ ਲਾਈਕਲੀ ਮਾਫੀ ਚਾਹੁੰਦੇ ਆ ਜੀ ਪਤਾ ਨਹੀਂ ਅੱਜ ਕਿਧਰ ਨੂੰ ਨਿੱਜੀ ਜ਼ਿੰਦਗੀ ਵਾਲੇ ਪਾਸੇ ਨੂੰ ਚੱਲ ਪਿਆ ਕੰਮ ਪਰ ਜੇ ਇੱਕ ਅੱਦੇ ਬੰਦੇ ਨੂੰ ਵੀ ਇਹ ਕਿਤੇ ਦਿਲ ਤੇ ਲੱਗ ਗਈ ਜਾਂ ਕਿਸੇ ਨੂੰ ਲੱਗਿਆ ਵੀ ਹਾਂ ਯਾਰ ਇਹ ਜਿਹੜੀ ਜ਼ਿੰਦਗੀ ਆ ਉਹ ਸਟਰਗਲ ਦਾ ਨਾਮ ਆ ਜਦ ਤੱਕ ਤੁਸੀਂ ਨਹੀਂ ਕਰਦੇ ਉਹ ਨਹੀਂ ਦੇਰ ਤੱਕ ਤੁਹਾਡਾ ਕੁਝ ਨਹੀਂ ਵਟਿਆ ਜਾਣਾ ਜੋ ਮਰਜ਼ੀ ਕਰ ਲਓ ਇਸ ਕਰਕੇ ਚੱਲ ਆਪਾਂ ਇਹ ਗੱਲਾਂ ਸਾਂਝੀਆਂ ਕਰ ਲਈਆਂ ਸੰਧਾਲੀਆ ਸਾਹਿਬ ਮੈਨੂੰ ਅਧੀਆਂ ਕਿ ਮੈਂ ਇਹਦੇ ਵਿੱਚੋਂ ਮੈਨੂੰ ਤਾਂ ਪਤਾ ਅਧੀਆਂ ਕਿ ਕਿਉਂਕਿ ਜਦੋਂ ਆਪਾਂ ਉੱਥੇ ਜਲੰਧਰ ਪ੍ਰਾਈਮ ਫੋਕਸ ਕਰਕੇ ਤਾਂ ਉਹ ਪਰਲੇ ਪਾਸੇ ਜਿਹੜਾ ਮੰਦਿਰ ਆ ਮੋਡਲ ਟਾਊਨ ਵਾਲੇ ਪਾਸੇ ਉਹਦੇ ਸਾਹਮਣੇ ਫਰੂਟ ਚਾਟ ਖਾਂਦੇ ਹੁੰਦੇ ਸੀ ਆ ਉੱਥੇ ਬਹਿ ਕੇ ਫਿਰ ਉੱਥੇ ਨਾਲੇ ਅੰਦਰਲੇ ਪਾਸੇ ਨੂੰ ਚੱਲ ਜੀ ਅੱਧਾ ਕੇਲਾ ਜਾਂ ਚੱਲ ਵੀ ਸੰਤਰਾ ਕਿੰਨੇ ਮਹੀਨੇ ਹੋ ਗਏ ਤੁਹਾਨੂੰ ਇੱਥੇ ਆਨ 13 ਆਖਰੀ ਵਾਰ ਕੀ ਖਾਦਾ ਹੈ ਪਾਪਾ ਜਦੋਂ ਚੜੇ ਹਾਂ ਤੁਹਾਨੂੰ ਮੇਰੇ ਹਿਸਾਬ ਨਾਲ ਫਰੂਟ ਚਾਟ ਹੀ ਉਹੀ ਖਾਦੀ ਉਹੀ ਖਾਦੀ ਉਦੋਂ ਬਾਅਦ ਮੈਂ ਗਿਆ ਮ ਪਰ ਮੇਰਾ ਦਿਲ ਹੀ ਨਹੀਂ ਕੀਤਾ ਮੈਂ ਹਾਂ ਯਾਰ ਨਹੀਂ ਬਾਹਰ ਨਾਲ ਖਾਂਦੇ ਹੁਣ ਨਹੀਂ ਖਾਣਗੇ ਆ ਨਹੀਂ ਪਹਿਲਾਂ ਇਹ ਵੀ ਹੁੰਦਾ ਸੀ ਇੱਕ ਇੱਕ ਪਲੇਟ ਖਾ ਕੇ ਇੱਕ ਇੱਕ ਹੋਰ ਆਹ ਉਹਨੂੰ ਵਾਹੇ ਉਹਨੂੰ ਵੀ ਵਧੀਆ ਆਪਣੀ ਆਦਤ ਪਾ ਲੱਗੀ ਸੀ ਵੀ ਇਹਨਾਂ ਨੇ ਥੋੜਾ ਜਿਹਾ ਨਮਕ ਘੱਟ ਪਾਉਣਾ ਇਹਨਾਂ ਨੇ ਕਿਹਾ ਕਿਹੜੀ ਚੀਜ਼ ਨਹੀਂ ਪਾਉਣਾ ਫਿਰ ਇੱਕ ਹੋਰ ਗੱਲ ਉਹ ਫਿਰ ਹੁੰਦੀ ਪਹਿਲਾਂ ਮਿਕਸ ਕਰੇ ਇੱਕ ਇੱਕ ਨੂੰ ਸ਼ਕਰ ਕੰਦੀ ਹੋ ਜਾ ਆ ਸ਼ਕਰ ਕੰਦੀ ਹੋ ਜਾ ਬਿਲਕੁਲ ਸਹੀ ਯਾਰ ਇਹ ਇਹ ਵੈਸੇ ਵਟਸਐਪ ਦੇਖੋ ਇਹ ਯਾਦਾਂ ਨੇ ਪਰ ਇੱਕ ਇੱਕ ਚੀਜ਼ ਹੋਰ ਮੈਂ ਦੇ ਜਿਹੜੀ ਚੀਜ਼ ਦੇਖੀ ਆ ਵੀ ਦੇਖੋ ਜੇ ਮੰਨ ਲਓ ਕਿ ਵੀ ਬੰਦਾ ਕਿਤੇ ਆਪਾਂ ਨੂੰ ਨਜ਼ਰ ਆਉਂਦਾ ਕਈ ਵਾਰ ਆ ਇਹ ਹੁੰਦਾ ਕਿ ਵੀ ਕਿਸੇ ਵੇਲੇ ਬੰਦਾ ਇਹ ਸੋਚ ਲੈਂਦਾ ਇੱਕ ਪਰਸੈਪਸ਼ਨ ਬਣਾ ਲੈਂਦਾ ਦਿਮਾਗ ਦੇ ਜੇ ਫਲਾਨਾ ਇਦਾਂ ਢਿੰਗੜਾ ਇਦਾਂ ਮੈਨੂੰ ਲੱਗਦਾ ਪਰਸੈਪਸ਼ਨ ਕਦੀ ਨਹੀਂ ਬਣਾਉਣੀ ਚਾਹੀਦੀ ਜਦ ਤੱਕ ਤੁਸੀਂ ਕਿਸੇ ਬੰਦੇ ਨੂੰ ਜਾਣਦੇ ਨਹੀਂ ਨਾ ਤੁਸੀਂ ਕਿਸੇ ਬੰਦੇ ਦੀ ਸਟਰਗਲ ਨੂੰ ਨਹੀਂ ਦੇਖਦੇ ਤੁਸੀਂ ਕਿਸੇ ਬੰਦੇ ਦੀ ਮਿਹਨਤ ਨੂੰ ਨਹੀਂ ਦੇਖਦੇ ਉਨੀ ਦੇਰ ਤੱਕ ਤੁਸੀਂ ਕਿਸੇ ਲਈ ਜਜਮੈਂਟਲ ਨਾ ਹੋਵੋ ਜੀ ਕਿਉਂਕਿ ਕੁਝ ਪਤਾ ਨਹੀਂ ਅਗਲਾ ਅਗਲਾ ਬੰਦਾ ਕਿੰਨਾ ਕੁ ਕੁਛ ਅੰਦਰ ਭਰ ਅਦੇ ਇਹ ਇਹ ਉਦੋਂ ਸਾਰਾ ਕੁਝ ਮੈਂ ਕਰ ਰਿਹਾ ਜਦੋਂ ਮੈਂ ਤੁਹਾਨੂੰ ਅੱਗੇ ਵੀ ਦੱਸ ਗਿਆ ਡਿਆਂ ਵੀ ਮੈਂ ਇਕੱਲਾ-ਕੱਲਾ ਮੇਰਾ ਕੋਈ ਭੈਣ ਨਹੀਂ ਭਰਾ ਨਹੀਂ ਐਂਡ ਮੈਂ ਉਦੋਂ ਪਲੱਸ 1 ਪਲੱਸ 2 ਚ ਸੀਗਾ ਜਦੋਂ ਮੇਰੇ ਫਾਦਰ ਸਾਹਿਬ ਚਲੇ ਗਏ ਤੁਸੀਂ ਆਪ ਸੋਚੋਗੇ ਕਿ ਵੀ ਇਹ ਕੋ ਜਵਾਕ ਜਿੰਨੇ ਅੱਗੇ ਪੜ੍ਹਾਈ ਵੀ ਕਰਨੀ ਹੈ ਜਿੰਨੇ ਆਪਣੀ ਮਾਤਾ ਨੂੰ ਵੀ ਸਾਂਭਣਾ ਜਿੰਨੇ ਵਾਈ ਵੀ ਕਰਨੀ ਜਿੰਨੇ ਕੰਮ ਹੀ ਕਰਨਾ ਜਿੱਤੇ ਰਿਸ਼ਤੇਦਾਰਾਂ ਦਾ ਵੀ ਪ੍ਰੈਸ਼ਰ ਆ ਵੀ ਇਹ ਹੁਣ ਇਕੱਲਾ-ਕੱਲਾ ਇਹੋ ਹੀ ਸਾਰਾ ਹੈ ਹੂੰ ਹੂੰ ਉਸ ਮੌਕੇ ਤੇ ਵੀ ਤੁਸੀਂ ਅੱਧੀ-ਅੱਧੀ ਰਾਤ ਤੱਕ ਖੱਜਲੋ ਹੋ ਗਏ ਤੇ ਉੱਥੇ ਵੀ ਜਾਂਦੇ ਹੋ ਤੁਸੀਂ ਆਪਣੀ ਵਾਈ ਵੀ ਸਾਂਭਦੇ ਹੋ ਤੁਸੀਂ ਆਪਣਾ ਕੰਮ ਹੀ ਕਰਦੇ ਹੋ ਉਹ ਸਾਰਾ ਕੁਝ ਕੌਣ ਕਿਵੇਂ ਕਰਵਾ ਗਿਆ ਮੈਂ ਕਹਾਂ ਵੀ ਮੈਂ ਹੀ ਬੜਾ ਹੈ ਇਹ ਤਾਂ ਪ੍ਰਮਾਤਮਾ ਦੀ ਗੱਲ ਆ ਵੀ ਜੇ ਬਾਬੇ ਨੇ ਲਿਖਿਆ ਹੋਊਗਾ ਵੀ ਯਾਰ ਤੇਰੀ ਸਟ੍ਰਗਲ ਇਦਾਂ ਤੇ ਇਦਾਂ ਚੱਲਣੀ ਆ ਉਹ ਕਰਵਾਵੇ ਦੀ ਹੋ ਜਾਂਦੀ ਹੈ ਪਰ ਸਿਰਫ ਇੰਨਾ ਵੀ ਬੰਦਾ ਦਿਲ ਰੱਖੇ ਮੈਂ ਕਰਨਾ ਨਹੀਂ ਨਹੀਂ ਸੰਧਾਲੀਆ ਸਾਹਿਬ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਜੇ ਬਹੁਤ ਸਾਰੀਆਂ ਜ਼ਿੰਦਗੀ ਦੇ ਸਫੇ ਜਿਹੜੇ ਉਹ ਪਲਟਣ ਵਾਲੇ ਆ ਕਿਤੇ ਇਦਾਂ ਹੀ ਕੁਦਰਤ ਦੀ ਗੋਦ 'ਚ ਬੈਠਾਂਗੇ ਤਾਂ ਫਿਰ ਗੱਲਾਂ ਕਰਾਂਗੇ ਬਾਕੀ ਇੰਨੀ ਗੱਲ ਜ਼ਰੂਰ ਹੈ ਬੰਦੇ ਨੇ ਜਿੰਨੀ ਮਰਜ਼ੀ ਸਟਰਗਲ ਕਰੀ ਹੋਵੇ ਕੁਛ ਵੀ ਜਦੋਂ ਬੰਦਾ ਲੀਡਰਾਂ ਨਾਲ ਬੈਂਦਾ ਨਾ ਫਿਰ ਬੰਦੇ ਦਾ ਸੁਭਾਅ ਹੋਰ ਹੋ ਜਾਂਦਾ ਜੇ ਝੋਟੀ ਵੇਚਣੀ ਸੀ ਵੇਚ ਹੀ ਆਇਆ ਨਾ ਭਾ ਚੁੱਪ ਕਰ ਯਾਨੀ ਸਿਆੜ ਵੀ ਚਾਰ ਹੈਗੇ ਆ ਕੈਨੇਡਾ ਵੀ ਆ ਜਾਣਾ ਹੀ ਘਰ ਵੀ ਸੋਨਾ ਪਾ ਲਿਆ ਚਲੋ ਵਾਦਾ ਨਹੀਂ ਨਹੀਂ ਮੇਰੀ ਗੱਲ ਸੁਣੋ ਮੈਂ ਵਾਦਾ ਕਰ ਲਿਆ ਨਹੀਂ ਵਾਦਾ ਬਾਅਦ ਚ ਕਰਾਂ ਸਾਰੇ ਸਾਹਮਣੇ ਕਰਦਾ ਦੱਸੋ ਜਦੋਂ ਆਪਾਂ ਇੰਡੀਆ ਗਏ ਆਹ ਕੱਟੀ ਲੈ ਕੇ ਦੋ ਮੈਂ ਉਧਰ ਤੋਂ ਭਾਵੇਂ ਧਾਰੀ ਦੇ ਆਏ ਕਿ ਇਹਨੂੰ ਨਹੀਂ ਨਹੀਂ ਮੈਂ ਕਿਹਾ ਮੈਂ ਦੋ ਕਟੀਆਂ ਲਵਾਂਗਾ ਦੋ ਦੇ ਦੂੰਗਾ ਹੋਰ ਦੱਸ ਪੱਕੀ ਗੱਲ ਪੱਕੀ ਗੱਲ ਤੁਸੀਂ ਮੈਨੂੰ ਛੋਟੀ ਦੇ ਪੈਸੇ ਦੋ ਯਾਰ ਮੈਂ ਲੈਣੀ ਆਂ ਨਹੀਂ ਦੇਖੋ ਕਿੰਦੀ ਵਧੀਆ ਤੁਮ ਮੈਂ ਆਫਰ ਦੇ ਰਿਹਾ ਵੀ ਦੋ ਇੱਕ ਦੀ ਜਗ੍ਹਾ ਦੋ ਕਟੀਆਂ ਲੈ ਦੇ ਆ ਤੁਸੀਂ ਇੱਕ ਵਾਰ ਫੇਰ ਉਧਰ ਧਾਰ ਦੇ ਹੋਣੀਆਂ ਫਿਰ ਵਾਪਸ ਇਹ ਪਤਾ ਕਿੰਨੀ ਦੀ ਗੱਲ ਆ ਤੂੰ ਐਤ ਕੀ ਦੇਨੂੰ ਟਿਕਟ ਨਹੀਂ ਦਿੱਤੀ ਯਾਨੀ ਅਗਲੀ ਵਾਰੀ ਤੈਨੂੰ ਤੇਰੇ ਮੁੰਡੇ ਦੋਨਾਂ ਨੂੰ ਦੇਦਾ ਐਤ ਕੀ ਮੇਰੇ ਮੁੰਡਿਆਂ ਨੂੰ ਲੈ ਲੈਣ ਦੇ ਯਾਨੀ ਹੁਣ ਤੁਸੀਂ ਪਤਾ ਕਰਨਾ ਬੰਦਾ ਬੜਾ ਖਰਾਬ ਜੇ ਝੋਟੀ ਦੇ ਪੈਸੇ ਵਟ ਲੈ ਸ਼ੇਅਰ ਬਾਜ਼ਾਰ ਚ ਲਾਉਂਦੇ ਹੁਣੇ ਆ ਉਹਦੇ ਉਦੋਂ ਤੇ ਪਤਾ ਨਹੀਂ ਕਿੰਨੇ ਵਟ ਕੇ 10 ਝੋਟੀਆਂ ਲੈ ਲੈਣੀਆਂ ਤੇ ਮੈਨੂੰ ਦੋ ਕਟੀਆਂ ਫੜਾ ਦੇਣੀਆਂ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਹੈਗਾ ਪੱਕਾ ਤੁਹਾਡਾ ਨਾ ਵਾਦਾ ਹੋ ਗਿਆ ਤੁਸੀਂ ਸ਼ੇਅਰ ਬਾਜ਼ਾਰ ਦੂਜਾ ਤੇ ਸਾਰਾ ਛੱਡ ਦਿਓ ਮੈਨੂੰ ਹੋਰ ਸ਼ੱਕ ਆ ਤੁਸੀਂ ਝੋਟੀ ਵੇਚ ਕੇ ਰੇਤਾ ਦੀ ਘੜਤਾ ਨਹੀਂ ਠੇਕੇ ਤੇ ਲੈ ਲਈ ਉਹ ਆਮ ਬੰਦੇ ਨੂੰ ਨਹੀਂ ਮਿਲ ਆਮ ਬੰਦੇ ਨੂੰ ਲੀਡਰਾਂ ਨੂੰ ਮਿਲਦੀ ਆਮ ਨੂੰ ਤਾਂ ਮਿਲਦੀ ਨਹੀਂ ਉਹੀ ਮੈਂ ਤਾਂ ਆਮ ਬੰਦੇ ਨੂੰ ਰੇਤਾ ਦੀ ਟਰਾਲੀ ਨਹੀਂ ਮਿਲਦੀ ਉਹ ਖੜਦੀ ਕਰਕੇ ਇਹ ਲੋ ਬਾਟਸਾਬ ਯਾਰ ਇਹ ਨਹੀਂ ਬਦਲਿਆ ਹੈ ਨਾ ਤਾਂ ਨਹੀਂ ਕੰਮ ਥੋੜਾ ਜਿਹਾ ਔਖਾ ਹੈ ਬਾਕੀ ਸੰਧ ਵਾਲੇ ਸਭ ਮੈਂ ਇੱਕ ਗੱਲ ਦੱਸ ਦਿੰਦਾ ਖਬਰਾਂ ਵਾਲੇ ਪਾਸੇ ਆਪਾਂ ਗਏ ਨਹੀਂ ਕਿ ਹੋਰ ਪਾਸੇ ਜਾਵੜੇ ਦੇਖੋ ਆ ਜਿਹੜੀਆਂ ਖਬਰਾਂ ਆ ਨਾ ਇਹ ਹੋ ਸਕਦਾ ਕਿਸੇ ਨੂੰ ਚੰਗੀ ਲੱਗੇ ਕਿਸੇ ਨੂੰ ਮਾੜੀ ਲੱਗੇ ਪਰ ਜਿਹੜੀ ਨਵੀਂ ਪੀੜ੍ਹੀ ਇਸ ਫੀਲਡ 'ਚ ਆਉਣਾ ਚਾਹੁੰਦੀ ਹੈ ਕੋਈ ਪੱਤਰਕਾਰੀ ਕਰਨਾ ਚਾਹੁੰਦੇ ਆ ਕੋਈ ਮੀਡੀਆ ਦੇ ਬਹੁਤ ਖੇਤਰ ਨੇ ਹੌਸਲਾ ਰੱਖਿਓ ਦੰਦਾ ਥਲੇ ਜੀਬ ਦੇ ਕੇ ਰੱਖਿਓ ਤੇ ਆਪਣੇ ਆਪ ਨੂੰ ਨਖਾਰਨ ਦੀ ਕੋਸ਼ਿਸ਼ ਕਰਿਓ ਹੋਰ ਨਹੀਂ ਕੁਝ ਤੇ ਇੰਨੀ ਗੱਲ ਤਾਂ ਨਿਕਲਦੀ ਆ ਨਾ ਬਿਲਕੁਲ ਜੀ ਤੁਸੀਂ ਦੇਖੋ ਜਿਹੜਾ ਆ ਖਾਸ ਕਰਕੇ ਸਿਆਸੀ ਪੱਤਰਕਾਰੀ ਕਹਿ ਲਓ ਜਰਨਲਿਜ਼ਮ ਕਹਿ ਲਓ ਜਾਂ ਦੂਜਾ ਤੇ ਜਾ ਇਹ ਇਹਦੇ ਜਨਹਾਰ ਆਉਣ ਦਾ ਰੀਜ਼ਨ ਪ੍ਰਾਈਮੇਰੀ ਸ਼ਾ ਟੀਵੀ ਹਮਮ ਤੁਹਾਡੇ ਰਗੇ ਭਰਾਵਾਂ ਦਾ ਸਾਥ ਹੋ ਗਿਆ ਸਭ ਤੋਂ ਵੱਡੀ ਗੱਲ ਪੰਨੂ ਸਾਹਿਬ ਦੇ ਨਾਲ ਮੈਂ ਕਿੰਨਾ ਸਮਾਂ ਕੱਢਿਆ ਹਰ ਰੋਜ਼ ਉਹਨਾਂ ਨੇ ਦਵਕੀ ਨਾ ਕਹਿ ਲਓ ਪਿਆਰ ਨਾ ਕਹਿ ਲਓ ਕਾਨ ਜਿਹ ਕਹਿ ਲਓ ਬਸ ਗੱਲ ਸਮਝਾਈ ਜਾਣੀ ਆ ਇਦਾਂ ਨਹੀਂ ਇਹਨੂੰ ਵੀ ਦੇਖੋ ਇਟ ਮੀਨਸ ਕਿ ਜੇ ਤੁਸੀਂ ਸਟਿਲ ਸਿੱਖਦੇ ਰਹਨੇ ਹੋ ਤੁਸੀਂ ਆਪਣੀ ਉਹ ਕਾਪੀ ਕਾਇਦਾ ਬੰਦ ਨਹੀਂ ਕਰਦੇ ਹੁਣ ਲੱਗਦਾ ਵੀ ਪੈਨ ਵੀ ਚਾਹੀਦਾ ਕਾਗਜ਼ ਵੀ ਚਾਹੀਦਾ ਨਿਤ ਨਵਾਂ ਕਾਗਜ਼ ਕੱਢਿਆ ਉੱਤੇ ਦੇਖੋ ਵੀ ਅੱਜ ਕੀ ਸਿੱਖਿਆ ਫਿਰ ਮੈਨੂੰ ਲੱਗਦਾ ਵੀ ਇਹ ਨਹੀਂ ਆਪਾਂ ਸੋਚ ਸਕਦੇ ਵੀ ਜ਼ਿੰਦਗੀ ਯਾਰ ਖੜ ਗਈ ਹੁਣ ਕਿੱਧਰ ਨੂੰ ਜਾਣਾ ਇਹ ਬੰਦਾ ਨਾਲ ਦੀ ਨਾਲ ਸਿੱਖਦਾ ਰਹੇ ਵਿਦਿਆਰਥੀ ਬਣਿਆ ਰਹੇ ਇਦਾਂ ਤੁਸੀਂ ਤੇ ਪੱਕੇ ਮਾਸਟਰ ਨੂੰ ਮੈਂ ਵਿਦਿਆਰਥੀ ਹੈਗੇ ਆ ਤੇ ਉਹ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਬੰਦਾ ਪਹੁੰਚ ਜਾਂਦਾ ਨਹੀਂ ਸੰਧਾਲੀਆ ਸਭ ਗੱਲਾਂ ਸਾਂਝੀਆਂ ਕਰ ਰਹੀਆਂ ਬਹੁਤ ਜ਼ਰੂਰੀ ਨੇ ਦੇਖੋ ਆਪਾਂ ਕਿੰਨੇ ਸਾਲ ਹੋ ਗਏ ਦਰਸ਼ਕਾਂ ਦੇ ਰੂਬਰੂ ਟੱਬਰ ਦੇ ਰੂਬਰੂ ਹੁੰਨੇ ਹੁਣ ਆਦਤਿਕ ਹੈਗੀ ਆ ਫੋਨ ਫਰ ਬੰਦਾ ਘੱਟ ਚੱਕਦਾ ਉਹਦਾ ਗੁੱਸਾ ਕਦੇ ਨਹੀਂ ਕਰਨਾ ਫੋਨ ਤਾਂ ਬੰਦੇ ਹੀ ਕਰਦੇ ਰਾਤ ਨੂੰ ਮੈਸੇਜ ਦਾ ਜਵਾਬ ਜੇ ਨਾ ਆਵੇ ਬਿਲਕੁਲ ਗੁੱਸਾ ਨਹੀਂ ਕਰਨਾ ਕਿਉਂਕਿ ਸੋਸ਼ਲ ਮੀਡੀਆ ਤੇ ਘੱਟ ਐਕਟਿਵ ਨੇ ਭਰਨ ਸੰਧਾਲੀ ਸਭ ਇੱਕ ਗੱਲ ਹੈਗੀ ਆ ਜੇ ਤੁਸੀਂ ਪੰਨੂ ਸਾਹਿਬ ਦਾ ਜ਼ਿਕਰ ਕੀਤਾ ਜਾਂ ਅਮਨ ਭਾਜੀ ਦਾ ਆਪਾਂ ਜ਼ਿਕਰ ਕਰਦੇ ਹੁੰਦੇ ਹੁੰਦੇ ਆ ਉਹ ਕਮੀ ਨਹੀਂ ਲੱਭਦੇ ਹੁੰਦੇ ਉਹ ਸਾਨੂੰ ਪੂਰਾ ਕਰਦੇ ਹੁੰਦੇ ਆ ਉਹ ਪੂਰਾ ਕਰਦੇ ਉਹੀ ਮੈਂ ਕਹਿੰਦਾ ਦੇਖੋ ਉਹ ਸਿਖਾਉਂਦੇ ਨੇ ਜੀ ਦੇਖੋ ਜੇ ਉਹ ਨਾਂ ਦੱਸਣਗੇ ਜੇ ਨਾ ਉਹ ਰਾਹ ਦੱਸੇਰੇ ਬਣ ਗਏ ਤੇ ਫਿਰ ਕਿੱਥੇ ਆਪਣਾ ਹੁਣ ਦੇਖੋ ਆ ਜਿਹੜਾ ਜਿਹੜਾ ਮੇਰੇ ਮੈਨੂੰ ਕਿਤੇ ਇਹ ਥੋੜਾ ਲੱਭਣਾ ਸੀ ਵੀ ਜਾਂ ਹੋ ਸਕਦਾ ਪ੍ਰਮਾਤਮਾ ਨੇ ਕਿ ਲਿਖਿਆ ਹੋਵੇ ਵੀ ਯਾਰ ਇਹ ਕਮਨ ਖਟਕਰ ਹੋਏਗਾ ਅਮਨ ਖਟਕਰ ਹੋਣਾ ਦਿਮਾਗ ਇੱਕ ਪ੍ਰਾਈਮੇਰੀ ਸ਼ਾਇਰ ਟੀਵੀ ਦਾ ਆਈਡੀਆ ਆਏਗਾ ਤੇ ਪ੍ਰਾਈਮੇਰੀ ਸ਼ਾਇਰ ਟੀਵੀ ਤੂੰ ਜਾਏਗਾ ਹਾਂ ਤਾਂ ਵੈਨਕੂਵ ਆਉਂਗਾ ਬੰਦਾ ਵੈਨਕੂਵ ਆਇਆ ਹੈ ਨਾ ਹੁਣ ਮਤਲਬ ਇਹ ਇਹ ਚੀਜ਼ਾਂ ਇਹਦਾ ਮਤਲਬ ਇਹ ਹੋ ਗਿਆ ਕਿ ਡੈਸਟਨੀ ਆਲਰੇਡੀ ਡਿਸਾਈਡਡ ਆ ਠੀਕ ਆ ਉਹਦੇ ਲਈ ਇੱਕ ਰਸਤਾ ਹੋ ਸਕਦਾ ਘੂਮਣ ਘੇਰੀ ਵਾਲਾ ਹੋਵੇ ਕਦੀ ਨੇਰੇ ਵਾਲਾ ਹੋ ਸਕਦਾ ਮੀਂਹ ਗਣੀ ਵਾਲਾ ਹੋ ਸਕਦਾ ਧੁੱਪ ਵਾਲਾ ਹੋ ਸਕਦਾ ਬੜੇ ਆਰਾਮ ਵਾਲਾ ਹੋ ਸਕਦਾ ਪਰ ਜੇ ਬੰਦਾ ਚੱਲਦਾ ਰਵੇ ਖੜੇ ਨਾ ਫੇਰ ਆਪਣਾ ਮੋਟੀ ਕਿ ਸਿੱਖਣ ਦਾ ਫੇਜ਼ ਹੀ ਆ ਅੱਜ ਕੱਲ ਮੇਰੇ ਕੋ ਇੱਥੇ ਲਾਇਸੈਂਸ ਹੈਗਾ ਜੇ ਮੇਰੇ ਨਾਲ ਬੈਠ ਕੇ ਸਿੱਖੋਗੇ ਤਾਂ ਲੈ ਲਓਗੇ ਲਾਇਸੈਂਸ ਮੈਨੂੰ ਸਖਾਰਾ ਹੈ ਦੇਖੋ ਜੀ ਮੈਂ ਹਣ ਇਹ ਮੇਰੀ ਤਰੀ ਵੀ ਕਰਦੇ ਯਾਰ ਜਦੋਂ ਦੇਖੋ ਖਜ ਵਧੀਆ ਸਿੱਖ ਰਹੇ ਨੇ ਵਧੀਆ ਸਿੱਖ ਰਹੇ ਨੇ ਮੈਂ ਇਹ ਗੱਲ ਕਰਦਾ ਵਧੀਆ ਸਿੱਖ ਰਹੇ ਨੇ ਉਹ ਬੱਕਰੀ ਵਾਲਾ ਚਾਹ ਨਹੀਂ ਪੜਾਈ ਅਜੇ ਤੱਕ ਬੰਦੇ ਨੇ ਚਾਹ ਬਣਾਉਣੇ ਮੈਨੂੰ ਸਿਖਾਓ ਤਾਂ ਸਹੀ ਇੱਥੇ ਉਹ ਤੁਹਾਡਾ ਜਗਾੜ ਜਾਂ ਕੋਈ ਸ਼ੋਰ ਦਾ ਹੋ ਰਹੀ ਹੈ ਸਾਡੇ ਕੋਲੇ ਤਾਂ ਉਹੀ ਕੰਮ ਹੈ ਵੀ ਪਤੀਲੀ ਧੋ ਲਓ ਜੀ ਇੱਕ ਵਾਰਾਂ ਪਾਣੀ ਬਾੜ ਲਓ ਉਹ ਆਈ ਨੇ ਚਮਚੇ ਪੱਤੀ ਇੰਨੇ ਖੰਡਦੇ ਇੱਕ ਅਦੀ ਲਾਚੀ ਕੁੱਟ ਕੇ ਨਾਲ ਮਾਰਿਆ ਵਿੱਚ ਦੁੱਧ ਉਹਨਾਂ ਬਾ ਪਾਉਣ ਕੇ ਚੱਲ ਜਾ। ਇੱਥੇ ਦਾ ਹੋਰ ਹੀ ਸਿੜੀ ਸਿਆਪੇ ਜੇ ਫਲਾਨੀ ਏ ਢਿੰਗੜੀ ਏ ਜਿਹੜੀ ਤੂੰ ਹੀ ਸੱਗੇ WhatsApp ਮੈਂ ਕਹਿੰਨਾ ਚ ਕਿਸੇ ਪਿੰਡ ਦੀ ਬੀਬੀ ਨੂੰ ਪੜਾ ਦੇ ਕਿ ਧੋਣ ਜਾਂ ਪਲਾਈ ਆ ਆ ਹੋਇਆ ਨਾ ਸੇ ਮੈਂ ਉਹ ਪਦੀਲਾ ਜੇ ਧੁੱਪ ਕੇ ਬਾਅਦ ਵਿੱਚ ਜਿਹੜਾ ਪਾਣੀ ਆ ਹੁੰਦਾ ਉਹ ਲਗਭਗ ਉਹਦੀ ਕਰਗੀ ਬਣਦੀ ਆ ਹਾਂ ਚਲੋ ਸੰਧਾਲੀਆ ਸਾਹਿਬ ਉਮੀਦ ਕਰਦੇ ਆ ਕਿ ਤੁਸੀਂ ਚੰਗੇ ਬੰਦੇ ਬਣੇ ਰਹੋਗੇ ਮੈਂ ਬਣੋਗੇ ਨਹੀਂ ਕਿ ਇਨਸਾਨ ਬਣੇ ਰਹੋਗੇ ਰਹਿੋਗੇ ਯਾਨੀ ਪਹਿਲਾਂ ਤੇ ਵੀ ਹੈਗੇ ਹੋ ਇਹ ਤਾਂ ਸ਼ਬਦ ਲਵ ਲਵ ਕੇ ਬੈਠ ਗਿਤੇ ਆ ਨਾ ਵਿੱਚ ਮੈਂ ਚਲੋ ਬਹੁਤ ਚੰਗਾ ਲੱਗਾ ਮੈਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਸੁਣਨ ਨੂੰ ਮਿਲੀਆਂ ਦੇਖਣ ਨੂੰ ਮਿਲੀਆਂ ਤੇ ਉਮੀਦ ਕਰਦੇ ਆ ਕਿ ਪਾਈ ਜਿਹੜਾ ਆ ਟੱਬਰ ਮਾਨ ਕਰਦਾ ਨਾ ਬਾਕੀ ਸਭ ਕੁਝ ਟੁੱਟ ਜਾਵੇ ਨਾ ਟੁੱਟਦੇ ਨਾ ਨਹੀਂ ਬਿਲਕੁਲ ਠੀਕ ਹੈ ਇਹ ਇਹ ਟੱਬਰ ਦਾ ਕਰਕੇ ਪਰਿਵਾਰ ਦਾ ਕਰਕੇ ਇਹ ਤੁਹਾਡੇ ਨਾਲ ਜੀ ਸਟਿਲ ਮੈਂ ਸਿੱਖ ਰਿਹਾ ਹਾਂ ਸਟਿਲ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੋਵੇ ਜ਼ਰੂਰ ਆਪਣੇ ਸੁਝਾਅ ਦਿਆ ਕਰੋ ਤੇ ਜੋ ਵੀ ਅੱਜ ਗੱਲਾਂ ਬਾਤਾਂ ਹੋਈਆਂ ਜੇ ਤੁਹਾਨੂੰ ਲੱਗਿਆ ਹੋਵੇ ਕਿ ਕੋਈ ਬਾਤ ਕਾਟ ਹੈ ਉਸ ਲਈ ਮਾਫੀ ਆਈ ਪਾਣੀ ਕਿਧਰੋਂ ਇਹ ਬੰਦਾ ਕਿਧਰੋਂ ਕਿਧਰ ਨੂੰ ਤੋਰ ਕੇ ਬਹਿ ਗਿਆ ਤੇ ਅਸੀਂ ਇੱਧਰ ਨੂੰ ਜਾ ਬੜੇ ਪਰੋ ਖੈਰ ਵੈਸੇ ਵਧੀਆ ਹੋ ਗਿਆ ਇਹ ਵੀ ਇੱਕ ਪਾਰਟ ਲਾਈਫ ਦਾ ਡਿਸਕਸ ਹੋ ਗਿਆ ਹੁਣ ਗੱਲਾਂ ਦਾ ਰੋਜ਼ ਹੀ ਆਪਾਂ ਕਰਦੇ ਹਾਂ ਅਗਲੀ ਵਾਰੀ ਵੀ ਕਦੀ ਕਿਤੇ ਕਰਾਂਗੇ ਜੇ ਇਧਰੋਂ ਮੰਗਾਈ ਤਾਂ ਬਹੁਤ ਸ਼ੁਕਰੀਆ اچھا ਸਵਾਗਤ ਹੁਣ ਖਤਮ ਨਹੀਂ ਨਹੀਂ ਮੈਂ ਕਰੂੰਗਾ ਸਾਸਰੀ ਕਾਮ ਸਾਸਰੀ ਕਾਮ ਬਹੁਤ ਧੰਨਵਾਦ ਜੀ ਸੋ ਇਹ ਸੀ ਪ੍ਰਾਈਮ ਫੋਕਸ ਜੀ ਅੱਜ ਖਾਸ ਵਿਸ਼ੇਸ਼ ਸੀ ਕਿਉਂਕਿ ਵਹੀਂ ਪੁਈ ਤੋਂ ਇੱਕ ਸੰਧਾਲੀਏ ਪਰਿਵਾਰ ਦਾ ਮੁੰਡਾ ਗੁਰਪ੍ਰੀਤ ਜਿਹੜਾ ਉਹ ਵੈਨਕੂਵਰ ਤੱਕ ਦਾ ਸਫ਼ਰ ਤੈਅ ਕਰ ਗਿਆ ਲੱਖਾਂ ਲੋਕ ਆਏ ਨੇ ਵਿਦੇਸ਼ਾਂ ਦੇ ਵਿੱਚ ਪਰ ਇਹ ਸਫ਼ਰ ਥੋੜਾ ਜਿਹਾ ਵੱਖਰਾ ਸੀ ਵਿਸ਼ੇਸ਼ ਸੀ ਉਹਦੇ ਪਰਦੇ ਦੇ ਪਿੱਛੇ ਕੀ ਕੀ ਕਹਾਣੀਆਂ ਸੀ ਉਹ ਇਸ ਕਰਕੇ ਵੀ ਸਾਂਝੀਆਂ ਕੀਤੀਆਂ ਕਿ ਇੱਕ ਤਾਂ ਤੁਸੀਂ ਟੱਬਰ ਵਾਲੇ ਹੋ ਤੇ ਟੱਬਰ ਵਾਲਿਆਂ ਨੂੰ ਟੱਬਰ ਦਾ ਪਤਾ ਹੋਣਾ ਚਾਹੀਦਾ ਤੇ ਦੂਸਰਾ ਜਿਹੜੀ ਨੌਜਵਾਨ ਪੀੜ੍ਹੀ ਇਸ ਖੇਤਰ ਦੇ ਵੱਲ ਅੱਜਕੱਲ ਬਹੁਤ ਆਕਰਸ਼ਿਤ ਹੋ ਰਹੀ ਹੈ ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਭਾਈ ਇਹ ਚੀਜ਼ ਦਰਸ਼ਣੀ ਪੈਂਦੀ ਹੈ ਤੇ ਦਰਸ਼ਨ ਦੇ ਲਈ ਧੱਕੇ ਖਾਣੇ ਪੈਂਦੇ ਨੇ ਨਿਰਾਸ਼ ਨਾ ਹੋਇਓ ਚੜ੍ਹਦੀ ਕਲਾ ਦੇ ਵਿੱਚ ਰਹੋ ਜੇ ਐਪੀਸੋਡ ਚੰਗਾ ਲੱ ਟਿੱਪਣੀਆਂ ਕਰਦੇ ਹੋ ਸੁਝਾਅ ਜੋ ਵੀ ਹੋਣ ਜਿੱਦਾਂ ਦਾ ਵੀ ਤੁਹਾਡੀ ਪ੍ਰਤੀਕਿਰਿਆ ਕੋ ਹੋਵੇ ਨਹੀਂ ਤਾਂ ਅਸੀਂ ਭਵਿੱਖ ਵਿੱਚ ਵੀ ਕੁਝ ਹੋਰ ਸੱਜਣਾ ਦੇ ਨਾਲ ਇਹਨਾਂ ਦੇ ਜ਼ਿੰਦਗੀ ਦੇ ਦੂਸਰੇ ਚੈਪਟਰ ਤੇ ਵੀ ਗੱਲ ਕਰ ਸਕਦੇ ਹਾਂ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਤੇ ਮੈਨੂੰ ਪਰਮਜੀਤ ਸਿੰਘ ਬਾਟ ਨੂੰ ਇੱਥੇ ਦਿਵਾ ਗਿਆ ਦੇਖਦੇ ਰਹਿਣਾ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ